ਸ਼੍ਰੀ ਗੁਰਦੇਵ ਕਿਰਪਾ ਨਿਧਾਨ ਦੀਨ ਦੁਨੀ ਦੇ ਮਾਲਿਕ ਸਿੰਘਾਸਨ ਅਤੇ ਪ੍ਰਕਾਸ਼ਮਾਨ ਮਹਾਰਾਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਜ਼ੂਰ ਜੀ ਦੇ ਚਰਨਾਂ ਵਿੱਚ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਗੁਰੂ ਦੇ ਪੰਥ ਦੀ ਚੜ੍ਹਦੀ ਕਲਾ ਦੀ ਕਾਮਨਾ ਨਾਲ ਸੁਸ਼ੋਭਿਤ ਹੋਏ ਗੁਰਸਿੱਖ ਮਾਈ ਭਾਈ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਾਰਿਆਂ ਦੇ ਬਹੁਤ ਵੱਡੇ ਭਾਗ ਹਨ ਕਿ ਤੁਸੀਂ ਵਿਸ਼ਵ ਦੇ ਇਸ ਖਿੱਤੇ ਵਿੱਚ ਸੰਸਾਰ ਦੇ ਇਸ ਏਰੀਏ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਦੀ ਮਹਿਕ ਪ੍ਰਸਾਰਿਤ ਕਰਨ ਦੇ ਫੈਲਾਉਣ ਦੇ ਯਤਨ ਵਿੱਚ ਲੱਗੇ ਹੋਏ। ਗੁਰੂ ਮਹਾਰਾਜ ਜੀ ਦੁਆਰਾ ਮਨੁੱਖਤਾ ਨੂੰ ਦਿੱਤਾ ਹੋਇਆ ਨਾਮਦਾਨ ਗਿਆਨਦਾਨ ਵੰਡ ਕੇ ਪਰਉਪਕਾਰ ਕਰਕੇ ਜੀਵਾਂ ਦੀ ਕਲਿਆਣ ਵਿੱਚ ਆਪ ਸਾਰੇ ਲੱਗੇ। ਮੈਂ ਇਸ ਕਰਕੇ ਭਾਗਸ਼ਾਲੀ ਹਾਂ ਕਿ ਗੁਰੂ ਜੀ ਨੇ ਇਹ ਸੁਭਾਗ ਬਖਸ਼ਿਆ ਅਤੇ ਇੱਥੇ ਦੂਰ ਦੇਸ਼ ਵਿੱਚ ਆ ਕੇ ਤੁਹਾਡੇ ਦਰਸ਼ਨ ਦੀਦਾਰ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ। ਸਿੱਖੀ ਅੱਜ ਇੰਝ ਲੱਗਦਾ ਹੈ ਜਿਵੇਂ ਵਿਵਾਦਾਂ ਵਿੱਚ ਝਗੜਿਆਂ ਵਿੱਚ ਉਲਝਿਆ ਹੋਇਆ ਪੰਥ ਹੈ। ਇੱਕ ਤਾਂ ਅਸੀਂ ਹਿੰਦੁਸਤਾਨ ਦੇ ਵਿੱਚ ਹੀ ਬੜੀ ਮਾਈਕਰੋਸਕੋਪਿਕ ਮਾਈਨੋਰਿਟੀ ਵਿੱਚ ਹਾਂ ਅਤੇ ਉੱਪਰੋਂ ਜੇ ਇਹ ਅਕਸ਼ ਬਣ ਜਾਏ ਕਿ ਇਹ ਆਪਸ ਵਿੱਚ ਹੀ ਲੜਦੇ ਝਗੜਦੇ ਰਹਿੰਦੇ ਨੇ, ਜਿਵੇਂ ਤੁਸੀਂ ਦੇਖਿਆ ਹੋਵੇਗਾ ਕਿ ਪਟਨਾ ਸਾਹਿਬ ਲੜਾਈ ਝਗੜਾ ਹੋਇਆ ਉਸਨੂੰ ਸਾਰੇ ਹਿੰਦੁਸਤਾਨ ਵਿੱਚ ਟੀਵੀ 'ਤੇ ਵਾਰ ਵਾਰ ਦਿਖਾਇਆ ਗਿਆ। ਇਹਦੇ ਨਾਲ ਸਭ ਤੋਂ ਵੱਡਾ ਜਿਹੜਾ ਇਹਦਾ ਅਸਰ ਸਾਡੇ ਬੱਚਿਆਂ 'ਤੇ ਪੈਂਦਾ ਕਿ ਉਹ ਸੋਚਦੇ ਸਾਡੀ ਕੌਮ ਦੇ ਬੰਦੇ ਇਹ ਖਰਾਬ ਨੇ। ਕੇਦਾਰਨਾਥ ਦੇ ਮੰਦਰ ਦੇ ਆਸ ਪਾਸ ਪਿਛਲਾ ਜਿਹੜਾ ਇਹ ਬਰਸਾਤ ਦਾ ਸੀਜ਼ਨ, ਇਸ ਤੋਂ ਪਿਛਲੇ ਸਾਲ ਆਪ ਨੂੰ ਪਤਾ ਬਹੁਤ ਤਬਾਹੀ ਹੋਈ। ਸਿੱਖਾਂ ਨੇ ਬਹੁਤ ਕੰਮ ਕੀਤਾ, ਇਤਨਾ ਕੰਮ ਕਿਸੇ ਨਹੀਂ ਕੀਤਾ ਜਿਤਨਾ ਸਿੱਖਾਂ ਨੇ ਕੀਤਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ। ਪਰੰਤੂ ਕਦੇ ਵੀ ਟੀਵੀ ਉੱਤੇ ਹਿੰਦੁਸਤਾਨ ਵਿੱਚ ਇਸ ਦਾ ਨਾਮ ਹੀ ਨਹੀਂ ਲਿਆ ਗਿਆ ਕਿ ਸਿੱਖਾਂ ਨੇ ਵੀ ਕੋਈ ਲੰਗਰ ਲਗਾਇਆ, ਇਤਨਾ ਕੁਛ ਕੀਤਾ ਹੈ। ਤੋ ਜਦੋਂ ਤੋਂ ਸਿੱਖ ਪੰਥ ਚੱਲਿਆ ਹੈ ਸਾਡੇ ਆਸ ਪਾਸ ਵਾਲੇ ਭੈਣ ਭਰਾ ਜਿਨ੍ਹਾਂ ਨੂੰ ਅਸੀਂ ਇਹ ਪ੍ਰਚਾਰਿਆ ਕਿ ਸਾਰੀ ਮਨੁੱਖਤਾ ਆਪਸ ਵਿੱਚ ਭੈਣ ਭਰਾ ਹਨ, ਇਹ ਹੀ ਸਾਡਾ ਏਮ ਹੈ, ਇਹ ਹੀ ਹੋਣਾ ਚਾਹੀਦਾ। ਗੁਰੂ ਨਾਨਕ ਦਾ ਪੰਥ ਮਨੁੱਖਤਾ ਦੇ ਵਿੱਚੋਂ ਦਵੇਸ਼ ਜਿਹੜਾ ਹੈ ਇਸ ਨੂੰ ਖਤਮ ਕਰਨ ਵਾਸਤੇ ਇਹਦਾ ਆਗਮਨ ਹੋਇਆ ਹੈ। ਪਰ
ਜਿਹੜੇ ਦਵੇਸ਼ਵਾਦੀ ਲੋਕ ਨੇ, ਜਿਹੜੇ ਹਿੰਦੂ ਨੂੰ ਕਾਫਿਰ ਕਹਿੰਦੇ ਜਾਂ ਜਿਹੜੇ ਮੁਸਲਮਾਨ ਨੂੰ ਮਲੇਸ਼ ਕਹਿੰਦੇ, ਉਹਨਾਂ ਨੂੰ ਸਾਰੀ ਮਾਨਵਤਾ ਕੋਈ ਇੱਕ ਕਹੇ, ਇਹ ਮਨਜ਼ੂਰ ਨਹੀਂ ਸੀ। ਇਸ ਕਰਕੇ ਆਦਿ ਕਾਲ ਤੋਂ ਜਦੋਂ ਤੋਂ ਸਿੱਖ ਪੰਥ ਦਾ ਆਗਮਨ ਹੋਇਆ, ਸਾਡੇ ਨਾਲ ਸਾਰੀਆਂ ਹੀ ਧਿਰਾਂ ਦਵੇਸ਼ ਕਰਦੀਆਂ ਰਹੀਆਂ ਨੇ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਕਾਲ ਨੂੰ ਯਾਦ ਕਰੀਏ। ਮੰਨ ਲਿਆ ਕਿ ਮੁਗਲ ਜਿਹੜੇ ਸਨ ਉਹ ਪੋਲੀਟੀਕਲ ਕਾਰਨ ਕਰਕੇ ਜਿਹੜੀ ਸਿੱਖਾਂ ਨਾਲ ਲੜਾਈ ਸੀ, ਸਿੱਖਾਂ ਦੇ ਵਿਰੁੱਧ ਜਾਣੇ ਚਾਹੀਦੇ ਸਨ, ਪਰ ਸਾਰੇ ਹਿੰਦੂ ਪਹਾੜੀ ਰਾਜ ਏ, ਉਹ ਸਿੱਖਾਂ ਦੇ ਵਿਰੁੱਧ ਕਿਉਂ ਲੜੇ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਿਉਂ ਵਿਰੁੱਧ ਲੜੇ? ਉਹਨਾਂ ਦੀ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਸੀ, ਪਰੰਤੂ ਉਹ ਵੀ ਵਿਰੋਧ ਵਿੱਚ ਖੜੇ ਹੋ ਗਏ। ਤੋ ਇਸ ਦਾ ਮਤਲਬ ਹੈ ਕਿ ਸਿੱਖੀ ਦਾ ਜਿਹੜਾ ਮਾਨਵਤਾਵਾਦੀ ਨਿਸ਼ਾਨਾ ਹੈ, ਜਿਹੜੀ ਸਾਡੀ ਇਹ ਦ੍ਰਿਸ਼ਟੀ ਹੈ ਕਿ ਏਕ ਪਿਤਾ ਏਕਸ ਕੇ ਹਮਬਾਰਕ, ਉਸ ਦੇ ਵਿਰੋਧ ਵਿੱਚ ਕੋਈ ਇੱਕ ਪੰਥ ਨਹੀਂ ਬਲਕਿ ਦੁਨੀਆ ਦੇ ਸਾਰੇ ਪੰਥ ਹੀ ਕਿਸੇ ਨਾ ਕਿਸੇ ਰੂਪ ਵਿੱਚ ਉਹਦੇ ਵਿਰੋਧ ਵਿੱਚ ਖੜੋਤੇ ਨੇ, ਕਿਉਂਕਿ ਉਹਨਾਂ ਨੇ ਸਵਰਗ ਰਿਜ਼ਰਵ ਕਰਾਏ ਨੇ। ਮੇਰਾ ਪੰਥ ਦੇ ਲੋਕ ਸਵਰਗ ਵਿੱਚ ਜਾਣਗੇ, ਬਹਿਸ਼ਤ ਵਿੱਚ ਜਾਣਗੇ, ਦੂਜੇ ਪੰਥਾਂ ਦੇ ਨਰਕ ਵਿੱਚ ਜਾਣਗੇ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਨ ਜਿਨ੍ਹਾਂ ਨੇ ਆ ਕੇ ਕਿਹਾ, ਇਹ ਝੂਠ ਬੋਲਦੇ ਹੋ ਤੁਸੀਂ, ਜੇ ਤੁਹਾਡੇ ਧਰਮ ਸ਼ਾਸਤਰ ਵਿੱਚ ਲਿਖਿਆ ਤਾਂ ਉਹ ਸ਼ਾਸਤਰ ਹੀ ਗਲਤ ਨੇ। ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ, ਰੱਬ ਦੀ ਹਜ਼ੂਰੀ ਦੇ ਨੇੜੇ ਕੌਣ ਹੈ, ਦੂਰ ਹੈ ਇਹ ਤਾਂ ਉਹਦੇ ਬੰਦੇ ਦੇ ਅਮਲ ਨੇ। ਇਹਦੀ ਗਵਾਹੀ ਦੇਣੀ ਹੈ, ਕਿਸੇ ਪੈਗੰਬਰ ਨੇ ਬਾਂਹ ਫੜ ਕੇ ਨਹੀਂ ਲੈ ਜਾਣਾ ਕਿ ਬੰਦਾ ਮੇਰਾ ਜੀ ਖਿਸਕਾ ਕੇ ਅੱਗੇ ਲੈ ਜਾਵੇ। ਉਸੇ ਬੰਦੇ ਦੇ ਅਮਲ ਨੇ ਕੰਮ ਆਉਣਾ। ਇਹ ਜਿਹੜੇ ਕ੍ਰਾਂਤੀਕਾਰੀ ਵਿਚਾਰ ਨੇ, ਇਹਨਾਂ ਵਿਚਾਰਾਂ ਨੂੰ, ਕਿਉਂਕਿ ਦੂਜੇ ਦੁਨੀਆ ਦੇ ਬਹੁਤੇ ਪੰਥ ਪ੍ਰਵਾਨ ਨਹੀਂ ਕਰਦੇ, ਇਸ ਕਰਕੇ ਜਿਸ ਵੀ ਪੰਥ ਨੂੰ ਮੌਕਾ ਮਿਲੇਗਾ ਉਹ ਸਾਡੇ ਰਸਤੇ ਵਿੱਚ ਰੁਕਾਵਟ ਪੈਦਾ ਕਰਨ ਦਾ ਯਤਨ ਕਰੇਗਾ। ਪਰੰਤੂ ਸਾਨੂੰ ਕਿਸੇ ਪ੍ਰਤੀ ਦਵੇਸ਼ ਨਹੀਂ ਰੱਖਣੀ, ਕਿਸੇ ਪ੍ਰਤੀ ਮਾੜੀ ਭਾਵਨਾ ਨਹੀਂ ਰੱਖਣੀ। ਅਸੀਂ ਤੇ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਦਾ ਸਿਮਰਨ ਕਰਦੇ ਹਾਂ, ਮਾਨਵਤਾ ਨੂੰ ਏਕੇ ਦੇ ਸੂਤਰ ਵਿੱਚ ਪ੍ਰੋਣ ਦਾ, ਗੁਰੂ ਸਾਹਿਬ ਦਾ ਸੰਦੇਸ਼ ਪਹੁੰਚਾਉਣ ਦਾ ਜਿਹੜਾ ਸਾਡਾ ਅਮਲ ਹੈ ਉਹ ਜਾਰੀ ਰੱਖਣਾ ਹੈ। ਤੋ ਇਹ ਅਮਲ ਤਾਂ ਜਾਰੀ ਰਹਿ ਸਕਦਾ ਜੇ ਸਾਡੇ ਆਪਣੇ ਅੰਦਰੋਂ ਦਵੇਸ਼ ਖਤਮ ਹੋ ਜਾਏ, ਪੰਥ ਦੇ ਜਿਹੜੇ ਅੰਦਰ ਦੇ ਜਿਹੜੇ ਝੰਜਟ ਨੇ ਉਹ ਖਤਮ ਹੋ ਜਾਣ। ਜੇ ਅਸੀਂ ਗੁਰਦੁਆਰਿਆਂ ਵਿੱਚ, ਕੋਈ ਇੱਕ ਧੜੇ ਦਾ ਗੁਰਦੁਆਰਾ, ਕੋਈ ਦੂਜੇ ਧੜੇ ਦਾ ਗੁਰਦੁਆਰਾ ਹੈ, ਕਦੇ ਇੱਕ ਧੜੇ ਦੀ ਕਮੇਟੀ ਹੈ ਫਿਰ ਦੂਜੇ ਧੜੇ ਦੀ ਆ ਗਈ, ਸਾਡੇ ਅੰਦਰ ਹੀ ਇਸ ਤਰ੍ਹਾਂ ਦੇ ਵਿਵਾਦ ਖੜੇ ਹੋ ਗਏ, ਨਾ ਅਸੀਂ ਆਪ ਚੰਗੇ ਬਣ ਸਕਦੇ ਹਾਂ, ਨਾ ਦੂਜੇ ਆਪ ਚੰਗੇ ਹੋਈਏ ਜੇ ਦਵੇਸ਼ ਨਾ ਹੈ, ਨਾ ਆਪ ਚੰਗੇ ਬਣ ਸਕਾਂਗੇ ਤਾਂ ਦੂਜਿਆਂ ਨੂੰ ਅਸੀਂ ਮੈਸੇਜ ਕੀ ਦੇ ਸਕਦੇ ਹਾਂ ਜੇ ਆਪ ਹੀ ਚੰਗੇ ਨਹੀਂ ਹਾਂ। ਸੋ ਇਹਨਾਂ ਇਸ ਕਿਸਮ ਦੀਆਂ ਜਿਹੜੀਆਂ ਬਹੁ ਪ੍ਰਕਾਰੀ ਚੁਣੌਤੀਆਂ ਨੇ, ਇੱਕ ਪ੍ਰਕਾਰ ਦੀ ਚੁਣੌਤੀ, ਇਹਨਾਂ ਚੁਣੌਤੀਆਂ ਨੂੰ ਕਿਵੇਂ ਅਸੀਂ ਫੇਸ ਕਰਨਾ, ਕਿਵੇਂ ਇਹਨਾਂ ਦਾ ਸਮਾਧਾਨ ਕਰਨਾ,
ਉਹ ਵਿਚਾਰਾਂ ਜਿਹੜੀਆਂ ਨੇ ਅੱਜ ਅਸੀਂ ਥੋੜ੍ਹੇ ਜਿਹਾ ਇਹਦੇ ਜਿਹੜੇ ਪੱਖ ਨੇ ਉਹਨਾਂ 'ਤੇ ਵਿਚਾਰਾਂ ਕਰਨੀਆਂ ਨੇ। ਸਿੱਖੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਸਿੱਖ ਪੰਥ ਕੋਲ ਜਰਨੈਲ ਕਦੇ ਨਹੀਂ ਹੋਇਆ ਗੁਰੂ ਮਹਾਰਾਜ ਜੀ ਤੋਂ ਬਾਅਦ। ਇਕੱਲਾ ਜਰਨੈਲ ਨਹੀਂ, ਇੱਕ ਦੂਰ ਦ੍ਰਿਸ਼ਟੀ ਵਾਲਾ ਬੰਦਾ, ਇੱਕ ਵਿਜ਼ਨ ਵਾਲਾ ਬੰਦਾ, ਐਸਾ ਬੰਦਾ ਕੋਈ ਨਹੀਂ ਲੱਭਦਾ ਜਿਸ ਨੇ ਕੋਈ ਰਾਜ ਇਤਨਾ ਚਿਰ ਕੋਈ ਸਥਾਪਿਤ ਨਹੀਂ ਕੀਤਾ, ਆਪ ਮਹਾਰਾਜਾ ਨਹੀਂ ਬਣਿਆ, ਨਵਾਬ ਨਹੀਂ ਬਣਿਆ, ਬਾਦਸ਼ਾਹ ਨਹੀਂ ਅਖਵਾਇਆ, ਪਰੰਤੂ ਇੱਕ ਆਰਡਰ ਨਾਲ ਸਹਾਰਨਪੁਰ ਤੋਂ ਲੈ ਕੇ ਅਤੇ ਸਾਰਾ ਪੰਜਾਬ ਜਿਹੜਾ ਸੀ ਇਹਦੇ ਵਿੱਚੋਂ ਜਾਗੀਰਦਾਰੀ ਇੱਕ ਬੋਲ ਨਾਲ ਖਤਮ ਕਰ ਦਿੱਤੀ। ਜਾਗੀਰਦਾਰੀ ਕੋਈ ਦੁਨੀਆਂ ਦੇ ਵਿੱਚ ਮਿਸਾਲ ਨਹੀਂ ਮਿਲੇਗੀ। ਇੱਕ ਬੋਲ ਨਾਲ ਉਸਨੇ ਕਿਹਾ ਜਾਗੀਰਦਾਰੀ ਖਤਮ, ਹੁਣ ਹਾਕਮ ਕਿਸਾਨ ਹੋਏਗਾ, ਜ਼ਮੀਨ ਦਾ ਮਾਲਕ, ਭੋਏ ਦਾ ਮਾਲਕ ਕਿਸਾਨ ਹੈ ਜਿਹੜਾ ਖੇਤੀ ਕਰਦਾ ਹੈ। ਇੰਨੀ ਸਮਰੱਥਾ, ਇੰਨੀ ਤਾਕਤ ਵਾਲੀ ਕੋਈ ਸਰਕਾਰ ਹੋਈ ਹੈ? ਆਹ ਲੈਂਡ ਸੀਲਿੰਗ ਦਾ ਐਕਟ ਜਿਹੜਾ ਹੈ, ਜਦੋਂ ਤੋਂ ਹਿੰਦੁਸਤਾਨ ਆਜ਼ਾਦ ਹੋਇਆ ਤਦੋਂ ਤੋਂ ਲਾਗੂ ਹੋਇਆ, ਅਤੇ ਜਾ ਕੇ ਦੇਖੋ ਕਿਤਨੇ ਕਿਤਨੇ ਵੱਡੇ ਜਾਗੀਰਦਾਰ ਨੇ, ਸਾਰੀ ਪ੍ਰਾਪਰਟੀ ਪੰਜਾਬ ਦੀ ਜਿਹੜੀ ਉਹ ਪੋਲੀਟੀਕਲ ਬੰਦਿਆਂ ਦੇ ਕੋਲ ਆਈ ਜਾਂਦੀ, ਸਾਰੇ ਹਿੰਦੁਸਤਾਨ 'ਚ ਇਹ ਹਾਲ ਹੈ। ਬਾਬਾ ਬੰਦਾ ਸਿੰਘ ਬਹਾਦਰ ਵਰਗਾ ਕੋਈ ਬੰਦਾ ਨਹੀਂ, ਪਰੰਤੂ ਅਸੀਂ ਦੇਖਦੇ ਹਾਂ ਕਿ ਸਾਡੇ ਵਿਰੋਧੀਆਂ ਨੇ ਸਭ ਤੋਂ ਵੱਡਾ ਅਟੈਕ ਬੰਦਾ ਸਿੰਘ 'ਤੇ ਕੀਤਾ, ਅੰਦਰਲਿਆਂ ਵੀ ਕੀਤਾ, ਬਾਹਰੋਂ ਵੀ ਕੀਤਾ। ਅੰਦਰਲਿਆਂ ਨੇ ਕਿਹਾ ਇਹ ਬੇਮੁੱਖ ਹੈ, ਇਸ ਤੋਂ ਵੱਡਾ ਬੇਮੁੱਖ ਹੀ ਕੋਈ ਨਹੀਂ, ਇਹਦੇ ਗੁਰੂ ਤੋਂ ਭਟਕ ਗਿਆ, ਭ੍ਰਿਸ਼ਟ ਗਿਆ, ਇਸ ਲਈ ਵਿਆਹ ਕਰਾ ਲਿਆ। ਕਮਾਲ ਦੀ ਗੱਲ ਹੈ, ਵਿਨੋਦ ਸਿੰਘ ਕਾਨ ਸਿੰਘ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਿਰੋਧੀ ਨੇ, ਉਹ ਕਹਿੰਦੇ ਜੀ ਇਹਨੇ ਵਿਆਹ ਕਰਾ ਲਿਆ ਇਸ ਕਰਕੇ ਸਿੱਖ ਨਹੀਂ, ਅਤੇ ਉਹਨਾਂ ਦੇ ਆਪਣੇ ਅਤੇ ਬਾਲ ਬੱਚੇ ਸਨ, ਆਪਣਾ ਉਹਨਾਂ ਦਾ ਬੱਚਾ, ਉਹਨਾਂ ਦੇ ਖਾਨਦਾਨ ਦਾ ਸੰਗਤ ਸਿੰਘ 500 ਸਿੱਖਾਂ ਨਾਲ ਮੁਗਲ ਫੌਜ ਵਿੱਚ ਭਰਤੀ ਹੋ ਗਿਆ, ਅਤੇ ਉਹ ਲੋਕਾਂ ਬੰਦਾ ਸਿੰਘ ਨੂੰ ਕਹਿ ਰਹੇ ਨੇ ਇਹਨੇ ਵਿਆਹ ਕਿਉਂ ਕਰਾ ਲਿਆ। ਕਦੇ ਵੀ ਕੋਈ ਸਿੱਖ ਐਸਾ ਹੋਵੇ ਜਿਹਨੂੰ ਕਦੇ ਸਾਰੇ ਸਿੱਖ ਇਤਿਹਾਸ ਵਿੱਚ, ਸਾਰੇ ਗੁਰੂ ਪੀਰੀਅਡ ਵਿੱਚ ਕਦੇ ਕਿਸੇ ਗੁਰੂ ਨੇ ਕਿਹਾ ਹੋਵੇ ਵਿਆਹ ਨਹੀਂ ਕਰਾਉਣਾ ਚਾਹੀਦਾ। ਸਾਰੀਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਦੋ ਤਿੰਨ ਜਿਹੜੇ ਮੋਟੇ ਤੱਥ ਨੇ ਜਿਹੜੇ ਵਾਰ ਵਾਰ ਰਿਪੀਟ ਹੋਏ ਨੇ ਗੁਰਮੁਖ ਮਾਇਆ ਵਿੱਚ, ਉਹਦਾ ਗ੍ਰਿਸ਼ ਉੱਤੇ ਜ਼ੋਰ ਹੈ ਇਤਨਾ, ਅਤੇ ਬੰਦਾ ਸਿੰਘ ਨੂੰ ਗ੍ਰਿਸ਼ ਤੋਂ ਗ੍ਰਿਸ਼ ਵਿੱਚ ਆ ਗਿਆ ਅਤੇ ਉਸਨੂੰ ਕਿਹਾ ਪੰਥ 'ਚੋਂ ਕੱਢ ਦਿਓ। ਇਹ ਕਿਸ ਨੇ ਕੀਤਾ ਹੈ ਇਤਨਾ ਪ੍ਰਚਾਰ? ਮੈਂ ਇੱਕ ਮਿਸਾਲ ਦੇਵਾਂਗਾ, ਅਸਰਾਰੇ ਸਮੱਗਰੀ ਇੱਕ ਫਾਰਸੀ ਦੀ ਛੋਟੀ ਜਿਹੀ ਰਚਨਾ ਹੈ, ਤਿੰਨ ਚੈਪਟਰ ਹਨ ਉਹਦੇ 'ਚ। ਅਬਦੁਲ ਸਮਦ ਖਾਂ ਉਹ ਜਰਨੈਲ ਮੁਗਲਾਂ ਦਾ, ਲਾਹੌਰ ਦਾ ਹਾਕਮ, ਜਿਸ ਦੀ ਕਮਾਂਡ ਵਿੱਚ ਮੁਗਲਾਂ ਨੇ ਬੰਦਾ ਸਿੰਘ ਨੂੰ ਪਕੜਿਆ ਸੀ, ਉਸ ਅਬਦੁਲ ਸਮਦ ਖਾਂ ਦੀ ਸਿਫਤ ਵਿੱਚ ਇਹ ਕਿਤਾਬ ਲਿਖੀ ਹੋਈ ਹੈ, ਅਸਰਾਰੇ ਸਮੱਤੀ, ਪੰਜਾਬੀ ਵਿੱਚ ਤਰਜਮਾ ਪੰਜਾਬੀ ਯੂਨੀਵਰਸਿਟੀ ਨੇ ਕੀਤਾ ਹੋਇਆ। ਉਹ ਵਾਰ ਵਾਰ ਬੰਦਾ ਸਿੰਘ ਨੂੰ ਕਹਿੰਦਾ ਇਹ ਗੁਰੂ ਨਾਨਕ ਸਾਹਿਬ ਦਾ ਸਿੱਖ ਨਹੀਂ, ਭ੍ਰਿਸ਼ਟਿਆ ਹੋਇਆ ਹੈ, ਨਾਨਕ ਗੁਰੂ ਗੋਬਿੰਦ ਸਿੰਘ ਦਾ ਇਹ ਮਾਰਗ ਹੀ ਨਹੀਂ ਸੀ। ਹਾਲਾਂਕਿ ਜੋ ਕੁਝ ਉਹ ਕਹਿੰਦਾ ਉਹਦੇ ਵਿੱਚ ਹੀ ਬੰਦਾ ਸਿੰਘ ਦੀ ਬੜੀ ਵੱਡੀ ਤਾਰੀਫ ਹੈ, ਉਹਨੂੰ ਇਹ ਵੀ ਕਹਿਣਾ ਪੈਂਦਾ ਇਹਦੀ ਬਹਾਦਰੀ ਦੀਆਂ ਖਬਰਾਂ ਰੋਮ ਅਤੇ ਸ਼ਾਮ ਤੱਕ ਪਹੁੰਚ ਗਈਆਂ ਨੇ। ਹਿੰਦੁਸਤਾਨ ਦਾ ਕੋਈ ਐਸਾ ਸਰਦਾਰ ਨਹੀਂ ਜਿਹਦੇ ਮੂੰਹ ਉੱਤੇ ਇਸਨੇ ਤਲਵਾਰ ਨਾਲ ਵਾਰ ਨਾ ਕੀਤਾ ਹੋਵੇ, ਬੰਦਾ ਸਿੰਘ ਬਹਾਦਰ ਦੇ ਬਾਰੇ 'ਚ ਲਿਖਦਾ, ਪਰੰਤੂ ਭ੍ਰਿਸ਼ਟਿਆ ਹੋਇਆ ਵਾਰ ਵਾਰ ਕਿਉਂ ਕਹਿੰਦਾ? ਕਿਉਂਕਿ ਉਸਦਾ ਅਟੈਕ ਸਿੱਖੀ 'ਤੇ ਹੈ,
ਉਸ ਨੂੰ ਮੁਗਲ ਹਕੂਮਤ ਜਾਣ ਦਾ ਕਮਜ਼ੋਰ ਹੋਣ ਦਾ ਬੜਾ ਦੁੱਖ ਹੈ। ਤੋ ਬੰਦਾ ਸਿੰਘ ਨੂੰ ਬਦਲ ਤੋ ਸਾਡੇ ਸਾਡੀ ਜਿਹੜੀ ਸਥਿਤੀ ਹੈ ਹਿੰਦੁਸਤਾਨ ਵਿੱਚ, ਪੋਲੀਟੀਕਲ ਪਾਵਰ ਮੁਸਲਮਾਨ ਦੀ ਜਾਂਦੀ ਨਹੀਂ ਸੀ ਹਿੰਦੁਸਤਾਨ ਵਿੱਚੋਂ ਜੇ ਜੜ੍ਹਾਂ ਸਿੱਖ ਪੰਥ ਨਹੀਂ ਪੁੱਟਦਾ, ਅਤੇ ਉਹਨਾਂ ਦਾ ਸਾਡੇ ਨਾਲ ਵਿਰੋਧ ਹੋਣਾ ਸੁਭਾਵਿਕ ਸੀ। ਉਹ ਵਿਰੋਧ ਸ਼ਾਇਦ ਕਿਤੇ ਅੰਤਰ ਮਨ ਦੇ ਵਿੱਚ ਅਜੇ ਵੀ ਸਥਿਤ ਹੋਏਗਾ। ਉਹ ਸਾਡੀ ਵਰਤੋਂ ਆਪਣੇ ਕਾਰਨਾਂ ਵਾਸਤੇ ਕਰਨਗੇ, ਸਾਡੀ ਸੱਤਾ ਵਾਸਤੇ ਨਹੀਂ ਕੋਈ ਕਰੇਗਾ। ਦੂਜੇ ਪਾਸੇ ਰੋਜ਼ ਅਸੀਂ ਪਾਠ ਕਰੀਏ ਸਿਮਰਤੀ ਸ਼ਾਸਤਰ ਬੇਸਬੈ ਉਹ ਭੇਦ ਕਹਿ ਮੇਕ ਨਾ ਜਾਣਿਓ, ਰਾਮ ਰਹੀਮ ਕੁਰਾਨ ਕੁਰਾਨ ਨੇ ਕਹਿਮਤ ਇੱਕ ਰੋਜ਼ ਪਾਠ ਕਰੀਏ। ਇਹ ਵੀ ਸਾਡੇ ਨਾਲ ਵਾਲਾ ਭਰਾ ਜਿਹੜਾ ਸਾਨੂੰ ਆਪਣੇ ਸੱਕੇ ਭਰਾ ਕਹਿੰਦੇ ਨਾ ਗਲਵਕੜੀ 'ਚ ਲੈ ਕੇ, ਉਹਨੂੰ ਇਹ ਰੋਜ਼ ਰੋਜ਼ ਚੁੱਭਦਾ ਕਿ ਇਹ ਰੋਜ਼ ਹੀ ਪੜ੍ਹਦਾ। ਮੈਂ ਵੇਦ ਪ੍ਰਸਤ ਹਾਂ, ਇਹ ਕਹਿੰਦਾ ਮੈਂ ਵੇਦਾਂ ਨੂੰ ਮੰਨਦਾ ਹੀ ਨਹੀਂ। ਤੋ ਇਹ ਬਾਹਰੀ ਚੈਲੇਂਜਿਸ ਜਿਹੜੇ ਨੇ ਉਹ ਫਿਰ ਅੰਦਰ ਘੁਸਪੈਠ ਸਾਡੇ ਬੰਦਿਆਂ ਦਾ ਹੀ ਕਰਦੇ ਨੇ। ਇਹ ਧਿਆਨ ਰੱਖਣਾ, ਜਦੋਂ ਤੱਕ ਅੰਦਰ ਘੁਸਪੈਠ ਕਿਸੇ ਦੀ ਨਹੀਂ ਹੋਏਗੀ, ਪੰਥ ਦਾ ਬਾਹਰੋਂ ਹਮਲੇ ਨਾਲ ਕੁਝ ਨਹੀਂ ਵਿਗੜਦਾ। ਬਥੇਰੇ ਹਮਲੇ ਕਰ ਲਏ ਲੋਕਾਂ ਨੇ, ਅਹਿਮਦ ਸ਼ਾਹ ਅਬਦਾਲੀ ਆ ਗਿਆ, ਨਾਦਰ ਸ਼ਾਹ ਆ ਗਿਆ, ਤੱਤੀਆਂ ਤਵੀਆਂ 'ਤੇ ਬਿਠਾ ਲਿਆ, ਬੰਦ ਕੱਟ ਦਿੱਤੇ, ਖੋਪਰੀ ਲਾ ਦਿੱਤੀ, ਪਾਣੀ ਵਿੱਚ ਡੇਗਾਂ 'ਚ ਉਬਾਲ ਦਿੱਤੇ। ਕੋਈ ਵਿਗਾੜ ਸਕਿਆ? ਕੁਛ ਕੁਛ ਨਹੀਂ ਵਿਗਾੜ ਸਕਿਆ। ਜਦੋਂ ਤੱਕ ਅੰਦਰ ਘੁਸਪੈਠ ਕਰਕੇ ਅੰਦਰੋਂ ਮਾਰ ਨਾ ਮਾਰੀ ਜਾਵੇ, ਤਦੋਂ ਤੱਕ ਸਿੱਖ ਪੰਥ ਨੂੰ ਕੋਈ ਨਹੀਂ ਮਾਰ ਸਕਦਾ। ਇਹ ਇੱਕ ਨਿਸ਼ਚਿਤ ਗੱਲ ਹੈ, ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਹਜ਼ੂਰ ਦਾ ਤੇਜ ਹੈ ਇਸ ਪੰਥ ਦੇ ਵਿੱਚ। ਉਹ ਜਦੋਂ ਕਿਸੇ ਦਾ ਹੱਥ ਕੰਡਾ ਬਣ ਕੇ ਆਪਣਾ ਨਿਰਾਲਾਪਣ, ਆਪਣੀ ਆਈਡੀਆਲੋਜੀ ਛੱਡ ਕੇ ਦੂਜਿਆਂ ਦੇ ਹੱਥਾਂ ਦਾ ਖਿਡੌਣਾ ਬਣ ਜਾਂਦਾ, ਫਿਰ ਉਸ ਵੇਲੇ ਉਹਦੇ 'ਚੋਂ ਤੇਜ ਤਪ ਗੁਰੂ ਮਹਾਰਾਜ ਜੀ ਦਾ ਨਹੀਂ ਰਹਿ ਜਾਂਦਾ। ਇਸੇ ਕਰਕੇ ਮਹਾਰਾਜ ਨੇ ਕਿਹਾ, ਜਬ ਲਾ ਖਾਲਸਾ ਰਹੇ ਨਿਆਰਾ ਤਬ ਲਾ ਤੇਜ ਜੀਓ ਮੈਂ ਸਾਰਾ, ਜਬ ਇਹ ਗਿਆ ਵਿਪਰਨ ਕੀ ਰੀਤ। ਹੁਣ ਜਿਹੜਾ ਬੰਦਾ ਵਿਪਰਨ ਦੀ ਚਾਲ 'ਤੇ ਚੱਲਦਾ ਹੈ ਪੰਥ ਨੂੰ ਕਮਜ਼ੋਰ ਕਰਨ ਵਾਸਤੇ, ਉਹ ਵਿਪਰਨ ਕੀ ਰੀਤ ਦਾ ਪਾਲਣ ਕਰ ਰਿਹਾ ਹੈ, ਅਨੁਸਰਨ ਕਰ ਰਿਹਾ ਉਸ ਦਾ। ਸੋ ਮੈਨੂੰ ਇਹ ਵਿਸ਼ਾ ਦਿੱਤਾ ਹੈ ਕਿ ਆਪਣੇ ਜਿਹੜੇ ਵਿਰਾਸਤੀ ਗ੍ਰੰਥ ਹਨ ਇਹਨਾਂ ਉੱਤੇ ਜਿਹੜੇ ਹਮਲੇ ਹੋ ਰਹੇ ਨੇ ਉਹਨਾਂ ਤੋਂ ਸੁਚੇਤ ਹੋਣਾ ਹੈ। ਮੈਂ ਇੱਕ ਭਰਾਵੋ, ਭੈਣੋ, ਬੀਬੀਓ, ਬੱਚਿਓ, ਇੱਕ ਬੇਨਤੀ ਕਰ ਦੇਵਾਂ। ਨਿਸ਼ਚਿਤ ਤੌਰ 'ਤੇ ਜਾਣੋ, ਜੇ ਇਕੱਲੇ ਦਸਮ ਗ੍ਰੰਥ ਦੇ ਖਤਰੇ ਦੀ ਗੱਲ ਹੁੰਦੀ ਤਾਂ ਸ਼ਾਇਦ ਕੋਈ ਪ੍ਰੋਬਲਮ ਇੰਨੀ ਵੱਡੀ ਨਹੀਂ ਸੀ। ਠੀਕ ਹੈ, ਗੁਰੂ ਗ੍ਰੰਥ ਸਾਹਿਬ ਤਾਂ ਹੈ ਨਾ। ਸਮੱਸਿਆ ਕੀ ਹੈ ਕਿ ਦਸਮ ਗ੍ਰੰਥ ਦੇ ਵਿਰੋਧ ਤੋਂ ਬਾਅਦ ਫਿਰ ਅੱਗੇ ਰਾਗਮਾਲਾ ਦਾ ਵਿਰੋਧ, ਫਿਰ ਰਾਗਮਾਲਾ ਤੋਂ ਬਾਅਦ ਭੱਟਾਂ ਦੇ ਸੋਈਆਂ ਦਾ ਵਿਰੋਧ, ਭੱਟਾਂ ਦੇ ਸੋਈਆਂ ਤੋਂ ਬਾਅਦ ਭਗਤ ਬਾਣੀ ਦਾ ਵਿਰੋਧ। ਭਗਤ ਬਾਣੀ ਦੇ ਵਿਰੋਧ ਤੋਂ ਬਾਅਦ ਕਿਹਾ ਜਾਂਦਾ ਵੀ ਬਾਣੀ ਤਾਂ ਸਿਰਫ ਬਾਬੇ ਨਾਨਕ ਦੀ ਸੀ, ਹੋਰ ਗੁਰੂਆਂ ਦੀ ਤਾਂ ਬਾਣੀ ਨਹੀਂ ਹੋ ਸਕਦੀ। ਤੋ ਸਾਰਾ ਕੁਝ ਹੀ ਗਿਆ ਸਾਡੇ ਕੋਲ, ਫਿਰ ਕਹਿ ਦਿੱਤਾ ਕਿ ਬਾਬਾ ਨਾਨਕ ਦੀ ਬਾਣੀ ਦਾ ਕੀ ਕਰੋਗੇ, ਇਹਦੇ 'ਚ ਤਾਂ ਮਿਲਾਵਟ ਹੋ ਗਈ। ਨਿਰਮਲਿਆ ਮਿਲਾਵਟ ਕਰ ਦਿੱਤੀ ਹੈ, ਸਪੋਕਸਮੈਨ ਵਾਲਾ ਇਹ ਲਿਖੀ ਜਾ ਰਿਹਾ। ਤੋ ਕੁਝ ਵੀ ਨਾ ਰਹਿ ਗਿਆ ਸਾਡੇ ਪਾਸ। ਜੇ ਗੁਰੂ ਗ੍ਰੰਥ ਸਾਹਿਬ ਵੀ ਸਿੱਖਾਂ ਪਾਸ ਨਾ ਰਹਿ ਜਾਏ ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿਸੇ ਪੰਥ ਦੀ ਇੱਥੇ ਕੌਣ ਬਿਠਾਵਾਂਗੇ ਲਿਆ ਕੇ। ਜੇ ਕੱਲ੍ਹ ਨੂੰ ਕਹਿਣ ਕੇ ਮਿਲਾਵਟੀ ਗ੍ਰੰਥ ਹੈ ਜੀ ਚੱਕੋ, ਅਸੀਂ ਤਾਂ ਗੁਰਦੁਆਰਾ ਬਿਨਾਂ ਗ੍ਰੰਥ ਦੇ ਬਣਾਵਾਂਗੇ, ਅਤੇ ਫਿਰ ਇਸ ਸੀਟ 'ਤੇ ਆ ਕੇ ਕੋਈ ਬੰਦਾ ਹੀ ਬੈਠੇਗਾ ਨਾ। ਅਤੇ ਜਦੋਂ ਬੰਦਾ ਬੈਠੇਗਾ ਤਾਂ ਫਿਰ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰੂ ਕੀ ਦੇਹ, ਇਹ ਕਿਸ ਤਰ੍ਹਾਂ ਪੜ੍ਹਾਂਗੇ? ਫਿਰ ਤਾਂ ਬੰਦੇ ਦੇ ਆਸਰੇ ਪੰਥ ਚੱਲੇਗਾ, ਅਤੇ ਪੰਥ ਜਿਹੜਾ ਹੈ
ਹਰ ਗੁਰਦੁਆਰੇ ਵਿੱਚ ਇੱਕ ਇੱਕ ਗੁਰੂ ਆ ਕੇ ਬਣ ਕੇ ਬੈਠ ਜਾਏਗਾ ਅਤੇ ਸਾਰਾ ਪੰਥ ਖੇਰੂ ਖੇਰੇ ਹੋ ਗਏ। ਇਹ ਡਰ ਹੈ, ਇਹ ਖਤਰਾ ਹੈ ਸਾਡੇ ਜਿਹੜੇ ਵਿਰਾਸਤੀ ਗ੍ਰੰਥ ਨੇ। ਕਿਉਂਕਿ ਇੱਕ ਗੱਲ ਖਾਸ ਕਰਕੇ ਬੱਚਿਆਂ ਨੂੰ ਤਾਂ ਬਹੁਤਾ ਪਤਾ ਹੈ, ਇੱਥੋਂ ਦਾ ਸਿਸਟਮ ਇੰਡੀਅਨ ਸਿਸਟਮ ਸਾਡਾ ਜਿਹੜਾ ਸੀ ਉਹਦੇ 'ਚ ਅੰਤਰ ਹੈ, ਕਿਉਂਕਿ ਧਰਮਾਂ ਦੀ ਨੇਚਰ ਵਿੱਚ ਅੰਤਰ ਹੈ। ਇਹ ਧਰਮਾਂ ਦੀ ਜਿਹੜੀ ਨੇਚਰ ਹੈ ਉਹਨੂੰ ਸਮਝ ਲੈਣਾ ਚਾਹੀਦਾ। ਇੱਥੇ ਆਰਗੇਨਾਈਜੇਸ਼ਨ ਨਾਲ ਧਰਮ ਨਹੀਂ, ਆਰਗੇਨਾਈਜੇਸ਼ਨ ਸੁਪਰੀਮ ਹੈ, ਸ਼ਬਦ ਸੁਪਰੀਮ ਨਹੀਂ ਹੈ। ਭਾਰਤੀ ਧਰਮਾਂ ਦੀ ਨੇਚਰ ਵਿੱਚ ਸ਼ਬਦ ਪ੍ਰਮਾਣ ਹੈ, ਚਾਹੇ ਉਹ ਵੇਦ ਦੇ ਰੂਪ ਵਿੱਚ ਹੋਏ, ਵੇਦ ਵਿੱਚ ਮੇਰੀ ਨਿਸ਼ਠਾ ਨਹੀਂ ਪਰੰਤੂ ਸ਼ਬਦ ਵਿੱਚ ਨਿਸ਼ਠਾ ਹੈ। ਮਹਾਤਮਾ ਬੁੱਧ ਜੀ ਜਿਹੜੇ ਸਨ ਉਹਨਾਂ ਦੀ ਸ਼ਬਦ ਵਿੱਚ ਨਿਸ਼ਠਾ ਨਹੀਂ ਸੀ, ਵਿਅਕਤੀਵਾਦੀ ਧਰਮ ਸੀ, ਪਰੰਤੂ ਵੇਦ ਦੀ ਵੀ ਵੇਦ ਪ੍ਰਮਾਣ ਵਿੱਚ ਵਿਸ਼ਵਾਸ ਹੈ। ਸਾਡਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪ੍ਰਮਾਣ ਵਿੱਚ ਵਿਸ਼ਵਾਸ ਹੈ ਕਿ ਇਹ ਅੰਤਿਮ ਪ੍ਰਮਾਣ ਹੈ। ਪਰੰਤੂ ਇੱਥੋਂ ਦੇ ਜਿਹੜੇ ਧਰਮ ਸਨ ਉਹਨਾਂ ਦੇ ਇੱਕ ਉਹ ਸ਼ਰਾਈ ਧਰਮ ਸਨ, ਇੱਕ ਆਰਗੇਨਾਈਜੇਸ਼ਨ ਸੀ, ਚਾਹੇ ਜੂਡਾਇਜ਼ਮ ਸੀ, ਚਾਹੇ ਕ੍ਰਿਸਚੈਨਿਟੀ ਹੈ, ਚਾਹੇ ਇਸਲਾਮ ਹੈ। ਇਸ ਕਰਕੇ ਜਦੋਂ ਉਹਨਾਂ ਨੇ ਆਪਣੇ ਧਰਮ ਦੀ ਸਮੀਖਿਆ ਕਰਨੀ ਹੈ, ਪੜਚੋਲ ਕਰਨੀ ਹੈ, ਉਸਨੂੰ ਐਨਲਾਈਜ਼ ਕਰਨਾ ਹੈ, ਤਾਂ ਉਹ ਆਰਗੇਨਾਈਜੇਸ਼ਨ ਦਾ ਇਤਿਹਾਸ ਵੇਖਣਗੇ। ਉਹਨਾਂ ਵਾਸਤੇ ਇਹ ਜ਼ਰੂਰੀ ਹੈ ਕਿ ਕ੍ਰਾਈਸਟ ਕਦੋਂ ਪੈਦਾ ਹੋਇਆ, ਮੂਸਾ ਕਦੋਂ, ਮੌਜਿਦ ਕਦੋਂ ਪੈਦਾ ਹੋਇਆ, ਅਬਰਾਹਮ ਕਿਹੜੇ ਕਾਲ ਵਿੱਚ ਹੋਇਆ। ਕਿਉਂਕਿ ਜਿਹੜੀਆਂ ਧਰਮ ਦੀਆਂ ਸੁਖਨਤਾਈਆਂ ਨੇ, ਨਾਮ ਸਿਮਰਨ ਦੀ ਵਿਵਸਥਾ ਹੈ, ਉਹ ਵਿਵਸਥਾ ਉੱਥੇ ਨਹੀਂ ਹੈ। ਉਹ ਤਾਂ ਤੁਸੀਂ ਬਾਈਬਲ ਪੜ੍ਹੋਗੇ, ਜਗਤ ਕਿਵੇਂ ਬਣਿਆ, ਬੰਦਾ ਕਿਵੇਂ ਬਣਿਆ, ਫਿਰ ਯਹੂਦੀ ਕੌਮ ਕਿਵੇਂ ਬਣੀ, ਫਿਰ ਉਸ ਕੌਮ ਦੇ ਉਜਾੜੇ ਕਿਵੇਂ ਹੋਏ, ਫਿਰ ਉਹ ਕੌਮ ਕਿਵੇਂ ਵਾਰ ਵਾਰ ਵਤਨ ਵੱਲ ਬਦਲਦੀ ਹੈ, ਕਿਵੇਂ ਉਹਦਾ ਰਾਜ ਸਥਾਪਿਤ ਹੁੰਦਾ ਹੈ। ਤਾਂ ਇਹ ਤਾਂ ਸਾਰਾ ਇਤਿਹਾਸ ਹੈ ਨਾ, ਇਤਿਹਾਸਕ ਪੜਚੋਲ ਇਹਨਾਂ ਦਾ ਲਕਸ਼ ਹੈ। ਜਿਹੜਾ ਸਾਡਾ ਧਰਮ ਹੈ ਇਸ ਵਿੱਚ ਇਤਿਹਾਸ ਨਹੀਂ, ਇਸ ਵਿੱਚ ਗੁਰੂ ਦਾ ਗਿਆਨ ਸੁਪਰੀਮ ਹੈ, ਪਰਮੇਸ਼ਰ ਦਾ ਨਾਮ ਸੁਪਰੀਮ ਹੈ। ਉੱਥੇ ਨਾਮ ਸੁਪਰੀਮ ਨਹੀਂ ਹੈ, ਨਾਮ ਸਾਡੇ ਨਾਮ ਦੀ ਸੁਪਰੀਮੇਸੀ ਹੈ। ਅਤੇ ਨਾਮ ਦਾ ਕੋਈ ਇਤਿਹਾਸ ਹੋ ਸਕਦਾ ਹੈ? ਨਾਮ ਤਾਂ ਜਿਹੜਾ ਹੈ, ਜੇਤਾ ਕੀਤਾ ਤੇਤਾ ਨਾਉ, ਜੋ ਕੁਝ ਬਣਾਇਆ ਗਿਆ ਇਹ ਨਾਮ ਹੈ। ਹੁਣ ਇਹਦਾ ਇਤਿਹਾਸ ਕੋਈ ਕੀ ਲੱਭੇਗਾ? ਮੂਸਾ ਦਾ ਇਤਿਹਾਸ ਤਾਂ ਲੱਭਿਆ ਜਾ ਸਕਦਾ ਹੈ, ਨਾਮ ਦਾ ਇਤਿਹਾਸ ਨਹੀਂ ਹੋ ਸਕਦਾ। ਔਰ ਗੁਰੂ ਗ੍ਰੰਥ ਸਾਹਿਬ ਸਾਰਾ ਨਾਮ, ਜੇਕਰ ਇੱਥੋਂ ਦੇ ਪੈਰਾਮੀਟਰ ਗੁਰੂ ਗ੍ਰੰਥ ਸਾਹਿਬ ਦੀ ਰਿਸਰਚ 'ਤੇ ਲਗਾ ਦਿੱਤੇ ਜਾਣ, ਜੋ ਇੱਕ ਵਿਅਕਤੀ ਦੇ ਵਿਵਹਾਰ ਦੀ ਜਾਂ ਉਹਦੇ ਇਤਿਹਾਸ ਦੀ ਪੁਣਛਾਣ ਕਰਨੀ ਹੈ, ਉਸੇ ਤਰੀਕੇ ਨਾਲ ਗ੍ਰੰਥ ਦੀ ਪੁਣਛਾਣ ਸ਼ੁਰੂ ਕਰ ਦਿੱਤੀ ਜਾਵੇ, ਨਤੀਜੇ ਕਿਵੇਂ ਸਾਡੇ ਹੱਕ ਵਿੱਚ ਹੋ ਸਕਦੇ ਨੇ, ਸਾਡੀ ਫੇਵਰ 'ਚ ਹੋ ਸਕਦੇ ਨੇ, ਇਹ ਗੱਲ ਵਿਚਾਰਨ ਵਾਲੀ ਹੈ। ਸਾਡੇ ਸਾਰੇ ਦੇ ਸਾਰੇ ਗ੍ਰੰਥਾਂ ਵਿੱਚ ਇਤਿਹਾਸ ਦੀ ਬਾਤ ਨਹੀਂ ਹੈ। ਸਾਰੀਆਂ ਕਥਾ ਕਹਾਣੀਆਂ ਹਨ ਕਿਸ ਵਾਸਤੇ? ਗੁਰੂ ਜੀ ਦਾ ਅਮਲ ਦਰਸਾਉਣ ਵਾਸਤੇ, ਉਹਨਾਂ ਦਾ ਉਪਦੇਸ਼ ਦਰਸਾਉਣ ਵਾਸਤੇ। ਉਪਦੇਸ਼ ਹੀ ਨਿਸ਼ਾਨਾ ਸਾਰੇ ਗ੍ਰੰਥਾਂ ਦਾ। ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਤੁਸੀਂ ਪੜ੍ਹਦੇ ਹੋ, ਕਿਆ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਉਹਨਾਂ ਨੇ ਜੀਵਨੀ ਲਿਖੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਕੇਵਲ ਕੁਝ ਅੰਸ਼ ਲਿਖੇ ਨੇ, ਇਹ ਵੀ ਨਹੀਂ ਲਿਖਿਆ ਕਿ ਮਾਤਾ ਤ੍ਰਿਪਤਾ ਦੇ ਘਰ ਵਿੱਚ ਹੋਏ ਅਤੇ
ਕਾਲੂ ਜੀ ਇਹਨਾਂ ਦੇ ਪਿਤਾ ਜੀ ਸਨ, ਔਰ ਤਲਵੰਡੀ ਦੇ ਵਿੱਚ ਕੁਛ ਨਹੀਂ ਇਹ ਗੱਲਾਂ, ਇਹਨਾਂ ਗੱਲਾਂ ਨਾਲ ਵਾਸਤਾ ਨਹੀਂ, ਉਹਨਾਂ ਦਾ ਗੁਰੂ ਨਾਨਕ ਦੇ ਉਪਦੇਸ਼ ਨਾਲ ਵਾਸਤਾ ਹੈ, ਸਿੱਧਾ ਨਾਲ ਗੋਸ਼ਟੀ ਹੋਈ ਇਹ ਵਾਸਤਾ ਹੈ। ਉਹ ਜਾ ਮੁਲਤਾਨ ਵਿੱਚ ਗਏ, ਉੱਥੇ ਕਿਵੇਂ ਵਿਵਹਾਰ ਕੀਤਾ ਉਹਨਾਂ ਨੇ, ਕਿਵੇਂ ਸੱਚ ਦਾ ਉਪਦੇਸ਼ ਦਿੱਤਾ, ਇਹ ਚੀਜ਼ ਹੈ। ਗੁਰੂ ਅਰਜਨ ਦੇਵ ਦੀ ਸ਼ਹਾਦਤ ਤੱਕ ਨਹੀਂ ਹੈ, ਸ਼ਹਾਦਤ ਦਾ ਜ਼ਿਕਰ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਇਤਿਹਾਸ ਨਹੀਂ ਭਾਈ ਗੁਰਦਾਸ ਜੀ ਦੀਆਂ ਪਾਇਆ। ਇਹ ਤੇ ਉਸ ਸੱਤ ਦੀ ਵਿਆਖਿਆ ਹੈ ਜੋ ਸੱਤ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪ੍ਰਗਟ ਕੀਤਾ ਸੀ। ਇਹ ਉਸ ਬੰਦੇ ਦੀ ਕਰਨੀ ਦਾ ਪ੍ਰਗਟਾਵਾ ਹੈ ਜਿਹੋ ਜਿਹਾ ਬੰਦਾ ਗੁਰੂ ਨਾਨਕ ਦੇਵ ਸਿਰਜਣ ਵਾਸਤੇ ਇਸ ਧਰਤੀ 'ਤੇ ਆਏ ਸਨ। ਮਨੁੱਖ ਇੱਕ ਪਰਿਪੂਰਨ ਮਨੁੱਖ ਬਣਾਉਣ ਵਾਸਤੇ ਆਏ ਸਨ। ਉਸ ਪਰਿਪੂਰਨ ਮਨੁੱਖ ਵਿੱਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਨੇ, ਇੱਕ ਪਰਫੈਕਟ ਮੈਨ ਉਹਦੇ ਵਿੱਚ ਕਿਹੜੇ ਕਿਹੜੀਆਂ ਵਰਚੂ, ਉਹਦਾ ਵਿਵਹਾਰ ਕੈਸਾ ਹੋਣਾ ਚਾਹੀਦਾ, ਇਹਦਾ ਵਾਰ ਵਾਰ ਉਲੇਖ ਮਿਲੇਗਾ। ਸਿੱਖ ਦਾ ਉਲੇਖ ਤੇ ਵਾਰ ਵਾਰ ਹੈ, ਗੁਰੂ ਦੀ ਜੀਵਨੀ ਦਾ ਨਹੀਂ, ਗੁਰੂ ਦੇ ਗੁਣਾਂ ਦਾ, ਗੁਰੂ ਦੇ ਉਪਕਾਰਾਂ ਦਾ, ਗੁਰੂ ਨਾਲ ਪਿਆਰ ਕਰਨ ਦਾ, ਗੁਰੂ ਦਾ ਕਿਤਨਾ ਉੱਚਾ ਸਥਾਨ ਹੈ, ਇਹ ਚੀਜ਼ ਵਾਰ ਵਾਰ ਆਵੇਗੀ। ਕਿਉਂਕਿ ਗੁਰੂ ਨੂੰ ਅਸੀਂ ਜੀਵਨ ਤੇ ਮੰਨਦੇ ਹੀ ਨਹੀਂ, ਜੇ ਜੀਵਨ ਮੰਨਦੇ ਹਾਂ ਅਸੀਂ ਤਾਂ ਸ੍ਰਿਸ਼ਟੀ ਦਾ ਜੀਵਨ ਮੰਨਦੇ ਹਾਂ। ਇੱਕ ਬੰਦੇ ਦੀ ਲਾਈਫ ਗੁਰੂ ਨਹੀਂ ਮੰਨਦੇ, ਇੱਕ ਬੰਦੇ ਦੀ ਲਾਈਫ ਗੁਰੂ ਮੰਨਦੇ ਹੁੰਦੇ ਤੇ 10 ਗੁਰੂ ਹੁੰਦੇ ਸਾਡੇ। ਅਸੀਂ ਕਦੇ 10 ਗੁਰੂ ਕਿਹਾ ਸਾਡੇ 10 ਗੁਰੂ ਨੇ ਨਾ, ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 10 ਪ੍ਰਕਾਸ਼ ਨੇ, 10 ਰੂਪ ਨੇ, ਇਹੀ ਸਾਡੀ ਵਿਚਾਰ ਹੈ ਨਾ। 10 ਗੁਰੂ ਨਹੀਂ ਹਨ, ਪਹਿਲਾ ਦੂਜਾ ਤੀਜਾ ਗੁਰੂ ਨਹੀਂ ਲਿਖਿਆ ਗਿਆ, ਮਹਿਲਾ ਪਹਿਲਾ ਮਹਿਲਾ ਦੂਜਾ, ਮਹੱਲਾ ਕਹਿ ਲਓ ਮਹਿਲਾ ਕਹਿ ਲਓ, ਭਾਵ ਇੱਕੋ ਹੀ ਹੈ, ਨਤੀਜਾ ਇੱਕੋ ਹੀ ਹੈ, ਇਹੀ ਲਿਖਿਆ ਗਿਆ। ਇਹ ਪਹਿਲੇ ਸਰੂਪ ਵਿੱਚ ਨੇ, ਦੂਜੇ ਸਰੂਪ ਵਿੱਚ ਨੇ, ਤੀਜੇ ਸਰੂਪ ਵਿੱਚ ਨੇ, ਚੌਥੇ ਸਰੂਪ 'ਚ ਨੇ, ਪੰਜਵੇਂ ਸਰੂਪ 'ਚ ਨੇ। ਸਿਰਫ ਸਰੂਪ ਬਦਲਿਆ, ਗੁਰੂ ਨਹੀਂ ਬਦਲਿਆ। ਇਸ ਕਰਕੇ ਉੱਥੇ ਮੌਜੇ ਜਿਹੜਾ ਹੈ ਉਹ ਜੋਸ਼ੂਆ ਨਹੀਂ ਹੈ, ਮੌਜਿਦ ਅਲੱਗ ਹੈ, ਅਗਲਾ ਪ੍ਰੋਫਿਟ ਅਲੱਗ ਹੈ, ਅਬਰਾਹਮ ਹੋਰ ਹੈ, ਪ੍ਰੋਫ ਮੁਹੰਮਦ ਸਾਹਿਬ ਹੋਰ ਨੇ, ਕ੍ਰਾਈਸਟ ਹੋਰ ਹੈ। ਇੱਥੇ ਕੀ ਹੈ? ਇੱਥੇ ਕੇਵਲ ਤੇ ਇੱਕ ਗੁਰੂ ਨਾਨਕ ਹੈ। ਮੈਂ ਇੱਕ ਬੇਨਤੀ ਕਰਾਂਗਾ, ਤੁਸੀਂ ਅਸੀਂ ਥੋੜ੍ਹਾ ਜਿਹਾ ਅਸੀਂ ਪ੍ਰਣਵਤ ਨਾਨਕ ਪੜ੍ਹਦੇ ਹਾਂ ਨਾ, ਜਾਂ ਬਿਨਵੰਤ ਨਾਨਕ ਪੜ੍ਹਦੇ ਹਾਂ, ਜੇ ਸੰਸਕ੍ਰਿਤ ਵਾਲੇ ਪੜ੍ਹਨਗੇ ਉਹ ਬਿਨਵੰਤ ਨਹੀਂ ਪੜ੍ਹਨਗੇ, ਉਹ ਕਹਿਣਗੇ ਬਿਨਵੰਤੀ, ਸਿਹਾਰੀ ਲੱਗੀ ਹੈ। ਪ੍ਰਣਵਤ ਨੂੰ ਪ੍ਰਣਵਤੀ ਨਹੀਂ ਪੜ੍ਹਨਗੇ। ਇਹ ਤੀ ਲੱਗਣ ਨਾਲ ਕੀ ਹੋ ਗਿਆ? ਬਿਨਵਤ ਹੋਵੇਗਾ ਇੱਕ ਵਚਨ ਨਾਨਕ ਜੀ ਨਾਨਕ ਆਖਦਾ ਹੈ, ਸਿਹਾਰੀ ਲੱਗਣ ਨਾਲ ਕੀ ਹੋ ਗਿਆ? ਨਾਨਕ ਆਖਦੇ ਹਨ। ਇਹ ਫਰਕ ਸਮਝ ਲੈਣਾ ਚਾਹੀਦਾ। ਇਹਦੇ ਨਾਲ ਗੁਰਬਾਣੀ ਦੀ ਵਿਆਖਿਆ ਦੀ ਇੱਕ ਬੜੀ ਵੱਡੀ ਪ੍ਰਾਬਲਮ ਖਤਮ ਹੋ ਜਾਂਦੀ ਹੈ। ਨਾਨਕ ਆਖਦੇ ਹਨ, ਅਸੀਂ ਤਾਂ ਕਹਿ ਦਿੱਤਾ ਜੇ ਪੰਚਮ ਪਾਤਸ਼ਾਹ ਦਾ ਸ਼ਬਦ ਹੋਵੇਗਾ ਤਾਂ ਅਸੀਂ ਲਾ ਦਿੱਤਾ ਪੰਚਮ ਨਾਨਕ ਆਖਦੇ ਹਨ, ਇਹ ਸਾਡੀ ਵਿਆਖਿਆ ਕਰੀ ਹੈ ਅੱਜ ਦੀ ਜਿਹੜੀ ਹੈ। ਪਰੰਤੂ ਪੰਚਮ ਨਾਨਕ ਨੇ ਇਹ ਨਹੀਂ ਸੀ ਕਿਹਾ, ਉਹਨਾਂ ਨੇ ਆਖਦੇ ਹਨ ਕਿਉਂ ਲਿਖਿਆ, ਆਖਦਾ ਹੈ ਕਿਉਂ ਨਹੀਂ ਲਿਖਿਆ,
ਆਖਦੇ ਹਨ ਤੇ ਅਸੀਂ ਸਤਿਕਾਰ ਨਾਲ ਕਹਿੰਦੇ ਹਾਂ ਕਿਸੇ ਨੂੰ ਤੂੰ ਆਇਆ ਹੈ, ਤੁਸੀਂ ਆਏ ਹੋ। ਅਸੀਂ ਕਹਿੰਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਦਾ ਜਦੋਂ ਨਾਮ ਲਵਾਂਗੇ ਬਹੁ ਵਚਨ ਵਿੱਚ ਲਵਾਂਗੇ, ਸੰਸਕ੍ਰਿਤ ਦਾ ਨਿਯਮ ਹੈ। ਸਤਿਕਾਰ ਨਾਲ ਇੱਕ ਵਿਅਕਤੀ ਨੂੰ ਬਹੁ ਵਚਨ ਵਿੱਚ ਵਰਤਦੇ ਹਨ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਪ੍ਰਣਮਤੀ ਨਾਨਕ ਆਖਦੇ ਨੇ ਤਾਂ ਉਹ ਇਹ ਆਖਦੇ ਨੇ, ਨਾਨਕ ਜੀ ਆਖਦੇ ਨੇ। ਕਿਹੜੇ ਨਾਨਕ ਜੀ? ਬਾਬਾ ਨਾਨਕ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਇਹਦਾ ਭਾਵ ਕੀ ਹੈ? ਇਹਦਾ ਭਾਵ ਇਹ ਸਾਰੇ ਗੁਰੂ ਪਾਤਸ਼ਾਹਾਂ ਨੇ ਇਹ ਕਿਹਾ ਕਿ ਜੋ ਕੁਝ ਆਖਿਆ ਗੁਰੂ ਨਾਨਕ ਸਾਹਿਬ ਦਾ ਆਖਿਆ, ਅਸੀਂ ਨਹੀਂ ਕਹਿ ਰਹੇ, ਗੁਰੂ ਨਾਨਕ ਸਾਹਿਬ ਆਖ ਕਹਿ ਰਹੇ, ਗੁਰੂ ਨਾਨਕ ਸਾਹਿਬ ਦਾ ਕਿਹਾ ਹੋਇਆ ਹੈ। ਇਹ ਉਹਨਾਂ ਦੇ ਬਚਨ ਵੀ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਮਰਪਿਤ ਕਰ ਦਿੱਤੇ ਨੇ। ਸੋ ਇਹ ਇਸ ਕਰਕੇ ਸਤਿਕਾਰ ਨਾਲ ਤਾਂ ਪ੍ਰਣਵਤੀ ਅਤੇ ਬਿਨਵੰਤੀ ਲਿਖਿਆ ਹੋਇਆ। ਖੈਰ, ਮੈਂ ਇਹ ਨਿਵੇਦਨ ਕਰ ਰਿਹਾ ਸੀ ਕਿ ਜੋ ਗੁਰਬਾਣੀ ਹੈ ਇਹ ਮਹਿਲਾ ਪਹਿਲਾ, ਮਹਿਲਾ ਦੂਜਾ, ਮਹਿਲਾ ਤੀਜਾ, ਇਹ ਲਿਖਿਆ ਗੁਰੂ ਪਹਿਲਾ ਦੂਜਾ ਤੀਜਾ ਨਹੀਂ ਲਿਖਿਆ। ਇਹ ਸਾਡਾ ਆਪਣਾ ਸਿਸਟਮ ਹੈ। ਅੰਗਰੇਜ਼ ਨੇ ਲਿਖਣਾ ਹੋਵੇਗਾ ਤਾਂ ਉਹ ਇਹਨੂੰ ਗੁਰੂ ਪਹਿਲਾ ਦੂਜਾ ਤੀਜਾ ਚੌਥਾ ਲਿਖੇਗਾ, ਉਹਨੂੰ ਮਹਿਲਾ ਸਮਝ ਹੀ ਨਹੀਂ ਆਉਣਾ। ਇਹ ਤਾਂ ਸਾਡੇ ਸਿਸਟਮ 'ਚ ਸਮਝ ਆਏਗਾ ਨਾ, ਕਿਉਂ ਉਸਨੂੰ ਨਹੀਂ ਇਹ ਸਮਝ ਆਏਗਾ ਕਿ ਗੁਰੂ ਨਾਨਕ ਹੀ ਗੁਰੂ ਅੰਗਦ ਸੀ। ਉਹ ਤਾਂ ਕਹੇਗਾ ਗੁਰੂ ਅੰਗਦ ਤਾਂ ਅਲੱਗ ਹੈ, ਗੁਰੂ ਨਾਨਕ ਸਾਹਿਬ ਅਲੱਗ ਨੇ, ਅਤੇ ਹੁਣ ਉਹਦੀ ਰਿਸਰਚ ਜਿਹੜੀ ਹੈ ਉਹ ਸਾਡੀ ਭਾਵਨਾ ਦੇ ਅਨੁਕੂਲ ਕਿਵੇਂ ਹੋਏਗੀ? ਸੰਭਵ ਹੀ ਨਹੀਂ ਹੈ। ਉਸ ਦਾ ਸਿਸਟਮ ਦੂਜਾ ਦੇਖਣ ਦਾ, ਸਾਡਾ ਸਿਸਟਮ ਦੂਜਾ ਹੈ। ਅਸੀਂ ਸਾਰੀ ਕਾਇਨਾਤ ਵਿੱਚ ਇੱਕ ਜੋਤੀ ਦਾ ਪ੍ਰਕਾਸ਼ ਮੰਨਦੇ ਹਾਂ, ਪਰੰਤੂ ਇੱਥੇ ਦੇ ਸਿਸਟਮ ਵਿੱਚ ਕ੍ਰਿਸਚਨਜ਼ ਵਿੱਚ ਹੋਰ ਜੋਤੀ ਹੈ, ਜੂੜਾ ਲੋਕਾਂ ਵਿੱਚ ਹੋਰ ਹੈ, ਇਸਲਾਮ ਵਿੱਚ ਹੋਰ ਹੈ, ਸਾਰੇ ਨਿਆਰੇ ਨਿਆਰੇ। ਸਾਡਾ ਹੈ ਸਾਰੇ ਜਗਤ ਦਾ ਅਸਲਾ ਇੱਕ ਹੈ, ਇਹ ਧਿਆਨ ਰੱਖਣ ਵਾਲੀ ਬਾਤ ਹੈ। ਕੱਲੀ ਰੂਹ ਹੀ ਨਹੀਂ, ਇਹ ਪੰਜ ਤੱਤਵਕ ਸਰੀਰ ਵੀ ਅਸੀਂ ਕਹਿੰਦੇ ਹਾਂ ਇੱਕ ਹੈ, ਇੱਕ ਤੱਤ ਹੈ, ਕੁਛ ਨਹੀਂ ਹੋਰ। ਹਵਾ, ਪਾਣੀ, ਮਿੱਟੀ, ਅਗਨੀ, ਆਕਾਸ਼, ਹਰ ਚੀਜ਼ ਇਹਦੇ ਤੋਂ ਬਣੀ ਹੈ। ਸਿਰਫ ਨਿਆਰੇ ਨਿਆਰੇ ਰੂਪ ਪਰਮੇਸ਼ਰ ਨੇ ਬਣਾਏ ਹੋਏ ਨੇ, ਆਪਣੇ ਬਣਾਏ ਹੋਏ ਨੇ। ਇਹ ਜਿਹੜਾ ਅਸੀਂ ਸੋਚਦੇ ਹਾਂ ਇਹ ਤੇ ਕਾਸੀ ਮੈਂ ਬਣਾ ਕੇ ਬੈਠਾ ਨਾ, ਮੈਂ ਹਰਭਜਨ ਸਿੰਘ ਹਾਂ, ਮੈਂ ਕੋਈ ਹਰਭਜਨ ਸਿੰਘ ਜੰਮਿਆ ਨਹੀਂ ਤੇ ਹਰਭਜਨ ਸਿੰਘ ਮਰਨਾ ਨਹੀਂ। ਮੈਂ ਤੇ ਹਵਾ, ਪਾਣੀ, ਅੱਗ, ਮਿੱਟੀ, ਆਕਾਸ਼ ਔਰ ਦੈਵੀ ਜੋਤ, ਇਹਨਾਂ ਦਾ ਸੁਮੇਲ ਹਾਂ, ਉਹਦੇ ਹੀ ਤੁਸੀਂ ਹੋ, ਸਾਰੇ ਅਸੀਂ ਉਹਦੇ ਸੁਮੇਲ ਹਾਂ, ਕੋਈ ਭਿੰਨ ਹੋ ਹੀ ਨਹੀਂ ਸਕਦਾ, ਵੱਖਰਾ ਹੋ ਹੀ ਨਹੀਂ ਸਕਦਾ। ਕੇਵਲ ਅਤੇ ਕੇਵਲ ਇੱਕ ਹੋਂਦ ਵਿੱਚ ਸਾਡਾ ਵਿਸ਼ਵਾਸ ਹੈ, ਹੋਂਦ ਇੱਕ ਹੈ, ਇਹ ਸਾਡਾ ਵਿਸ਼ਵਾਸ ਹੈ। ਪਰੰਤੂ ਇਸਲਾਮ ਕਹੇਗਾ ਹੋਂਦਾਂ ਅਨੇਕ ਹਨ। ਜਿਸ ਨੇ ਕਿਹਾ ਐਗਜਿਸਟੈਂਸ ਇੱਕ ਹੈ, ਵਨ ਹੈ, ਉਸਨੂੰ ਮਨਸੂਰ ਵਾਂਗ ਉਹਨਾਂ ਨੇ ਤੜਪਾ ਤੜਪਾ ਕੇ ਮਾਰ ਦਿੱਤਾ। ਸ਼ਮਸ ਤਬਰੇਜ਼ ਨੇ ਕੋਈ ਗੁਨਾਹ ਥੋੜ੍ਹਾ ਕੀਤਾ ਸੀ, ਕੋਈ ਰੇਪ ਨਹੀਂ ਕੀਤਾ, ਕੋਈ ਚੋਰੀ ਨਹੀਂ ਕੀਤੀ, ਕੋਈ ਠੱਗੀ ਨਹੀਂ ਮਾਰੀ, ਸਿਰਫ ਇਹ ਜੇ ਆਖਿਆ ਕਿ ਮੇਰੇ ਧਰਮ 'ਚ ਕੋਈ ਫਰਕ ਨਹੀਂ, ਸਭ ਇੱਕੋ ਜੋਤ ਹੈ ਸਾਰਿਆਂ 'ਚ, ਬਸ ਨਹੀਂ ਇੱਕੋ ਹੀ ਗੱਲ ਇਹ ਕਿਹਾ ਨਾ। ਪਰੰਤੂ ਉਸਦੀ ਖਲੜੀ ਉਤਾਰ ਦਿੱਤੀ ਗਈ ਜਿਉਂਦੇ ਦੀ। ਤੋ ਮੈਂ ਇਹ ਨਿਵੇਦਨ ਕਰ ਰਿਹਾ ਹਾਂ, ਕਿਉਂ? ਕਿਉਂਕਿ ਉਹ ਇਸਲਾਮ ਕਹਿੰਦਾ ਹੈ ਕਿ ਹਰ ਚੀਜ਼ ਦਾ ਅਸਲਾ ਭਿੰਨ ਹੈ, ਹਰ ਚੀਜ਼ ਦਾ ਅਸਲਾ ਵੱਖਰਾ ਹੈ। ਬੰਦਾ ਮਿੱਟੀ ਦਾ ਬਣਿਆ,
ਫਰਿਸ਼ਤਾ ਅੱਗ ਦਾ ਬਣਿਆ ਹੋਇਆ ਹੈ। ਇਸ ਕਰਕੇ ਬੰਦਾ ਤੇ ਫਰਿਸ਼ਤਾ ਇੱਕ ਜੋਤ ਨਹੀਂ ਹੋ ਸਕਦੇ। ਬੰਦੇ ਦਾ ਹੋਰ ਅਸਲ ਹੈ, ਪਸ਼ੂ ਦਾ ਹੋਰ ਅਸਲ ਹੈ, ਪੰਛੀ ਦਾ ਹੋਰ ਅਸਲ ਹੈ। ਇਸ ਕਰਕੇ ਪੰਛੀ ਮਰ ਕੇ ਬੰਦੇ ਦੀ ਜੋਨੀ 'ਚ ਨਹੀਂ ਜਾ ਸਕਦਾ, ਪਸ਼ੂ ਦੀ ਜੋਨੀ 'ਚ ਨਹੀਂ ਜਾ ਸਕਦਾ, ਅਤੇ ਬੰਦਾ ਜਿਹੜਾ ਹੈ ਉਹ ਬੰਦਾ ਹੀ ਬਣਿਆ, ਕਬਰ ਵਿੱਚ ਰਹੇਗਾ, ਬਹਿਸ਼ਤ ਵਿੱਚ ਚਲਾ ਜਾਏਗਾ, ਪਰੰਤੂ ਕਿਸੇ ਹੋਰ ਜੋਨੀ ਵਿੱਚ ਨਹੀਂ ਜਾ ਸਕਦਾ। ਹੁਣ ਜੇ ਇਸਲਾਮ ਦੀ ਦ੍ਰਿਸ਼ਟੀ ਨਾਲ ਸਿੱਖੀ ਦੀ ਪੜਤਾਲ ਕਰਾਂਗੇ, ਉਹ ਸੰਭਵ ਨਹੀਂ ਹੋ ਸਕੇਗਾ ਕਿ ਠੀਕ ਨਤੀਜੇ ਨਿਕਲਣ। ਇਸ ਕਰਕੇ ਠੀਕ ਨਤੀਜੇ ਕਿੱਥੋਂ ਨਿਕਲਦੇ ਨੇ? 500 ਸਾਲ ਸਾਡੇ ਵਿਆਖਿਆਕਾਰ, ਕੋਈ ਸਾਡੇ ਵਿਆਖਿਆਕਾਰ ਕੋਈ ਇਤਨੇ ਨਿਕੰਮੇ ਸਨ ਕਿ ਉਹਨਾਂ ਨੂੰ ਕੁਝ ਆਉਂਦਾ ਜਾਂਦਾ ਨਹੀਂ ਸੀ। ਤੁਸੀਂ ਦੇਖੋਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਤਨਾ ਪਰਿਵਰਤਨ ਲਿਆਂਦਾ। ਉਹਨਾਂ ਨੇ ਕਿਹਾ ਸੰਸਕ੍ਰਿਤ ਕਿਉਂਕਿ ਸਾਰੀਆਂ ਭਾਰਤੀ ਭਾਸ਼ਾਵਾਂ ਦੀ ਮੂਲ ਹੈ, ਜਦੋਂ ਤੱਕ ਇਹਨੂੰ ਸਿੱਖ ਜਾਣਨਗੇ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਠੀਕ ਅਰਥ ਕੱਢਣੇ ਇਹਨਾਂ ਵਾਸਤੇ ਔਖੇ ਹੋ ਜਾਣਗੇ। 5 ਸਿੱਖ ਕਾਸ਼ੀ ਭੇਜ ਦਿੱਤੇ। ਉਹ ਗਏ ਕਹਿਣਗੇ ਗੁਰੂ ਜੀ ਨੇ ਭੇਜਿਆ ਸੰਸਕ੍ਰਿਤ ਸਿੱਖਣੀ ਹੈ। ਕਹਿਣਗੇ ਨਾ, ਛੋਟੀ ਜਾਤ ਦੇ ਬੰਦਿਆਂ ਨੂੰ ਸੰਸਕ੍ਰਿਤ ਨਹੀਂ ਸਿਖਾਈ ਜਾ ਸਕਦੀ, ਸਿਰਫ ਬ੍ਰਾਹਮਣ ਸਿੱਖ ਸਕਦਾ। ਗੁਰੂ ਜੀ ਪਾਸ ਵਾਪਸ ਆ ਗਏ। ਉਹਨਾਂ ਕਿਹਾ ਕੋਈ ਬਾਤ ਨਹੀਂ, ਸਾਧੂ ਭੇਖ ਧਾਰਨ ਕਰਕੇ ਜਾਓ, ਕਿਉਂਕਿ ਸਾਧੂ ਦੀ ਫਿਰ ਜਾਤ ਨਹੀਂ ਰਹਿੰਦੀ। ਸਾਧੂ ਭੇਖ ਧਾਰਨ ਕਰਕੇ ਸੰਸਕ੍ਰਿਤ ਸਿੱਖੀ। ਅਤੇ ਤੁਸੀਂ ਹੈਰਾਨ ਹੋਵੋਗੇ ਕਿ ਨਿਰਮਲਿਆਂ ਦੇ ਆਸ਼ਰਮਾਂ ਵਿੱਚੋਂ ਪੰਡਿਤ ਸੰਸਕ੍ਰਿਤ ਸਿੱਖਣ ਵਾਸਤੇ ਆਉਂਦੇ ਰਹਿ ਰਹੇ ਆਉਂਦੇ ਹਨ। ਇੱਕ ਕ੍ਰਾਂਤੀ ਜਿਹੜੀ ਗੁਰੂ ਮਹਾਰਾਜ ਜੀ ਨੇ ਏਡੇ ਸਿਆਣੇ ਸਿੱਖ ਪੈਦਾ ਕਰ ਦਿੱਤੇ ਜਿਨ੍ਹਾਂ ਕੋਲ ਬ੍ਰਾਹਮਣ ਵਿਦਿਆ ਵਾਸਤੇ ਆਵੇ। ਕਿਆ ਅਸੀਂ ਸਮਝਦੇ ਹਾਂ ਕਿ ਅਸੀਂ ਜਿਵੇਂ ਦੇ ਅੱਜ ਗਰੀਬ ਹਾਂ ਇਹੋ ਜਿਹੇ ਗਰੀਬ ਸੀ? ਅੱਜ ਗਰੀਬ ਹਾਂ ਜ਼ਰੂਰ ਅਸੀਂ ਵਿਦਿਆ ਵੱਲੋਂ, ਪਰੰਤੂ ਸਾਡੀ ਵਿਰਾਸਤ ਬੜੀ ਅਮੀਰ ਸੀ। ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਐਸੀ ਕ੍ਰਾਂਤੀ ਲਿਆਂਦੀ ਗਈ, ਹਿੰਦੁਸਤਾਨ ਦਾ ਕਿਹੜਾ ਗ੍ਰੰਥ ਹੈ ਜਿਹੜਾ ਗੁਰਮੁਖੀ ਲਿਪੀ ਵਿੱਚ ਨਹੀਂ ਲਿਖਿਆ ਗਿਆ? ਵਿਆਖਿਆਕਾਰੀ ਦੇ ਨਿਯਮ ਸਿੱਖਣ ਵਾਸਤੇ ਹਰ ਸਿੱਖ ਜਿਹੜਾ ਸੀ ਹਨੂੰਮਾਨ ਨਾਟਕ ਪੜ੍ਹਦਾ ਸੀ, ਕਿਉਂਕਿ ਵਿਆਖਿਆ ਕਿਵੇਂ ਕਰਨੀ ਹੈ, ਗ੍ਰਾਮਰ ਦੇ ਨਿਯਮ ਕੀ ਨੇ, ਇਹ ਸਾਰਾ ਕੁਛ ਸ਼ਾਸਤਰ ਪੜ੍ਹੇ ਬਿਨਾਂ ਸਮਝ ਨਹੀਂ ਸੀ ਆਉਂਦਾ। ਅਤੇ ਇਹ ਸਾਡੇ ਸਿੱਖਾਂ ਦੇ ਡੇਰਿਆਂ ਵਿੱਚ ਪੜ੍ਹਾਇਆ ਜਾਂਦਾ ਸੀ, ਬ੍ਰਾਹਮਣ ਵੀ ਪੜ੍ਹਦੇ ਸੁਣਾ ਕੇ। ਅਮੀਰੀ ਸਾਡੇ ਪਾਸ ਇਤਨੀ ਸੀ, ਤਾਂ ਸਾਡੇ ਇਹ ਜਿਹੜੇ ਲੋਕ ਗ੍ਰੰਥ ਲਿਖ ਗਏ ਨੇ ਗਰੀਬ ਨਹੀਂ ਸਨ, ਬਹੁਤ ਅਮੀਰ ਸਨ। ਇਤਨੇ ਅਮੀਰ ਸਨ ਕਿ ਅਸੀਂ ਕਲਪਨਾ ਨਹੀਂ ਕਰ ਸਕਦੇ। ਕਦੇ ਕਵੀ ਸੰਤੋਖ ਸਿੰਘ, ਉਹਨਾਂ ਨੂੰ ਅੱਜ ਤੇ ਜਿਹੜਾ ਉੱਠੇਗਾ ਆਪ ਨੂੰ ਕੁਛ ਨਹੀਂ ਆਉਂਦਾ, ਰਤਾ ਪਰ ਕੁਛ ਨਹੀਂ ਆਉਂਦਾ, ਦੋ ਅੱਖਰ ਨਹੀਂ ਜੋੜ ਸਕਦਾ, ਜਿਸਨੇ ਇਤਨਾ ਵਿਸ਼ਾਲ ਗ੍ਰੰਥ, ਐਸੀ ਸ਼ਬਦਾਵਲੀ, ਐਸੀ ਕਵਿਤਾ ਕਿ ਜਿਹਦਾ ਕੋਈ ਸਾਨੀ ਨਾ ਹੋਵੇ ਹਿੰਦੁਸਤਾਨ 'ਚ, ਅਤੇ ਇਤਨੇ ਗੂੜ ਗਿਆਨ ਦੀਆਂ ਬਾਤਾਂ ਜਿਹਦੇ ਪਾਸ ਹੋਣ, ਉਸ ਕਵੀ ਸੰਤੋਖ ਸਿੰਘ ਨੂੰ ਐਵੇਂ ਮੇਰੇ ਵਰਗੇ ਮਾੜੇ ਤੁੱਛ ਜਿਹੇ ਬੰਦੇ ਜਿਹਨਾਂ ਨੂੰ ਆਪ ਕੁਛ ਨਹੀਂ ਆਉਂਦਾ, ਉਹ ਰਿਜੈਕਟ ਕਰਕੇ ਦੋ ਸ਼ਬਦਾਂ 'ਚ ਰਿਜੈਕਟ ਕਰ ਦਿੰਦੇ, ਨਹੀਂ ਕਵੀ ਸੰਤੋਖ ਸਿੰਘ ਨੂੰ ਕੀ ਆਉਂਦਾ, ਉਹ ਤਾਂ ਹਿੰਦੂ ਸੀ। ਕਵੀ ਸੰਤੋਖ ਸਿੰਘ ਜਿਹੜਾ ਪੈਰ ਪੈਰ 'ਤੇ ਇਹ ਕਹਿੰਦਾ ਕਿ ਮੇਰੇ ਸਤਿਗੁਰੂ ਵਰਗਾ ਕੋਈ ਹੋ ਹੀ ਨਹੀਂ ਸਕਦਾ, ਉਸਨੂੰ ਅਸੀਂ ਇੰਝ ਰਿਜੈਕਟ ਕਰ ਦਿੰਦੇ ਹਾਂ ਜਿਵੇਂ ਕੋਈ ਐਵੇਂ ਐਰਾ ਗੈਰਾ ਬੰਦਾ ਹੋਵੇ, ਜਿਹਦੇ ਵਰਗੀ ਦੋ ਪਦ ਜੋੜਨੇ ਹੁਣ ਕੋਈ ਬੰਦਾ ਜੋੜ ਨਹੀਂ ਸਕਦਾ। ਮੈਂ ਪ੍ਰਮਾਣ ਜਿਹੜੇ ਨੇ ਤੁਹਾਨੂੰ
ਇੱਕ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨ ਕਮਲਾਂ ਦੀ ਸਿਫਤ, ਉਹ ਕਹਿੰਦਾ ਇਹਨਾਂ ਦੇ ਚਰਨ ਜਿਹੜੇ ਨੇ ਕਮਲ ਵਰਗੇ, ਪਰ ਕਹਿੰਦਾ ਕਿ ਕਮਲ ਤੋਂ ਇਹਦੇ 'ਚ ਜ਼ਿਆਦਾ ਗੁਣ ਨੇ, ਇਹ ਕੇਵਲ ਕਮਲ ਨਹੀਂ ਹਨ। ਕਹਿੰਦੇ ਨੇ ਪਾਸ ਪਰਾਗ ਸੀ ਸੋਹਤ ਸੁੰਦਰ, ਗੰਧੀ ਸੀ ਕੀਰਤ ਮੱਧ ਵਸਾਉਣਾ। ਕਹਿੰਦੇ ਇਹਨਾਂ ਦੇ ਜਿਹੜੇ ਚਰਨ ਕਮਲ ਨੇ, ਇਹਨਾਂ ਦੇ ਉੱਤੇ ਜਿਹੜੀ ਧੂੜ ਪਈ ਹੋਈ ਹੈ, ਇਹ ਅੱਜ ਦਾ ਜਿਹੜਾ ਸਿੱਖ ਹੈ ਨਾ, ਉਹਦੇ ਬਾਹਰ ਜੇਕਰ ਗੁਰੂ ਰੂਪ ਸਾਧ ਸੰਗਤ ਕਿਸੇ ਜਲ ਵਿੱਚੋਂ ਚਰਨ ਧੋ ਕੇ ਨਿਕਲੇਗੀ ਨਾ, ਤੇ ਉਹਨੂੰ ਕਹੇਗਾ ਗੰਦਾ ਪਾਣੀ ਹੈ। ਤੇ ਕਵੀ ਸੰਤੋਖ ਸਿੰਘ ਕਹਿੰਦਾ ਇਹ ਜਿਹੜੀ ਧੂੜ ਪਈ ਹੈ ਨਾ, ਇਹ ਜਿਵੇਂ ਫੁੱਲਾਂ ਦੇ ਉੱਤੇ ਪਰਾਗ ਦੇ ਕਣ ਕਿਣਕੇ ਹੁੰਦੇ ਨੇ, ਉਹ ਪਰਾਗ ਹੈ, ਪਰੰਤੂ ਵਧੀਕੀ ਕੀ ਹੈ ਕਮਲ ਨਾਲੋਂ, ਕਿ ਇਹਦੇ ਵਿੱਚ ਸੁਗੰਧੀ ਹੈ, ਉਸ ਜਿਹੜਾ ਪਰਾਗ ਹੈ ਉਹਦੇ ਵਿੱਚ ਸੁਗੰਧੀ ਨਹੀਂ ਹੈ। ਕਹਿੰਦੇ ਕੋਮਲਤਾ ਕੋਮਲਤਾ ਇੱਕ ਸੀ, ਇਹ ਨਾ ਸਮਝਿਓ ਜੇ ਕਿ ਕੋਮਲ ਜਿਹੜਾ ਹੈ ਜ਼ਿਆਦਾ ਹੈ ਕਮਲ ਦਾ ਫੁੱਲ। ਕਹਿੰਦੇ ਨਹੀਂ, ਇਹਨਾਂ ਦੇ ਚਰਨ ਕਮਲਾਂ ਦੀ ਕੋਮਲਤਾ ਜਿਹੜੀ ਹੈ ਉਹ ਕਮਲ ਦੇ ਫੁੱਲ ਵਰਗੀ ਹੋਈ ਹੈ। ਨਿਰਲੇਪਤਾ ਸੀ ਨਿਰਲੇਪ ਸਮਾਨਾ, ਕਹਿੰਦੇ ਜਿਵੇਂ ਇਹ ਜਲ ਤੋਂ ਨਿਰਲੇਪ ਹੈ, ਇਸੇ ਤਰ੍ਹਾਂ ਗੁਰੂ ਮਹਾਰਾਜ ਜਿਹੜੇ ਨੇ ਇਹ ਸੰਸਾਰ ਦੇ ਜਿਹੜੇ ਕੰਮ ਕਾਜ ਨੇ ਇਹਨਾਂ ਤੋਂ ਬਿਲਕੁਲ ਨਿਰਲੇਪ ਨੇ। ਜਿਹੜਾ ਅਸੀਂ ਪੜ੍ਹਦੇ ਹਾਂ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੀ ਜਲ ਮੈਂ ਕਮਲ ਅਲੇਪ, ਜਾਂ ਅਸੀਂ ਸਿੱਧ ਗੋਸ਼ਟ ਵਿੱਚ ਵੀ ਇਹਦੇ ਦਰਸ਼ਨ ਕਰਦੇ ਹਾਂ। ਜੈਸੀ ਜਲ ਮੈਂ ਕਮਲ ਨਿਰਾਲ ਮੁਰਗਾਈ ਨੈ ਸਾਣੇ, ਸੁਪ ਸ਼ਬਦ ਭਾਵ ਸਾਗਰ ਤਰੀਏ, ਨਾਨਕ ਨਾਮ ਵਿਖਾਣਾ। ਫਿਰ ਅੱਗੇ ਕਹਿੰਦੇ ਜੋ ਭਾਵ ਭੂਰ ਭਰਾ ਸਰਸੀ ਤਿਸ ਤੇ ਨਿਤ ਊਰਦ ਸੋਪ ਕਿਸਾਨਾ, ਹੈ ਅਰਵਿੰਦ ਸੇ ਅੰਗਦ ਕੇ ਪਾਗਲ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨ ਜਿਹੜੇ ਕਹਿੰਦੇ ਕਮਲ ਵਰਗੇ ਨੇ, ਪਰ ਮੋਖਦ ਏਕ ਵਿਸ਼ੇਸ਼ਤਾ ਜਾਣਾ। ਕਹਿੰਦੇ ਕਮਲ ਕਿਸੇ ਨੂੰ ਮੁਕਤੀ ਤਾਂ ਨਹੀਂ ਦੇ ਸਕਦਾ ਨਾ, ਇਹਨਾਂ ਚਰਨ ਕਮਲਾਂ ਦੀ ਵਿਸ਼ੇਸ਼ਤਾ ਫੁੱਲ ਨਾਲੋਂ ਇਹ ਵੇ ਕਿ ਇਹ ਤੇ ਬੰਦੇ ਨੂੰ ਮੁਕਤੀ ਦਿੰਦੀਆਂ ਨੇ। ਜਿਹੜਾ ਇਹ ਚਰਨਾਂ ਦੀ ਛੋਹ ਪ੍ਰਾਪਤ ਹੋ ਗਈ, ਉਹਦੇ ਦੋ ਜਹਾਨ ਦੇ ਪਾਪ ਕੱਟੇ ਗਏ, ਉਹਦੇ ਜਨਮਾਂਤਰ ਦਾ ਜਿਹੜਾ ਉਹਦੇ ਤੇ ਵਿਸ਼ੇ ਵਿਕਾਰਾਂ ਦੀ ਮੈਲ ਲੱਗੀ ਸੀ, ਚਰਨ ਕਮਲਾਂ ਦੀ ਇੱਕ ਛੋਹ ਦੇ ਨਾਲ ਅਧੂਰ ਹੋ ਜਾਏਗੀ। ਇਹ ਗੱਲਾਂ ਕੋਈ ਮੈਂ ਆਪਣੀ ਅਕਲ ਨਾਲ ਥੋੜ੍ਹਾ ਸਮਝ ਸਕਦਾ, ਇਹ ਤੇ ਸਾਧਕ ਦਾ ਚਿੱਤ ਇਤਨਾ ਪਵਿੱਤਰ ਹੋਏ, ਉਹਦੀ ਗੁਰੂ ਨਾਲ ਇਤਨੀ ਪ੍ਰੀਤ ਗੂੜੀ ਹੋਵੇ, ਉਹਦੇ ਮਨ ਦੇ ਵਿੱਚ ਗੁਰੂ ਪ੍ਰਤੀ ਸ਼ਰਧਾ ਹੋਵੇ, ਉਹਨੂੰ ਇਹ ਗੱਲਾਂ ਸਮਝ ਆਉਂਦੀਆਂ ਨੇ। ਅਕਲ ਨਾਲ ਇਹ ਗੱਲਾਂ ਸਮਝ ਨਹੀਂ ਆਉਂਦੀਆਂ, ਅਕਲ ਨਾਲ ਧਰਮ ਸਮਝਾਉਂਦਾ ਹੋਵੇ ਇੱਥੇ ਆਉਣ ਦੀ ਲੋੜ ਹੀ ਕਿਹੜੀ, ਕੋਈ ਲੋੜ ਹੈ ਗੁਰਦੁਆਰੇ ਜਾਣ ਦੀ, ਕਿਸੇ ਚਰਚ ਵਿੱਚ ਜਾਣ ਦੀ ਲੋੜ ਹੈ? ਰਿਲੀਜੀਅਸ ਸਟੱਡੀ ਪੜ੍ਹਾਈ ਜਾਂਦੀ ਹੈ ਸਾਡੀ ਯੂਨੀਵਰਸਿਟੀ ਦੇ ਵਿੱਚ, ਤੋ ਐੱਮ ਏ ਦੀ ਡਿਗਰੀ ਲਈ ਹੋਈ ਹੈ, ਗੁਰੂ ਜੀ ਕੋਲ ਤਾਂ ਐੱਮ ਏ ਪੀ ਐੱਚ ਡੀ ਹੈ ਨਹੀਂ ਜੀ, ਫਿਰ ਮੈਂ ਇੱਥੇ ਆ ਕੇ ਮੱਥਾ ਕਿਉਂ ਟੇਕਦਾ? ਗਿਆਨ ਤਾਂ ਬੜਾ ਮੇਰੇ ਕੋਲ, ਬੁੱਧੀ ਦਾ, ਇਸਲਾਮ ਦੀਆਂ ਜਿਹੜੀਆਂ ਗੱਲਾਂ ਸ਼ਾਇਦ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਲਿਖੀਆਂ ਹੋਣ ਮੈਨੂੰ ਪਤਾ ਹੈ, ਮੈਂ ਫਿਰ ਇੱਥੇ ਆ ਕੇ ਮੱਥਾ ਕਿਉਂ ਟੇਕਦਾ? ਜਾਂ ਮੈਨੂੰ ਲੋਕ ਕਿਉਂ ਨਹੀਂ ਮੱਥਾ ਟੇਕਦੇ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਟੇਕਦੇ ਨੇ? ਜੇ ਸਿਆਣਪ ਛੋਟੀ ਜਿਹੀ ਸਿਆਣਪ ਨਾ, ਕਿੰਨੀ ਕਿੰਨੀ ਕੁ ਸਿਆਣਪ ਬੰਦੇ ਕੋਲ ਹੋ ਸਕਦੀ ਹੈ? ਆ ਸਾਡੇ ਇੱਕ ਛੋਟੀ ਜਿਹੀ ਕੁੱਜਾ ਜਿਹਾ, ਖੋਪੜੀ ਜਿਹੀ, ਇੱਕ ਪਿਆਲਾ ਜਿਹਾ, ਇਹਦੇ ਵਿੱਚ ਪਈ ਥੋੜ੍ਹੀ ਜਿਹੀ ਮਿੱਝ, ਇਹ ਹੀ ਅਕਲ ਹੈ? ਇਹ ਸਾਰੇ ਸੰਸਾਰ ਨੂੰ ਸਮਝ ਲਵੇਗੀ? ਅਸੀਂ ਰਾਜ ਗੱਲਾਂ ਕਰਦੇ ਹੁੰਦੇ ਸੀ, ਆਪਣੇ ਸਰੀਰ ਦੀ ਕਿਰਿਆ, ਸਥੂਲ ਕਿਰਿਆ ਰਤਾ ਨਹੀਂ ਜਾਣਦੇ, ਅੰਦਰ ਕਿਹੜੀ ਬਿਮਾਰੀ ਬਣ ਰਹੀ ਹੈ ਇਹ ਨਹੀਂ ਜਾਣਦੇ, ਅਤੇ ਤੀਨ ਲੋਕ ਦੀਆਂ ਬਾਤਾਂ ਜਾਣਨ ਵਾਲੇ ਬਣ ਬੈਠਦੇ ਆ। ਇਹ ਤੀਨ ਲੋਕ ਦੀਆਂ ਬਾਤਾਂ ਜਾਣਨ ਲਈ ਉਤਨੀ ਦ੍ਰਿਸ਼ਟੀ ਉੱਚਰੀ ਚੁੱਕਣੀ ਪਵੇਗੀ, ਗੁਰੂ ਨਾਲ ਇੱਕਮਿਕ ਹੋਣਾ ਪਏਗਾ ਜਿਹੜਾ ਤੀਨ ਲੋਕ ਦਾ ਮਾਲਕ ਹੈ।
ਉਸ ਤੀਨ ਲੋਕ ਦੇ ਮਾਲਕ ਦੇ ਜਦੋਂ ਤੱਕ ਚਰਨਾਂ ਨਾਲ ਬੰਦਾ ਇੱਕਮਿਕ ਨਹੀਂ ਹੋ ਸਕਦਾ, ਉਹਨੂੰ ਨਾ ਆਪਣੀ ਕੋਈ ਸਮਝ ਆ ਸਕਦੀ ਹੈ, ਨਾ ਦੁਨੀਆਂ ਦੀ, ਨਾ ਗੁਰੂ ਦੀ, ਨਾ ਧਰਮ ਦੀ, ਕੁਛ ਸਮਝ ਨਹੀਂ ਆ ਸਕਦੀ, ਨਾ ਪਦਾਰਥ ਦੀ। ਤੋ ਇਹ ਮੈਂ ਬੇਨਤੀ ਕਰ ਰਿਹਾ ਸੀ, ਸੂਰਜ ਪ੍ਰਕਾਸ਼ ਹੈ, ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਹੈ, ਅੱਜ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਰੇ ਵਿੱਚ, ਅਕਾਲ ਤਖਤ ਦੇ ਨਿਰਮਾਣ ਵਿੱਚ ਜਿਵੇਂ ਕਿਵੇਂ ਅਕਾਲ ਤਖਤ ਬਣਿਆ, ਮੀਰੀ ਪੀਰੀ ਕਿਵੇਂ ਪੈਣੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਇਕੱਤਰ ਕਰਕੇ ਭਾਈ ਗੁਰਦਾਸ ਜੀ ਕੋਲੋਂ ਕਿਵੇਂ ਇੱਕ ਇੱਕ ਪੰਕਤੀ ਗੁਰੂ ਅਰਜਨ ਦੇਵ ਜੀ ਨੇ ਲਿਖਵਾਈ, ਇਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਵਿੱਚੋਂ ਸਾਡੇ ਕੋਲ ਕੁਝ ਵੀ ਨਹੀਂ ਸੀ ਹੋਣਾ ਜੇ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਨਹੀਂ ਹੁੰਦਾ। ਸਾਡੇ ਕੋਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੰਬੰਧ ਵਿੱਚ ਜਿਤਨੀ ਜਾਣਕਾਰੀ ਹੈ, ਉਤਨੀ ਜਾਣਕਾਰੀ ਹੋਰ ਗੁਰੂ ਪਾਤਸ਼ਾਹੀਆਂ ਘੱਟ ਹੀ ਨੇ ਜਿਹਨਾਂ ਦੇ ਬਾਰੇ 'ਚ ਸਾਡੇ ਕੋਲ ਹੈ। ਉਹ ਜਾਣਕਾਰੀ ਸਾਰੀ ਦੀ ਸਾਰੀ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਤੋਂ ਸਿਵਾ ਹੋਰ ਕਿਤੋਂ ਨਹੀਂ ਆਈ। ਗੁਰੂ ਹਰਗੋਬਿੰਦ ਸਾਹਿਬ ਦੀ ਲਾਈਫ ਤਾਂ ਸਾਨੂੰ ਕੁਝ ਵੀ ਪਤਾ ਨਹੀਂ ਸੀ ਹੋਣਾ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਵੇਂ ਹੋਈ ਹੈ ਕੁਝ ਨਹੀਂ ਸੀ ਪਤਾ ਹੋਣਾ, ਕਿਵੇਂ ਕਾਨਾ ਪੀਲੂ ਛੱਜੂ ਇਹਨਾਂ ਦੀ ਬਾਣੀ ਰਿਜੈਕਟ ਕੀਤੀ ਹੈ, ਇਹ ਇਤਿਹਾਸ ਸਾਡੇ ਕੋਲ ਨਹੀਂ ਸੀ ਹੋਣਾ। ਸਾਡੇ ਕੋਲ ਨਹੀਂ ਸੀ ਹੋਣਾ ਕਿ ਬਾਬਾ ਬੁੱਢਾ ਅਤੇ ਭਾਈ ਗੁਰਦਾਸ ਸਾਹਿਬ ਨੇ ਅਕਾਲ ਤਖ਼ਤ ਬਣਾਇਆ, ਇਹ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਦਾ ਕਰਤਾ ਹੀ ਲਿਖਿਆ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਹੋ ਗੁਰਦਾਸ ਬਣਾਇਓ। ਇਹ ਇੰਨੀਆਂ ਅਨਮੋਲ ਚੀਜ਼ਾਂ ਦੀ ਅਸੀਂ ਨਿੰਦਿਆ ਕਰ ਕਰਕੇ ਕਹਿੰਦੇ ਹਾਂ, ਗੁਰੂ ਬਿਲਾਸ ਪਾਤਸ਼ਾਹੀ ਬ੍ਰਾਹਮਣਾਂ ਦਾ ਲਿਖਿਆ, ਗੁਰੂ ਪ੍ਰਤਾਪ ਸੂਰਜ ਗ੍ਰੰਥ ਬ੍ਰਾਹਮਣਾਂ ਦਾ ਲਿਖਿਆ, ਸਾਡੇ ਕੋਲ ਬਚੇਗਾ ਕੀ? ਇਹ ਚੀਜ਼ਾਂ ਨਸ਼ਟ ਹੋ ਜਾਣਗੀਆਂ, ਸਾਰਾ ਇਤਿਹਾਸ ਨਸ਼ਟ ਹੋ ਜਾਏਗਾ, ਫਿਰ ਆਪਣੀ ਮਰਜ਼ੀ ਦਾ ਇਤਿਹਾਸ ਲੋਕ ਲਿਖਣ, ਹਾਸੋਹੀਣਾ ਇਤਿਹਾਸ ਸਿੱਖਣ ਦਾ ਲਿਖਿਆ ਜਾਵੇਗਾ, ਸਾਡੀ ਪਰੰਪਰਾ ਨਸ਼ਟ ਹੋ ਜਾਏਗੀ, ਸਾਡੇ ਕੋਲ ਕੁਝ ਵੀ ਨਹੀਂ ਰਹਿ ਜਾਏਗਾ, ਗਰੀਬੀ ਆ ਜਾਏਗੀ। ਜੇ ਸਾਡਾ ਮਾਲ ਹੀ ਕੋਈ ਚੁੱਕੇ ਘਰੋਂ ਬਾਹਰ ਸੁੱਟ ਦੇਵੇ ਤਾਂ ਅਸੀਂ ਕਿੱਥੋਂ ਅਮੀਰ ਹੋ ਸਕਦੇ ਹਾਂ, ਜਾਂ ਖੋ ਕੇ ਲੈ ਜਾਵੇ ਕਿੱਥੋਂ ਅਮੀਰ ਹੋ ਜਾਵਾਂਗੇ? ਅਮੀਰੀ 'ਚ ਤਦੋਂ ਤੱਕ ਹੈ ਜਦੋਂ ਤੱਕ ਮਾਲ ਆਪਣਾ ਸੰਭਾਲ ਕੇ ਰੱਖਿਆ। ਸਾਡੇ ਪੁਰਖਾਂ ਨੇ ਬੜੀ ਘਾਲਣਾ ਘਾਲੀ ਹੈ। ਤੁਸੀਂ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜਿਹੜੀ ਕਿਰਤ ਵਿਰਤ ਦੀ ਗੱਲ ਕਰਦੇ ਨੇ ਵਾਰ ਵਾਰ, ਕਿਰਤ ਵਿਰਤ ਕਰ ਧਰਮ ਦੀ, ਉਹ ਕਹਿੰਦੇ ਸਭ ਤੋਂ ਸੁੱਚੀ ਕਿਰਤ ਸਿੱਖ ਜਿਹੜੀ ਹੈ ਉਹ ਕਰਦੇ ਨੇ ਪੋਥੀਆਂ ਲਿਖਦੇ ਨੇ ਅਤੇ ਦੂਜਿਆਂ 'ਚ ਵੰਡਦੇ ਨੇ। ਇਹ ਸਾਡਾ ਧਰਮ ਸੀ, ਇਹ ਸਾਡੀਆਂ ਪੁਸਤਕਾਂ ਇਹ ਧਰਮ 'ਚੋਂ ਨਿਕਲੀਆਂ ਨੇ, ਇਹਨਾਂ ਨੂੰ ਅਸੀਂ ਸੁਪਰੀਮ ਧਰਮ ਸਮਝਿਆ ਸੀ ਕਿ ਗਿਆਨ ਵੰਡਣਾ, ਗੁਰੂ ਦਾ ਗੁਰੂ ਦੀ ਮਹਿਮਾ ਲੋਕਾਂ ਤੱਕ ਪਹੁੰਚਾਉਣੀ, ਇਸ ਤੋਂ ਵੱਡੀ ਸੁੱਚੀ ਕਿਰਤ ਹੋਰ ਕੋਈ ਨਹੀਂ ਹੋ ਸਕਦੀ। ਇਹਨੂੰ ਅਸੀਂ ਧਰਮ ਮੰਨ ਕੇ ਇਸ ਕਾਰਜ ਨੂੰ ਕੀਤਾ ਸੀ, ਜਿਹੜਾ ਧਰਮ ਮੰਨ ਕੇ ਅਸੀਂ ਕਾਰਜ ਕੀਤਾ ਸੀ ਉਹਨੂੰ ਅੱਜ ਜੇ ਕੋਈ ਧਰਮ ਬਣਾ ਦੇਗਾ ਤਾਂ ਉਹਨਾਂ ਗੁਰਮੁਖਾਂ ਦੀ ਜਿਹੜੀ ਕਮਾਈ ਹੈ ਉਹ ਤਾਂ ਵਿਅਰਥ ਹੋਵੇਗੀ ਹੋਵੇਗੀ, ਸਾਡੇ ਪਾਸ ਵੀ ਕੁਝ ਨਹੀਂ ਰਹਿ ਜਾਏਗਾ, ਸਾਡੇ ਪਾਸ ਜਿਹੜੀ ਅਮੀਰੀ ਹੈ ਖਤਮ ਹੋ ਜਾਏਗੀ। ਸ੍ਰੀ ਗੁਰੂ ਸੋਭਾ ਇੱਕ ਛੋਟਾ ਜਿਹਾ ਗ੍ਰੰਥ ਹੈ, ਗੁਰੂ ਜੀ ਦੀ ਪਿਛਲੀ ਲਾਈਫ ਨਹੀਂ ਹੈ, ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਦੀਆਂ ਘਟਨਾਵਾਂ ਵਿੱਚ ਨੇ, ਸੈਨਾਪਤੀ ਕਵੀ ਨੇ ਲਿਖੀ ਸੀ। ਤੁਸੀਂ ਅੱਜ ਵੀ ਕਿਸੇ ਨਾ ਸਿਆਣੇ ਨੂੰ ਪੁੱਛਣਾ, ਤੁਹਾਡੇ ਵਿੱਚੋਂ ਬਹੁਤੇ ਨੂੰ ਜੇ ਮੈਂ ਪੁੱਛਾਂ ਕਿ ਖਾਲਸਾ ਕੌਣ ਹੈ, ਤੁਸੀਂ ਕਹੋਗੇ ਜੋ ਖਾਲਸ ਇਨਸਾਨ ਹੈ ਉਹ ਖਾਲਸਾ ਹੈ, ਖਾਲਸਾ ਨੂੰ ਸ਼ੁੱਧ। ਇਹ ਵਿਆਖਿਆ ਅਸੀਂ ਨਿਰੰਤਰ ਕਰਦੇ ਆ ਰਹੇ ਹਾਂ, ਜਿਹੜਾ ਖਾਲਸ ਹੈ ਉਹ ਖਾਲਸਾ ਹੈ, ਜੇ ਖਾਲਸਾ ਖਾਲਸਾ ਹੈ ਤਾਂ ਖਾਲਸਾ ਸਾਜਣ ਤੋਂ ਪਹਿਲਾਂ ਵੀ ਸਿੱਖ ਖਾਲਸਾ ਸਨ, ਉਹਨਾਂ 'ਚ ਕਿਹੜੀ ਮਿਲਾਵਟ ਸੀ? ਬਾਬਾ ਬੁੱਢਾ 'ਚ ਕਿਹੜੀ ਮਿਲਾਵਟ ਹੈ? ਭਾਈ ਗੁਰਦਾਸ 'ਚ ਕਿਹੜੀ ਮਿਲਾਵਟ ਸੀ? ਫਿਰ ਕੀ ਹੈ ਕਿ ਇੱਕ ਖਾਲਸ ਹਿੰਦੂ ਹੈ ਚੰਗੇ ਜੀਵਨ ਵਾਲਾ, ਕਿਆ ਉਹ ਖਾਲਸਾ ਹੈ? ਇੱਕ
ਚੰਗੇ ਜੀਵਨ ਵਾਲਾ ਮੁਸਲਮਾਨ ਹੈ ਕਿਆ ਉਹ ਖਾਲਸਾ ਹੈ? ਇੱਕ ਜੇ ਚੰਗੇ ਤਰੀਕੇ ਨਾਲ ਸ਼ੁੱਧ ਬੰਦਿਆਂ ਦਾ, ਮੋਦੀ ਵੀ ਕਾਫੀ ਇਮਾਨਦਾਰ ਹੈ, ਇਹੋ ਜਿਹਾ ਇਮਾਨਦਾਰ ਹੋਰ ਜ਼ਿਆਦਾ ਇਮਾਨਦਾਰ ਹੋ ਜਾਣਗੇ, ਉਹਨਾਂ ਦਾ ਰਾਜ ਸਥਾਪਿਤ ਹੋ ਜਾਵੇ, ਖਾਲਸਾ ਰਾਜ ਸਥਾਪਿਤ ਹੋ ਜਾਏਗਾ? ਇਹ ਤਾਂ ਸੋਚਣਾ ਪੈਂਦਾ। ਸਾਡੇ ਬਜ਼ੁਰਗ ਸੁਚੇਤ ਸਨ, ਜਦੋਂ ਖਾਲਸਾ ਸ਼ਬਦ ਦੇ ਸੰਬੰਧ ਵਿੱਚ ਪਹਿਲੇ ਭਰਮ ਸ਼ੁਰੂ ਹੋਏ, ਉਦੋਂ ਹੀ ਜਵਾਬ ਦੇ ਦਿੱਤਾ ਖਾਲਸਾ ਇਹ ਹੈ। ਕਵੀ ਸੈਨਾਪਤੀ ਕਹਿੰਦਾ ਕਿ ਜਿਹੜੇ ਖਾਲਸਾ ਬਣ ਕੇ ਆ ਗਏ 1699 ਵਿੱਚ ਅਨੰਦਪੁਰ ਸਾਹਿਬ ਤੋਂ, ਅੰਮ੍ਰਿਤ ਛੱਕ ਕੇ ਘਰਾਂ ਨੂੰ ਪਰਤਾਏ, ਜਿਹੜੇ ਘਰਾਂ ਵਿੱਚ ਆਏ ਤੇ ਭੈਣ ਭਰਾ ਉਹਨਾਂ ਦੇ ਹਿੰਦੂ ਸਨ, ਮਰ ਜਾਣਾ ਜਦੋਂ ਕੋਈ ਬੰਦਾ, ਉਹਨਾਂ ਕਹਿਣਾ ਵਾਲ ਕਟਾਓ, ਉਹਨਾਂ ਕਹਿਣਾ ਸਾਡੇ ਗੁਰੂ ਦਾ ਹੁਕਮ ਹੈ ਵਾਲ ਨਹੀਂ ਕਟਾਉਣੇ। ਇਸ ਗੱਲ ਤੋਂ ਜਿਹੜੇ ਕੇਸਾਧਾਰੀ ਸਿੱਖ ਸਨ ਅਤੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੰਬੰਧੀ ਸਨ, ਉਹਨਾਂ 'ਚ ਵਿਵਾਦ ਖੜੇ ਹੋ ਗਏ, ਝਗੜੇ ਸ਼ੁਰੂ ਹੋ ਗਏ। ਫਿਰ ਜਿਹੜੇ ਗੈਰ ਕੇਸਾਧਾਰੀ ਸਨ, ਉਹਨਾਂ ਨੇ ਜਾ ਕੇ ਕਿਸੇ ਨਵਾਬ ਦੇ ਕੋਲ ਇੱਕ ਐਪਲੀਕੇਸ਼ਨ ਲਾਈ ਕਿ ਸਿੱਖ ਬਾਗੀ ਹਨ, ਕਿਉਂਕਿ ਇਹ ਆਪਣੇ ਆਪ ਨੂੰ ਖਾਲਸਾ ਅਖਵਾਉਂਦੇ ਨੇ। ਧਿਆਨ ਦੇਣਾ, ਕਹਿੰਦੇ ਖਾਲਸਾ ਅਖਵਾਉਂਦੇ ਨੇ, ਇਸ ਕਰਕੇ ਹਕੂਮਤ ਤੋਂ ਬਾਗੀ ਨੇ। ਨਵਾਬ ਨੇ ਸਿੱਖਾਂ ਨੂੰ ਆਪਣੇ ਦਰਬਾਰ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ, ਸਿੱਖ ਗਏ। ਉਸਨੇ ਕਿਹਾ ਖਾਲਸਾ ਕਿਉਂ ਲਿਖਦੇ ਹੋ? ਖਾਲਸਾ ਤਾਂ ਸਰਕਾਰੀ ਸ਼ਬਦ ਹੈ, ਤੁਸੀਂ ਖਾਲਸਾ ਲਿਖਦੇ ਹੋ, ਇਹਦਾ ਮਤਲਬ ਤੁਹਾਡੀ ਕੋਈ ਆਪਣੀ ਸਰਕਾਰ ਹੈ, ਤੁਸੀਂ ਸਾਡੀ ਹਕੂਮਤ ਨੂੰ ਨਹੀਂ ਮੰਨਦੇ। ਸਿੱਖਾਂ ਨੇ ਜਵਾਬ ਦਿੱਤਾ, ਨਵਾਬ ਸਾਹਿਬ ਇਹ ਬਾਤ ਨਹੀਂ ਹੈ, ਅਸੀਂ ਕੋਈ ਬਾਗੀ ਨਹੀਂ ਹਨ, ਅਸੀਂ ਬੜੇ ਅਨੁਸ਼ਾਸਨ ਵਿੱਚ ਰਹਿਣ ਵਾਲੇ ਕਲਿਆਣਕਾਰੀ ਰਾਜ ਜਿਹੜਾ ਉਹਦੇ ਹਮਾਇਤੀ ਹਾਂ, ਅਸੀਂ ਸਾਡਾ ਕੋਈ ਐਸਾ ਏਮ ਨਹੀਂ, ਅਸੀਂ ਤਾਂ ਜ਼ੁਲਮ ਦੇ ਵਿਰੁੱਧ ਜ਼ਰੂਰ ਹੈ, ਸਾਡੇ ਗੁਰੂ ਮਹਾਰਾਜ ਜੀ ਨੇ ਸੰਘਰਸ਼ ਸ਼ੁਰੂ ਕੀਤਾ ਹੈ। ਉਹਨੂੰ ਕਿਹਾ ਫਿਰ ਖਾਲਸਾ ਕਿਉਂ ਲਿਖਦੇ ਹੋ? ਸਰਕਾਰੀ ਸ਼ਬਦ ਹੈ। ਉਹਨਾਂ ਕਿਹਾ ਜਿਵੇਂ ਬਾਦਸ਼ਾਹ ਦੀ ਸਿੱਧੀ ਜਾਇਦਾਦ ਨੂੰ ਖਾਲਸਾ ਕਿਹਾ ਜਾਂਦਾ ਹੈ, ਧਿਆਨ ਦੇਣਾ, ਆ ਜਿਹੜੇ ਪਾਕਿਸਤਾਨ 'ਚ ਇਲਾਕਾ ਚਲਾ ਗਿਆ, ਖਾਲਸਾ ਥੋਹਾ, ਖਾਲਸਾ ਚੌਹਾ, ਇਹ ਨਾਮ ਸਨ, ਖਾਲਸੇ ਦੇ ਰਹਿਣ ਕਰਕੇ ਨਾਮ ਨਹੀਂ ਸਨ ਪਏ, ਸਰਕਾਰੀ ਨਾਮ ਸਨ। ਸਰਕਾਰੀ ਨਾਮ ਕਿਸ ਜਾਇਦਾਦ ਦਾ ਖਾਲਸਾ ਹੁੰਦਾ ਸੀ? ਜਿਹੜੀ ਯੂਨੀਅਨ ਟੈਰੀਟਰੀ ਹੁੰਦੀ ਸੀ, ਧਿਆਨ ਦੇਣਾ, ਅੱਜ ਦੀ ਸ਼ਬਦਾਵਲੀ 'ਚ ਯੂਨੀਅਨ ਟੈਰੀਟਰੀ, ਜਿੱਥੇ ਸਿੱਧਾ ਕੇਂਦਰ ਦਾ ਸ਼ਾਸਨ ਹੈ, ਜਿਹੜੀ ਬਾਦਸ਼ਾਹ ਦਾ ਜਿੱਥੇ ਸਿੱਧਾ ਸ਼ਾਸਨ ਹੁੰਦਾ ਸੀ। ਇੱਕ ਤਾਂ ਨਾ ਨਵਾਬ ਦਾ ਸ਼ਾਸਨ ਹੈ, ਸੂਬੇਦਾਰ ਨੂੰ ਦਿੱਤਾ ਇਤਨਾ ਪ੍ਰੋਵਿੰਸ ਤੇਰੇ ਪਾਸ ਹੈ, ਪਰ ਦੂਜੇ ਪਾਸੇ ਕੁਝ ਇਲਾਕੇ ਐਸੇ ਸਨ ਜਿਨ੍ਹਾਂ 'ਤੇ ਬਾਦਸ਼ਾਹ ਦਾ ਸਿੱਧਾ ਅਧਿਕਾਰ ਹੁੰਦਾ ਸੀ, ਉਹਨਾਂ ਨੂੰ ਕਿਹਾ ਜਾਂਦਾ ਸੀ ਖਾਲਸਾ ਭੂਮੀ ਜਾਂ ਖਾਲਸਾ ਸ਼ਹਿਰ, ਵੀ ਇਹ ਡਾਇਰੈਕਟਲੀ ਬਾਦਸ਼ਾਹ ਦਾ ਹੈ। ਅਤੇ ਉਸ ਸਿੱਖਾਂ ਨੇ ਜਵਾਬ ਦਿੱਤਾ, ਜਿਵੇਂ ਖਾਲਸਾ ਜਾਇਦਾਦ ਸਿੱਧੀ ਬਾਦਸ਼ਾਹ ਦੀ ਹੁੰਦੀ ਹੈ, ਉਸੇ ਤਰ੍ਹਾਂ ਪਹਿਲਾਂ ਜਿਵੇਂ ਦੂਜੀ ਤਰ੍ਹਾਂ ਦੀ ਜਿਹੜੀ ਜਾਇਦਾਦ ਹੈ ਉੱਥੋਂ ਗਵਰਨਰ ਥਾਪਿਆ, ਤੁਹਾਡਾ ਨਵਾਬ ਥਾਪਿਆ, ਸੂਬੇਦਾਰ ਥਾਪਿਆ, ਉਹ ਟੈਕਸ ਉਗਰਾਉਂਦਾ, ਕੁਝ ਆਪ ਰੱਖਦਾ, ਕੁਝ ਅੱਗੇ ਭੇਜਦਾ। ਇਸੇ ਤਰ੍ਹਾਂ ਪਹਿਲਾਂ ਗੁਰੂ ਜੀ ਨੇ ਮਸੰਦ ਥਾਪੇ ਸਨ, ਧਿਆਨ ਦੇਣਾ, ਮਸੰਦ ਥਾਪੇ ਸਨ। ਉਹ ਮਸੰਦ ਜਿਹੜੇ ਸਨ ਸਿੱਖ ਅਤੇ ਗੁਰੂ ਦੇ ਵਿਚਕਾਰ ਵਿਚੋਲਗੀ ਦਾ ਕੰਮ ਕਰਦੇ ਸਨ, ਅਤੇ 1699 ਦੀ ਵਿਸਾਖੀ 'ਤੇ ਗੁਰੂ ਜੀ ਨੇ ਉਹ ਵਿਚੋਲੇ ਖਤਮ ਕਰ ਦਿੱਤੇ। ਹੁਣ ਸਿੱਖ ਦਾ ਸਿੱਧਾ ਸੰਬੰਧ ਗੁਰੂ ਨਾਲ ਜੁੜ ਗਿਆ ਹੈ, ਜਦੋਂ ਸਿੱਧਾ ਗੁਰੂ ਨਾਲ ਜੁੜ ਗਿਆ ਹੈ ਤਾਂ ਉਸੇ ਤਰ੍ਹਾਂ ਜਿਵੇਂ ਖਾਲਸਾ ਭੂਮੀ, ਖਾਲਸਾ ਜਾਇਦਾਦ, ਖਾਲਸਾ ਇਲਾਕਾ ਸਿੱਧਾ ਬਾਦਸ਼ਾਹ ਦਾ, ਇਸੇ ਤਰ੍ਹਾਂ ਉਹਨੂੰ ਸਿੱਧਾ ਸਿੱਖ ਜਿਹੜਾ ਹੈ ਗੁਰੂ ਦੇ ਵਿੱਚ ਵਿਚੋਲਾ ਕੋਈ ਨਹੀਂ ਹੈ। ਇਹ
ਪਰਿਭਾਸ਼ਾ ਖਾਲਸੇ ਦੀ ਜਿਹੜੀ ਹੈ ਇਹ ਕੌਣ ਦੇਵੇਗਾ ਜੇ ਕਵੀ ਸੈਨਾਪਤੀ ਦਾ ਸ੍ਰੀ ਗੁਰੂ ਸੋਭਾ ਕਹੀਏ ਇਹਨੂੰ ਕੂੜੇ ਸੁੱਟ ਦਿਓ, ਇਹਨੂੰ ਜਲਾ ਦਿੱਤਾ ਜਾਵੇ। ਇਹ ਗ੍ਰੰਥਾਂ ਦੇ ਵਿਰੁੱਧ ਕਿਸੇ ਗ੍ਰੰਥ ਵਿੱਚ ਅਗਰ ਗਲਤ ਵੀ ਲਿਖਿਆ ਹੈ ਤਾਂ ਵੀ ਉਹਦੇ ਵਿੱਚ ਉਸਨੂੰ ਜਲਾਉਣ ਦਾ, ਉਸਨੂੰ ਨਸ਼ਟ ਕਰਨ ਦਾ ਤਾਂ ਉਪਰਾਲਾ ਨਹੀਂ ਕਰਨਾ ਚਾਹੀਦਾ ਜੇ ਉਹਦੇ ਵਿੱਚ ਬਹੁਤ ਸਾਰੀਆਂ ਹੋਰ ਚੰਗੀਆਂ ਗੱਲਾਂ ਹੋਣ। ਇਹ ਇੱਕ ਬੰਦੇ ਦਾ ਨਜ਼ਰੀਆ ਹੈ। ਅੰਗਰੇਜ਼ਾਂ ਦੇ ਜਿਹੜੇ ਗ੍ਰੰਥ ਨੇ ਉਹਨਾਂ ਦੀ ਤਾਰੀਫ ਕੀਤੀ ਜਾ ਰਹੀ ਹੈ। ਮੈਂ ਪੁਰਾਣੇ ਜਿਹੜੇ ਪਹਿਲੇ ਅੰਗਰੇਜ਼ ਗਏ ਨੇ, ਇੱਕ ਵੀ ਅੰਗਰੇਜ਼ ਨਹੀਂ ਹੈ ਜਿਸ ਨੇ ਬੜੀਆਂ ਹੀ ਆਪੱਤੀਜਨਕ ਗੱਲਾਂ ਨਹੀਂ ਸਿੱਖਾਂ ਬਾਰੇ ਲਿਖੀਆਂ। ਕਨਿੰਘਮ ਲਿਖਦਾ ਹੈ, ਕਦੇ ਕਿਹਾ ਕਿਸੇ ਨੇ ਕਨਿੰਘਮ ਨੂੰ ਸਾੜ ਦਿਓ? ਉਹ ਕਹਿਣਾ ਵੀ ਨਹੀਂ ਚਾਹੀਦਾ ਕਿਉਂਕਿ ਬੜੀ ਇਨਫੋਰਮੇਸ਼ਨ ਚੰਗੀ ਉਹਦੇ 'ਚ। ਕਨਿੰਘਮ ਲਿਖਦਾ ਵੀ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇਵੀ ਦੇ ਭਗਤ ਸਨ, ਦੇਵੀ ਦੀ ਪੂਜਾ ਕੀਤੀ, ਦੇਵੀ ਨੇ ਸੀਸ ਮੰਗੇ। ਹੁਣ ਦੇਖੋ ਤੁਸੀਂ, ਦੇਵੀ ਨੇ ਸੀਸ ਮੰਗੇ, ਉਸਨੇ ਸੋਚਿਆ ਕਿ ਆਪਣਾ ਸੀਸ ਦੇਵਾਂਗਾ ਤਾਂ ਫਿਰ ਖਾਲਸਾ ਪੰਥ ਕਿਵੇਂ ਚੱਲੇਗਾ? ਫਿਰ ਉਹਨੇ ਸੋਚਿਆ ਕਿ ਜੇ ਆਪਣੇ ਬੱਚਿਆਂ ਦਾ ਦੇਵਾਂਗਾ ਤਾਂ ਮੇਰਾ ਦਿਲ ਨਹੀਂ ਕਰਦਾ ਕਿਉਂਕਿ ਮੇਰੇ ਬੱਚੇ ਨੇ, ਅਤੇ ਮੈਂ ਇਹਨਾਂ ਦਾ ਕਿਵੇਂ ਸੀਸ ਦੇਵਾਂ? ਫਿਰ ਉਸਨੇ ਸਿੱਖਾਂ ਦਾ ਸਿਰ ਦੇਵੀ ਨੂੰ ਭੇਟ ਕੀਤਾ। ਹੁਣ ਇਹੋ ਜਿਹੀ ਵਿਆਖਿਆ ਦੇ ਸੰਬੰਧ ਵਿੱਚ ਤਾਂ ਕੋਈ ਰੌਲਾ ਨਹੀਂ, ਅਤੇ ਜੇ ਕਿਤੇ ਲਿਖ ਦਿੱਤਾ ਵੀ ਗੁਰੂ ਜੀ ਨੇ ਪੰਜ ਬ੍ਰਾਹਮਣਾਂ ਨੂੰ ਭੋਜਨ ਛਕਾਇਆ ਅਤੇ ਇਹ ਗ੍ਰੰਥ ਸਾਰ ਦਿਓ, ਉਹ ਭਲੇ ਮਾਨਸ ਹੋ। ਜੇ ਅੱਜ ਵੀ ਕੋਈ ਬ੍ਰਾਹਮਣ ਮੇਰੇ ਕੇ ਹੱਥ ਅੱਡੇਗਾ ਗਰੀਬ ਬਣ ਕੇ ਤਾਂ ਮੈਂ ਉਹਦੀ ਜਾਤ ਥੋੜ੍ਹਾ ਵੇਖਣੀ ਹੈ, ਮੈਂ ਤਾਂ ਵੇਖਣਾ ਇਹ ਗਰੀਬ ਹੈ, ਇਹ ਭੁੱਖ ਹੈ। ਜੇ ਮੈਂ ਉਹਦੀ ਜਾਤ ਵੇਖ ਕੇ ਕਿ ਇਹ ਬ੍ਰਾਹਮਣ ਹੈ ਜਾਂ ਸ਼ੂਦਰ ਹੈ, ਮੈਂ ਉਹਦੀ ਮਦਦ ਨਾ ਕਰਾਂ ਜਾਂ ਲੰਗਰ ਵਿੱਚੋਂ ਉਠਾ ਦਿਆਂ ਕਿ ਤੂੰ ਬ੍ਰਾਹਮਣ ਹੈ ਇੱਥੋਂ ਬਾਹਰ ਨਿਕਲ ਜਾ, ਤਾਂ ਇਹ ਕੋਈ ਇਨਸਾਨੀਅਤ ਵਾਲੀ ਬਾਤ ਹੋਏਗੀ? ਗਊ ਗਰੀਬ ਬਣ ਕੇ ਜਦੋਂ ਬ੍ਰਾਹਮਣ ਵੀ ਗੁਰੂ ਮਹਾਰਾਜ ਜੀ ਦੇ ਦਰ 'ਤੇ ਆਇਆ ਤਾਂ ਇਹ ਤਾਂ ਗੁਰੂ ਦਾ ਘਰ ਹੈ, ਇੱਥੋਂ ਬਖਸ਼ਾਂ ਹੀ ਮਿਲਦੀਆਂ ਸਨ, ਭੋਜਨ ਛਕਾ ਦੇ, ਉਹਨਾਂ ਕੋਈ ਅਪਰਾਧ ਥੋੜ੍ਹਾ ਹੋ ਗਿਆ, ਪਾਪ ਥੋੜ੍ਹਾ ਹੋ ਗਿਆ। ਤੋ ਇਸ ਕਰਕੇ ਇਹ ਚੀਜ਼ਾਂ ਸਾਨੂੰ ਆਪਣੇ ਧਿਆਨ 'ਚ ਲਿਆਉਣੀਆਂ ਪੈਣਗੀਆਂ ਕਿ ਛੋਟੇ ਛੋਟੇ ਇਲਜ਼ਾਮ ਲਾ ਕੇ ਗ੍ਰੰਥਾਂ ਨੂੰ, ਸ੍ਰੀ ਗੁਰੂ ਸੋਭਾ ਹੈ, ਮਹਿਮਾ ਪ੍ਰਕਾਸ਼ ਹੈ, ਗੁਰਬਿਲਾਸ ਹਨ, ਗੁਰਬਿਲਾਸ ਪਾਤਸ਼ਾਹੀ ਦਸਵੀਂ ਸੁੱਖਾ ਸਿੰਘ ਦਾ ਹੈ, ਕੋਇਲ ਸਿੰਘ ਦਾ ਹੈ, ਕਿਤਨੀ ਇਨਫੋਰਮੇਸ਼ਨ, ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਕਿਵੇਂ ਪ੍ਰਾਪਤ ਹੋਈ ਹੈ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਵੇਂ ਖਾਲਸਾ ਪੰਥ ਅਤੇ ਗੁਰੂ ਗ੍ਰੰਥ ਜੀ ਨੂੰ ਗੁਰਤਾ ਕਿਵੇਂ ਦਿੱਤੀ ਹੈ, ਇਹ ਇਨਫੋਰਮੇਸ਼ਨ ਇਹਨਾਂ ਗ੍ਰੰਥਾਂ ਵਿੱਚੋਂ ਮਿਲਦੀ ਹੈ। ਜੇ ਇਹ ਗ੍ਰੰਥ ਛੱਡ ਦਿੱਤੇ ਜਾਣ ਤਾਂ ਗੁਰੂ ਗ੍ਰੰਥ ਸਾਹਿਬ ਜੀ ਕੱਲ੍ਹ ਗੁਰਤਾ, ਇਹਦਾ ਇਤਿਹਾਸ ਅਗਰ ਲੋਕਾਂ ਸਾਹਮਣੇ ਰੱਖਣਾ ਹੋਵੇਗਾ ਤਾਂ ਕਿਵੇਂ ਰੱਖਾਂਗੇ? ਇਹ ਤਾਂ ਕੋਈ ਕਹਿ ਦੇਗਾ ਕਿ ਨਾ, ਕੋਈ ਇਹਦਾ ਪਰੂਫ ਹੀ ਕੋਈ ਨਹੀਂ ਹੈ, ਐਵੀਡੈਂਸ ਹੈ ਹੀ ਨਹੀਂ ਕੋਈ, ਗੁਰੂ ਗ੍ਰੰਥ ਸਾਹਿਬ ਨੂੰ ਥੋੜ੍ਹਾ ਗੁਰੂ ਬਣਾਇਆ ਗਿਆ ਸੀ। ਸੋ ਮੇਰਾ ਇਹ ਨਿਵੇਦਨ ਹੈ, ਹਰ ਗ੍ਰੰਥ ਦੇ ਵਿੱਚ ਜਿਹੜਾ ਗੁਰਪ੍ਰਤਾਪ ਸੂਰਜ ਗ੍ਰੰਥ ਹੈ, ਗੁਰਪ੍ਰਤਾਪ ਸੂਰਜ ਗ੍ਰੰਥ 'ਤੇ ਇਤਨੀਆਂ ਕਹਾਣੀਆਂ ਛੋਟੀਆਂ ਛੋਟੀਆਂ ਜਿਨ੍ਹਾਂ ਸਿੱਖਾਂ ਦਾ ਅਸੀਂ ਕਦੇ ਨਾਮ ਨਹੀਂ ਸੁਣਿਆ, ਉਹਨਾਂ ਦਾ ਪੂਰਾ ਵਿਸਤਾਰ ਵਿੱਚ, ਕਿੱਥੋਂ ਦਾ ਸੀ, ਕਿਹੜਾ ਕਿਹਦਾ ਪੁੱਤਰ ਸੀ, ਕਿਵੇਂ ਗੁਰੂ ਜੀ ਦੇ ਨਾਲ ਪਿਆਰ ਸੀ, ਉਹ ਜਿਹੜੀਆਂ ਛੋਟੀਆਂ ਛੋਟੀਆਂ ਕਹਾਣੀਆਂ, ਅਗਿਆਤ ਕਹਾਣੀਆਂ ਜਿਹੜੀਆਂ ਉਹਦੇ ਵਿੱਚ ਭਰੀਆਂ ਪਈਆਂ ਨੇ, ਜੇ ਇਸ ਗ੍ਰੰਥ ਨੂੰ ਛੱਡ ਦਈਏ, ਨਸ਼ਟ ਹੋਣ ਦੇਈਏ, ਇਹਨੂੰ ਆਪਣੀ ਮੌਤ 'ਤੇ ਮਰਨ ਦੇਈਏ, ਸਾਰਾ ਦਾ ਸਾਰਾ ਇਤਿਹਾਸ ਨਸ਼ਟ ਹੋ ਜਾਏਗਾ। ਇੱਕ ਵਿਅਕਤੀ, ਸ੍ਰੀ ਗੁਰੂ, ਮੈਂ ਇਹ ਬੇਨਤੀ ਕਰਾਂ, ਸੈਨਾਪਤੀ ਵਾਲਾ ਗ੍ਰੰਥ ਲਿਖਿਆ ਜਾ ਸਕਦਾ ਹੈ, ਵਿਦਵਾਨ ਲਿਖ ਸਕਦਾ ਹੈ, ਗੁਰਬਿਲਾਸ ਲਿਖੇ ਜਾ ਸਕਦੇ ਨੇ, ਮਹਿਮਾ ਪ੍ਰਕਾਸ਼ ਲਿਖਿਆ ਜਾ ਸਕਦਾ ਹੈ। ਸੂਰਜ ਪ੍ਰਕਾਸ਼ ਜਦੋਂ ਤੱਕ ਗੁਰੂ ਕਿਸੇ ਦੇ ਹਿਰਦੇ ਵਿੱਚ ਸਥਿਤ ਨਹੀਂ ਹੋਵੇ, ਨਹੀਂ ਲਿਖਿਆ ਜਾ ਸਕਦਾ, ਲਿਖਿਆ ਹੀ ਨਹੀਂ
ਪਾਤਸ਼ਾਹ ਸ਼੍ਰੀ ਹਜ਼ੂਰ ਨੇ ਉਸ ਦੇ ਬੁੱਧ ਵਿਵੇਕ ਨੂੰ ਆਪਣੇ ਗਿਆਨ ਦੁਆਰਾ ਨਿਰਮਲ ਕੀਤਾ ਤਾਂ ਲਿਖਿਆ ਗਿਆ। ਹਰ ਛੋਟੀ ਛੋਟੀ ਚੀਜ਼ ਨਾਨਕ ਨਾਮ ਹੈ। ਆਪ ਜੀ ਪੜ੍ਹੇ ਲਿਖੇ ਹੋ, ਕਦੇ ਇਤਿਹਾਸ ਵਿੱਚ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਨਾਨਕ ਨਾਮ ਆਇਆ ਕਿਸੇ ਦਾ, ਕਿਸੇ ਹਿੰਦੂ ਦਾ, ਮੁਸਲਮਾਨ ਦਾ ਕਦੇ ਨਾਨਕ ਨਾਮ ਹੋਇਆ ਹੈ? ਕਦੇ ਹੋਇਆ ਹੀ। ਪਹਿਲੀ ਵਾਰ ਇਸ ਧਰਤੀ ਦੇ ਉੱਤੇ ਕਿਸੇ ਵਿਅਕਤੀ ਦਾ ਨਾਮ ਨਾਨਕ ਰੱਖਿਆ ਗਿਆ ਸੀ। ਕਾਲੂ ਜੀ ਕਹਿਣ ਲੱਗੇ, ਹਰਦਿਆਲ ਇਹ ਜਿਹੜਾ ਨਾਮ ਤੂੰ ਮੈਨੂੰ ਦੱਸ ਰਿਹਾ ਨਾਨਕ, ਇਹ ਅੱਗੇ ਤੇ ਮੈਂ ਕਦੇ ਨਹੀਂ ਸੁਣਿਆ। ਇਹ ਹਿੰਦੂਆਂ ਦਾ ਨਾਮ ਹੈ ਕਿ ਮੁਸਲਮਾਨਾਂ ਦਾ ਨਾਮ ਹੈ, ਮੈਂ ਕੀ ਸਮਝਾਂ ਇਹਨੂੰ, ਇਹਦਾ ਕਿੱਥੋਂ ਪਤਾ ਲੱਗੇ? ਇਹ ਤੂੰ ਐਸਾ ਨਾਮ ਰੱਖ ਦਿੱਤਾ ਹੈ, ਇਹ ਤੇ ਸਮਝ ਹੀ ਨਹੀਂ ਆਉਂਦੀ। ਹਰਦਿਆਲ ਪ੍ਰੋਤ ਕਹਿਣ ਲੱਗੇ, ਕਾਲੂ ਨਾ ਇਹ ਹਿੰਦੂ ਹੈ ਨਾ ਇਹ ਮੁਸਲਮਾਨ ਹੈ, ਇਹ ਤੇ ਅਵਤਾਰ ਹੈ ਪਰਮੇਸ਼ਰ ਦਾ। ਸਾਰੇ ਹਿੰਦੂ ਸਾਰੇ ਮੁਸਲਮਾਨ ਇਹਦੇ ਵਿੱਚ ਹੀ ਨੇ, ਇਸ ਕਰਕੇ ਇਹਦਾ ਕੋਈ ਨਾਮ ਹੀ ਨਹੀਂ ਹੋ ਸਕਦਾ ਜਿਹੜਾ ਕਿਸੇ ਕੌਮ ਨਾਲ ਸੰਬੰਧਿਤ ਹੋਏ। ਹੁਣ ਇਹ ਇਨਫੋਰਮੇਸ਼ਨ ਕੌਣ ਦੇਵੇਗਾ ਸਾਨੂੰ? ਫਿਰ ਅਰਥ ਕਰ ਕਰਕੇ ਇਹਦੇ ਅਰਥ ਕੀ ਬਣਦੇ ਨੇ ਉਹ ਸਾਰੀ ਗੱਲ ਸਮਝਾਈ ਹੈ। ਗੁਰੂ ਪਦ ਹੈ ਨਾ, ਗੁਰੂ ਪਦ, ਇਹਦੀ ਵਿਆਖਿਆ ਦੋ ਤਰੀਕਿਆਂ ਦੀ ਹੈ। ਇੱਕ ਹੈ ਜਿਹੜੀ ਸੰਸਕ੍ਰਿਤ ਬੇਸਡ ਹੈ, ਧਿਆਨ ਦੇਣਾ, ਇੱਕ ਸੰਸਕ੍ਰਿਤ ਬੇਸਡ ਵਿਆਖਿਆ ਹੈ। ਉਹ ਕੀ ਹੈ? ਗੁਰੂ ਹੁੰਦਾ ਵੱਡਾ ਭਾਰਾ, ਜਿਹੜਾ ਭੋਜਨ ਡਾਈਜੈਸਟ ਨਾ ਹੋਵੇ ਉਹਨੂੰ ਵੀ ਗੁਰੂ ਕਿਹਾ ਜਾਂਦਾ ਹੈ। ਉੱਚਾ, ਲੰਬਾ, ਚੌੜਾ, ਇਹ ਅਰਥ ਹਨ। ਸੰਸਕ੍ਰਿਤ ਦੀ ਡਿਕਸ਼ਨਰੀ ਚੁੱਕ ਕੇ ਵੇਖ ਲਓ, ਮੈਂ ਬੜੀ ਚੰਗੀ ਤਰ੍ਹਾਂ ਦੇਖੀ ਹੋਈ ਹੈ। ਪਰ ਇਹਦੇ ਵਿੱਚੋਂ ਤਾਂ ਫਿਰ ਜੋ ਚੀਜ਼ ਗੁਰੂ ਪ੍ਰਤੀ ਨਿਕਲਣੀ ਚਾਹੀਦੀ ਉਹ ਤਾਂ ਨਿਕਲਦੀ ਕੁਛ ਨਹੀਂ। ਕਵੀ ਸੰਤੋਖ ਸਿੰਘ ਦੇ ਸਾਹਮਣੇ ਵੀ ਸੀ ਕਿ ਗੁਰੂ ਪਦ ਦੀ ਵਿਆਖਿਆ ਕਰਨੀ ਹੈ। ਉਹਨੇ ਕੀ ਕਿਹਾ? ਉਹ ਕਹਿੰਦਾ ਜਿਹੜਾ ਇਹ ਗੋ ਹੈ, ਪਹਿਲਾ ਸ਼ਬਦ ਗੋ, ਗੋ ਦਾ ਅਰਥ ਹੁੰਦਾ ਹੈ ਅੰਧੇਰਾ, ਤਮਸ, ਅਗਿਆਨ, ਅਵਿਦਿਆ, ਇਗਨੋਰੈਂਸ। ਗੋ ਦਾ ਕੀ ਅਰਥ ਹੈ? ਇਗਨੋਰੈਂਸ। ਉਹ ਕਹਿੰਦੇ ਰੂਹ ਕੀ ਹੈ? ਪ੍ਰਕਾਸ਼, ਚਾਨਣ, ਲਾਈਟ। ਕਹਿੰਦਾ ਹੈ ਕਿ ਗੋ ਤਮ ਨਾਮ ਅਗਿਆਨ ਅਨਿਤ। ਗੋ ਕੀ ਹੈ? ਤਮਸ ਹੈ, ਅਗਿਆਨ ਹੈ, ਅਨਿਤ ਹੈ। ਅਨਿਤ ਦਾ ਮਤਲਬ ਹੁੰਦਾ ਜੋ ਨਹੀਂ ਰਹਿਣੀ, ਜੋ ਨਹੀਂ ਰਹਿਣੀ, ਜੋ ਚੀਜ਼ ਨਸ਼ਟ ਹੋਣ ਵਾਲੀ ਹੈ। ਅਗਲੀ ਚੀਜ਼ ਰੂਪ ਪ੍ਰਕਾਸ਼ ਕੀ ਹੋ ਚਿੰਤ। ਰੂਹ ਕੀ ਹੈ? ਜਿਹੜਾ ਚਿੱਤ ਨੂੰ ਪ੍ਰਕਾਸ਼ ਕਰਦਾ ਹੈ। ਤੋ ਕਹਿੰਦੇ ਜਿਹੜਾ ਅੰਧੇਰੇ ਵਿੱਚ ਪ੍ਰਕਾਸ਼ ਕਰਦਾ ਹੈ ਲੋਕਾਂ ਦੇ ਚਿੱਤ ਨੂੰ, ਉਸਨੂੰ ਕਹਿੰਦੇ ਗੁਰੂ ਹੈ। ਜਿਹੜਾ ਲੋਕਾਂ ਦੀ ਮਨ ਬੁੱਧੀ ਪ੍ਰਕਾਸ਼ਮਾਨ ਕਰਦੇ ਨੇ ਉਹ ਗੁਰੂ ਹੈ। ਅਗਿਆਨ ਦਾ ਅੰਧੇਰਾ ਵੀ ਕੱਟੇ ਨਾਲ, ਇਹ ਵੀ ਕੰਡੀਸ਼ਨ, ਅਗਿਆਨ ਦਾ ਅੰਧੇਰਾ ਕੱਟ ਕੇ ਗਿਆਨ ਵਿੱਚ ਪਹੁੰਚਾਉਣ ਵਾਲਾ ਗੁਰੂ ਹੈ। ਅੱਗੇ ਕਿਹਾ, ਇਉਂ ਸ੍ਰੀ ਨਾਨਕ ਨਾਮ ਬਣਾਇਓ, ਫਿਰ ਨਾਲ ਮੋਹਰ ਲਾਤੀ। ਇਹ ਅਰਥ ਗੁਰੂ ਦੇ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪ੍ਰਗਟ ਕੀਤੇ ਨੇ, ਇਹ ਅਰਥ ਹੋਰ ਕਿਸੇ ਨਹੀਂ ਬਣਾਏ ਇਸ ਸ਼ਬਦ ਤੇ। ਇਉਂ ਸ੍ਰੀ ਨਾਨਕ ਨਾਮ ਬਣਾਇਓ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਗੁਰੂ ਪਦ ਜਿਹੜਾ ਹੈ ਵਾਹਿਗੁਰੂ ਨਾਮ ਦੇ ਵਿੱਚ ਸ਼ਾਮਿਲ, ਇਹ ਗੁਰੂ ਨਾਨਕ ਸਾਹਿਬ ਨੇ ਇਹ ਅਰਥ, ਇਹ ਮੀਨਿੰਗ ਦਿੱਤੇ ਨੇ ਇਸ ਨੂੰ।
ਸੁਣ ਸ਼ਰੂਤੀ ਸੰਤਨ ਚਿੱਤ ਸੁਖ ਪਾਇਓ। ਜਦੋਂ ਗੁਰੂ ਮੁਖ ਤੋਂ ਵਾਹਿਗੁਰੂ ਦਾ ਇਹ ਸ਼ਬਦ ਸ਼ਰਵਣ ਕੀਤਾ ਤੇ ਸੰਤ ਜਨ ਜਿਹੜੇ ਨੇ ਉਹ ਹਿਰਦੇ ਵਿੱਚ ਆਨੰਦਿਤ ਹੋ ਗਏ, ਉਹਨਾਂ ਦਾ ਮਨ ਪ੍ਰਕਾਸ਼ਮਾਨ ਹੋ ਗਿਆ। ਇਹ ਗੱਲਾਂ ਸੂਰਜ ਪ੍ਰਕਾਸ਼ ਤੋਂ ਬਿਨਾਂ ਕਿੱਥੋਂ ਮਿਲਣਗੀਆਂ? ਹਿੰਦੁਸਤਾਨ ਦੇ ਵਿੱਚ ਨਿਰਗੁਣ ਸਰਗੁਣ ਦਾ ਬੜਾ ਝਗੜਾ ਸੀ। ਬਾਣੀ ਪੜ੍ਹਦਿਆਂ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਸ਼ੁਰੂ ਹੈ ਖਜੂਰ, ਕੋਈ ਕਹਿੰਦਾ ਰੱਬ ਬਹੁਤ ਦੂਰ ਹੈ, ਕੋਈ ਕਹਿੰਦਾ ਨਹੀਂ ਹੈ, ਸਾਰੇ 'ਚ ਵੱਸਦਾ। ਕਵੀ ਸੰਤੋਖ ਸਿੰਘ, ਗੁਰਮਤਿ ਦਾ ਫਲਸਫਾ ਹਿੰਦੁਸਤਾਨ ਵਿੱਚ ਕਿਵੇਂ ਨਵੀਨ ਹੈ ਰੱਬ ਦੇ ਸੰਬੰਧ 'ਚ, ਉਹ ਕਹਿੰਦੇ ਨਾ ਤੇ ਉਨ ਸਾਗੁਨ ਕੇ ਗੁਰੂ ਕੇ ਮਤ ਮੈਂ ਬੜ ਨਾਮ ਬਖਾਂ ਪਛਾਣ। ਕਹਿੰਦੇ ਕੋਈ ਕਹਿੰਦਾ ਨਿਰਗੁਣ ਹੈ, ਕੋਈ ਸਰਗੁਣ ਹੈ ਰੱਬ। ਕਹਿੰਦੇ ਗੁਰੂ ਨੇ ਨਿਰਗੁਣ ਸਰਗੁਣ ਦੇ ਝਗੜੇ ਖਤਮ ਕੀਤੇ, ਉਹਨਾਂ ਕਿਹਾ ਨਾ ਅਸੀਂ ਨਿਰਗੁਣ 'ਚ ਪਈਏ ਨਾ ਸਰਗੁਣ 'ਚ ਪਈਏ, ਸਾਡੇ ਮਤ ਵਿੱਚ ਤੇ ਰੱਬ ਦਾ ਨਾਮ ਹੀ ਸ਼੍ਰੇਸ਼ਟ ਹੈ। ਗੁਰੂ ਕੇ ਮਤ ਮੈਂ ਬੜ ਨਾਮ ਪਛਾਣੋ, ਸਭ ਤੋਂ ਗੁਰੂ ਦਾ ਜਿਹੜਾ ਮਤ ਹੈ ਉਹਦੀ ਵਿਲੱਖਣਤਾ ਭਾਰਤੀ ਦਰਸ਼ਨ ਵਿੱਚ ਕੀ ਹੈ? ਭਾਰਤੀ ਦਰਸ਼ਨ ਨਿਰਗੁਣ ਸਰਗੁਣ ਵਿੱਚ ਉਲਝਿਆ ਹੋਇਆ, ਔਰ ਗੁਰੂ ਦਾ ਦਰਸ਼ਨ ਜਿਹੜਾ ਹੈ ਪਰਮੇਸ਼ੁਰ ਦੇ ਨਾਮ ਦਾ ਹੈ ਕਿ ਇਹ ਝਗੜੇ ਛੱਡ ਕੇ ਰੱਬ ਦੇ ਨਾਮ ਜੁੜੋ। ਸ੍ਰੀ ਮੁਖ ਨਾਨਕ ਗੋਬਿੰਦ ਸਿੰਘ ਵੱਡੋ ਸਭ ਤੇ ਕਹਿ ਨਾਮ ਬਖਾਨੋ, ਇਹ ਸਭ ਤੋਂ ਵੱਡੇ ਨੇ। ਇਹਨੂੰ ਕਹਿੰਦੇ ਹਾਂ ਅਸੀਂ ਬ੍ਰਾਹਮਣਾਂ ਦੀ ਉਪਮਾ ਕਰਦਾ ਹੈ ਅਤੇ ਦੇਵੀ ਦੇਵਤਿਆਂ ਦੀ ਉਪਮਾ ਕਰਦਾ, ਉਹ ਤਾਂ ਕਹਿੰਦਾ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜਿੱਡਾ ਕੋਈ ਹੈ ਹੀ ਨਹੀਂ ਸੰਸਾਰ ਦੇ ਵਿੱਚ ਹੋਇਆ। ਵੇਦ ਪੁਰਾਣ ਗ੍ਰੰਥ ਭਨੈ ਕਵੀ ਕੋਵਿਦ ਜੇ ਸਭ ਹੀ ਮਨ ਮਾਨੋ, ਰੇ ਮਨ ਮੂੜ ਸੋ ਨਾਮ ਪ੍ਰਤਾਪੈ, ਜਾਨ ਅਜਾਨ ਭਇਓ ਕਿਮ ਜਾਣਿਓ। ਇਹ ਇਤਨੇ ਕੀਮਤੀ ਬਚਨ ਜਿਹੜੇ ਨੇ ਇਹ ਇਹਨਾਂ ਗ੍ਰੰਥਾਂ ਤੋਂ ਬਿਨਾਂ ਨਹੀਂ ਸਮਝ ਆਉਣੇ ਔਰ ਵਿਆਖਿਆ ਨਹੀਂ ਹੋਣੀ ਸਾਡੀ ਸ਼ਬਦਾਵਲੀ ਦੀ, ਸਾਡੇ ਸਿਧਾਂਤ ਦੀ, ਸਾਡੇ ਇਤਿਹਾਸ ਦੀ। ਇੱਕ ਇੱਕ ਬਾਰੀਕ ਤੋਂ ਬਾਰੀਕ ਜਿਹੜਾ ਅੰਗ ਹੈ ਉਹ ਕਵੀ ਸੰਤੋਖ ਸਿੰਘ ਵਰਗਿਆਂ ਨੇ, ਗਿਆਨੀ ਗਿਆਨ ਸਿੰਘ ਵਰਗਿਆਂ ਨੇ ਉਸਦਾ ਵਿਵੇਚਨ ਕੀਤਾ ਹੋਇਆ। ਇਸ ਕਰਕੇ ਪੰਥ ਪ੍ਰਕਾਸ਼ ਤਵਾਰੀਖ ਗੁਰੂ ਖਾਲਸਾ ਮਹਿਮਾ ਪ੍ਰਕਾਸ਼ ਗੁਰਬਿਲਾਸ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ, ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਦਾ ਮੈਂ ਇੱਕ ਚਰਚਾ ਕਰਾਂਗਾ। ਬੜਾ ਵੱਡਾ ਇਤਰਾਜ਼ ਹੈ, ਭਾਈ ਗੁਰਦਾਸ ਸਾਹਿਬ ਨੇ ਉਚਾਰਨ ਕੀਤਾ ਸਤਿਯੁਗ ਸਤਿਗੁਰ ਵਾਸਦੇਵ ਵਾਹ ਵਾਹ ਵਿਸ਼ਨਾ ਨਾਮ ਪਛਾਣੈ ਜਪਾਵੈ, ਦੁਆਪੁਰ ਸਤਿਗੁਰ ਹਰੀ ਕ੍ਰਿਸ਼ਨ ਹਾਹਾ ਹਰੀ ਹਰੀ ਨਾਮ ਧਿਆਵੈ, ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੈ, ਕਲਯੁਗ ਨਾਨਕ ਗੁਰਗੋਬਿੰਦ ਗੱਗਾ ਗੋਬਿੰਦ ਨਾਮ ਜਪਾਵੈ, ਚਾਰੇ ਜਾਗੇ ਚਹੁੰ ਜੁਗੀ ਪੰਚਾਇਣ ਵਿੱਚ ਆਇਸ। ਇੱਕ ਹੋਰ ਪਦ ਵੀ ਹੈ ਜਿਹਦੇ 'ਚ ਕਿਹਾ ਵਾਹ ਵਾਹ ਵਾਸਤੇ ਹਾਹਾ ਹਰੀ ਰਾਰਾ ਰਾਮ ਅਤੇ ਗੱਗਾ ਗੋਬਿੰਦ, ਇਹਨਾਂ ਸਾਰੇ ਨਾਵਾਂ ਦਾ ਸੁਮੇਲ ਵਾਹਿਗੁਰੂ ਹੈ। ਇਤਰਾਜ਼ ਕੀਤਾ ਜਾਂਦਾ ਕਿ ਇਹ ਤਾਂ ਸਾਰੇ ਹਿੰਦੂ ਨਾਮ ਨੇ, ਇਸ ਕਰਕੇ ਭਾਈ ਗੁਰਦਾਸ ਸੱਚਾ ਸਿੱਖ ਨਹੀਂ ਸੀ। ਦੇਖੋ ਤੁਸੀਂ ਅਸੀਂ ਕਿੱਥੇ ਪਹੁੰਚ ਗਏ। ਭਾਈ ਗੁਰਦਾਸ ਜਿਸ ਵਰਗਾ ਵਿਆਖਿਆਕਾਰ, ਮੈਂ ਪਿੱਛੇ ਇੱਕ ਸੈਮੀਨਾਰ ਹੋਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਇਸ ਨਵੰਬਰ ਦੇ ਐਂਡ ਵਿੱਚ, ਉਹ ਸੀ ਗੁਰਬਾਣੀ ਦਾ ਵਿਆਖਿਆ ਸ਼ਾਸਤਰ, ਅਤੇ ਮੈਂ ਉੱਥੇ ਸਟੇਜ 'ਤੇ ਮੈਨੂੰ ਇਹ ਕਹਿਣਾ ਪਿਆ ਵਿਆਖਿਆ ਸ਼ਾਸਤਰ ਹੀ ਭਾਈ ਗੁਰਦਾਸ ਹੈ, ਜੇ ਇਹਦਾ ਨਾਮ ਹੀ ਨਾ ਲਓ ਤੁਸੀਂ, ਇਹਦੇ ਵਿੱਚ ਵਿਆਖਿਆ ਸ਼ਾਸਤਰ ਦੇ ਕਿਹੜੇ ਰੂਲਸ ਨੇ? ਜੇ ਉਹ ਨਾਮ ਪਛਾਣੇ ਜਾਣਗੇ ਤਾਂ ਵਿਆਖਿਆ ਸ਼ਾਸਤਰ ਕਿਹੜਾ ਬਣਾ ਲਓਗੇ ਗੁਰਬਾਣੀ ਦਾ? ਭਾਈ ਭਾਈ ਗੁਰਦਾਸ ਜੀ ਦੀਆਂ ਵਾਰਾਂ ਗੁਰਬਾਣੀ ਦਾ ਟੀਕਾ ਨਹੀਂ, ਇਕੱਲਾ
ਵਿਆਖਿਆ ਸ਼ਾਸਤਰ ਹੈ, ਕਿਹੜੇ ਨੁਕਤੇ ਕਿਹਨਾਂ ਨੁਕਤਿਆਂ ਦੀ ਕਿਵੇਂ ਵਿਆਖਿਆ ਕਰਨੀ ਹੈ, ਵਿਆਖਿਆਕਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉਹਦੀ ਸ਼ਬਦਾਵਲੀ ਕਿਵੇਂ ਹੋਣੀ ਚਾਹੀਦੀ ਹੈ, ਉਹਨੂੰ ਸਾਖੀਆਂ ਬਿਆਨ ਕਰਨ ਲੱਗਿਆਂ ਕਿੰਨੇ ਸੰਕੋਚ ਵਿੱਚ ਰਹਿਣਾ ਚਾਹੀਦਾ, ਇੱਕ ਇੱਕ ਚੀਜ਼ ਔਰ ਵਿਆਖਿਆ ਕਰਦਾ ਅੰਤਿਮ ਉਦੇਸ਼ ਕੀ ਹੋਣਾ ਹੈ, ਇਹ ਸਾਰਾ ਕੁਛ ਕਿਹਦੇ ਵਿੱਚ ਹੈ? ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ 'ਚ। ਏਡੇ ਵੱਡੇ ਸਿੱਖ ਨੂੰ ਰਿਜੈਕਟ ਕਰਦੀ ਹੈ ਆਪਣੀ ਔਕਾਤ ਨੂੰ ਪਛਾਣੇ ਬਿਨਾਂ, ਆਪਣੇ ਆਪ ਨੂੰ ਜਾਣਦੇ ਨਹੀਂ ਹਾਂ, ਸਾਨੂੰ ਕੋਈ ਜਾਣਦਾ ਨਹੀਂ। ਉਹ ਭਾਈ ਗੁਰਦਾਸ ਨੂੰ ਸਿੱਖ 400 ਸਾਲਾਂ ਤੋਂ ਉਹਦੀ ਵਿਆਖਿਆ ਕਰਦੇ ਨੇ, ਸਤਿਕਾਰ ਕਰਦੇ ਨੇ, ਕੀਰਤਨ ਕਰਦੇ ਨੇ, ਅਤੇ ਅਸੀਂ ਕਹੀਏ ਭਾਈ ਗੁਰਦਾਸ ਨੂੰ ਕੁਝ ਆਉਂਦਾ ਹੀ ਨਹੀਂ, ਇਹ ਤਾਂ ਮਨਮਤੀ ਸੀ, ਇਹ ਤਾਂ ਪ੍ਰਿਥੀ ਚੰਦ ਦਾ ਏਜੰਟ ਸੀ, ਪ੍ਰਿਥੀ ਚੰਦ ਦਾ ਏਜੰਟ ਕਿਹਾ ਜਾਂਦਾ। ਇਤਨੀ ਇਤਨੀ ਘਟੀਆ ਸ਼ਬਦਾਵਲੀ ਜਿਹੜੀ ਕਿ ਸ਼ੋਭਨੀ ਕੀ ਨਹੀਂ, ਸਾਡੇ ਮੂੰਹ ਤੋਂ ਪ੍ਰਮਾਣ ਦੇਣ ਵਾਸਤੇ ਕੱਢਣੀ ਪੈਂਦੀ ਹੈ ਅਤੇ ਤਾਂ ਔਖਾ ਲੱਗਦਾ ਵੀ ਐਸੇ ਗੁਰਮੁਖ ਦੇ ਬਾਰੇ ਅਸੀਂ ਇਹ ਕੁਝ ਕਹੀ, ਐਸੀ ਸ਼ਬਦਾਵਲੀ ਸਾਡੇ ਮੂੰਹ 'ਚੋਂ ਨਿਕਲੇ ਕਿਉਂ, ਜੇ ਕਿਸੇ ਵੀ ਕਹੀਏ ਨਾ ਨਿਕਲੇ। ਅਤੇ ਭਾਈ ਗੁਰਦਾਸ ਸਾਹਿਬ ਦੇ ਬਾਰੇ ਵਿੱਚ ਉਹਨਾਂ 'ਤੇ ਇਹੋ ਜਿਹਾ ਅਟੈਕ, ਇਹ ਸਿੱਖ ਧਰਮ 'ਤੇ ਗੁਰਬਾਣੀ 'ਤੇ ਸਿੱਧਾ ਸਿੱਧਾ ਅਟੈਕ ਹੈ, ਭਾਈ ਗੁਰਦਾਸ 'ਤੇ ਨਹੀਂ, ਇਹ ਕਿਸੇ ਗ੍ਰੰਥ 'ਤੇ ਨਹੀਂ, ਇਹ ਸਿੱਖੀ 'ਤੇ ਅਟੈਕ ਹੈ। ਮੈਂ ਭਾਈ ਗੁਰਦਾਸ ਸਾਹਿਬ ਦੇ ਪਿੱਛੇ ਇੱਕ ਦੋ ਸੈਮੀਨਾਰ ਸਨ ਅਤੇ ਮੈਨੂੰ ਇੱਕ ਪੇਪਰ ਲਿਖਣਾ ਪਿਆ। ਜਦੋਂ ਮੈਂ ਫਿਰ ਧਿਆਨ ਨਾਲ ਭਾਈ ਗੁਰਦਾਸ ਸਾਹਿਬ ਨੂੰ ਪੜ੍ਹਿਆ, ਪਹਿਲੀ ਵਾਰ ਦੇ ਵਿੱਚ ਜਿਹੜੀ ਇੱਥੋਂ ਦੀ ਪਹਿਲੀ ਸਥਿਤੀ ਸੀ, ਹਿੰਦੁਸਤਾਨੀ ਧਰਮਾਂ 'ਚ ਬਿਖਰਾਅ ਕਿਵੇਂ ਪੈਦਾ ਹੋ ਗਿਆ, ਕਲਯੁੱਗ ਸਤਯੁੱਗ ਦੀਆਂ ਮਾਨਤਾਵਾਂ ਸਨ, ਪੁਰਾਣੀ ਮਾਨਤਾ ਕਿਵੇਂ ਤੋੜੀ ਜਾਂਦੀ ਹੈ, ਅੱਜ ਤੱਕ ਵੀ ਨਾ ਜੇ ਅਸੀਂ ਇੱਥੇ ਬੈਠੇ ਹੋਵਾਂਗੇ, ਉਹ ਜੀ ਸਤਯੁੱਗ ਦਾ ਸਮਾਂ ਸੀ, ਹੁਣ ਕਲਯੁੱਗ ਆ ਗਿਆ। ਭਾਈ ਗੁਰਦਾਸ ਤਿੰਨ ਪੰਕਤੀਆਂ ਦੇ ਵਿੱਚ ਹਿੰਦੁਸਤਾਨ ਦੀ ਇਹ ਐਡੀ ਵੱਡੀ ਜਿਹੜੀ ਆਈਡੀਆਲੋਜੀ ਦਾ ਥੰਮ ਸੀ ਢਾਕ ਢੇਰੀ ਕਰ ਦਿੰਦੇ। ਉਹ ਕਹਿੰਦੇ ਕੋਈ ਕਲਯੁੱਗ ਸਤਯੁੱਗ ਨਹੀਂ, ਕਲਯੁੱਗ ਉਤਮੋ ਜੁਗਾ ਮਾਹੇ, ਗੁਰੂ ਜੀ ਨੇ ਡਿਕਲੇਅਰ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ, ਕਲਯੁੱਗ ਸਭ ਤੋਂ ਸ੍ਰੇਸ਼ਟ ਸਮਾਂ ਹੈ। ਦੇਖੋ ਹਿੰਦੁਸਤਾਨ ਦੇ ਵਿੱਚ ਅਸੀਂ ਖਲੋਤੇ ਕਿੱਥੇ ਹਾਂ, ਉਸ ਸਥਾਨ 'ਤੇ ਅਸੀਂ ਖਲੋਤੇ ਹਾਂ ਜਿੱਥੇ ਇੱਕੋ ਹੀ ਸਬਕ ਅੱਜ ਤੱਕ ਪੜ੍ਹਾਇਆ ਜਾਂਦਾ, ਸਤਯੁੱਗ ਬਹੁਤ ਚੰਗਾ ਯੁੱਗ ਸੀ ਔਰ ਕਲਯੁੱਗ ਸਭ ਤੋਂ ਖਰਾਬ ਹੈ। ਉੱਥੇ ਗੁਰੂ ਜੀ ਨੇ ਉੱਚੀ ਆਵਾਜ਼ 'ਚ ਕਿਹਾ ਕਲਯੁੱਗ ਉਤਮੋ ਜੁਗਾ ਮਾਹੇ, ਕਲਯੁੱਗ ਸਾਰੇ ਯੁਗਾਂ ਤੋਂ ਉੱਚਾ ਹੈ, ਸ਼੍ਰੇਸ਼ਟ ਹੈ। ਗੁਰੂ ਸਾਹਿਬ ਮਥੁਰਾ ਵਿੱਚ ਇੱਕ ਮੰਦਿਰ ਵਿੱਚ ਟਿੱਕੇ ਜਾ ਕੇ, ਗੁਰੂ ਨਾਨਕ ਸਾਹਿਬ ਨਾਲ ਮਰਦਾਨਾ ਹੈ, ਵੇਖਿਆ ਪੁਜਾਰੀ ਬੜੇ ਖਰਾਬ ਨੇ। ਕਹਿਣ ਲੱਗਾ ਗੁਰੂ ਜੀ ਅਸੀਂ ਤਾਂ ਧਰਮ ਸਥਾਨਾਂ ਦੇ ਵਿੱਚ ਯਾਤਰਾ, ਅਸੀਂ ਸੋਚਿਆ ਵੀ ਧਰਮ ਸਥਾਨਾਂ 'ਤੇ ਚੰਗੇ ਲੋਕ ਰਹਿੰਦੇ ਨੇ, ਲੋਕ ਯਾਤਰਾ ਕਰਨ ਆਉਂਦੇ ਨੇ ਬਾਹਰੋਂ ਤੀਰਥਾਂ ਦੀ, ਇੱਥੇ ਤਾਂ ਹੋਰ ਹੀ ਖਰਾਬ ਬੰਦੇ ਨੇ। ਗੁਰੂ ਜੀ ਕੋਈ ਜਵਾਬ ਦਿੰਦੇ, ਇੱਕ ਉਤਾਵਲਾ ਪੰਡਿਤ ਪਹਿਲਾਂ ਹੀ ਬੋਲ ਪਿਆ, ਕਹਿੰਦਾ ਜੀ ਕਲਯੁੱਗ ਦਾ ਪ੍ਰਭਾਵ ਹੈ, ਮਨੁੱਖ ਦਾ ਕੋਈ ਦੋਸ਼ ਨਹੀਂ, ਆਦਮੀ ਦਾ ਕੋਈ ਦੋਸ਼ ਨਹੀਂ, ਇਹ ਤਾਂ ਕਲਯੁੱਗ ਦਾ ਅਸਰ ਹੈ। ਅਤੇ ਗੁਰੂ ਜੀ ਨੇ ਉਚਾਰਨ ਕੀਤਾ, ਸੋਈ ਚੰਦ ਚੜ੍ਹੇ ਸੇ ਤਾਰੇ ਸਹੀ ਦਿਨੀਅਤ ਤੰਤਰ ਹੈ, ਕਿਹੜਾ ਸਮਾਂ ਬਦਲ ਗਿਆ, ਦਿਨ ਰਾਤ ਬਣਦੇ ਨੇ ਸੂਰਜ ਚੰਦਰਮਾ ਨਾਲ, ਸੂਰਜ ਚੰਦਰਮਾ ਤਾਂ ਆਪਣੀ ਚਾਲ ਠੀਕ ਠਾਕ ਚੱਲਦੇ ਨੇ, ਦਿਨ ਰਾਤ ਉਸੇ ਤਰ੍ਹਾਂ ਬਣਦੇ ਨੇ, ਸਮਾਂ ਕਿੱਥੋਂ ਖਰਾਬ ਹੋ ਗਿਆ। ਉਹਨਾਂ ਨੇ ਕਿਹਾ ਸਮਾਂ ਖਰਾਬ ਨਹੀਂ ਹੋਇਆ, ਰੁਚੀਆਂ ਤੁਹਾਡੀਆਂ ਖਰਾਬ ਨੇ, ਬੇਈਮਾਨ ਤੁਸੀਂ ਹੋ, ਦੋਸ਼ ਦੇ ਰਹੇ ਹੋ, ਸਮਾਂ ਖਰਾਬ ਹੈ, ਅਸੀਂ ਇਸ ਨਹੀਂ ਕਰਨੇ ਹਾਂ। ਜਦੋਂ ਕੋਈ ਗਲਤ ਕੰਮ ਕਰ ਲੈਂਦੇ ਹਾਂ ਨਾ,
ਉਹਦਾ ਫਲ ਭੁਗਤਣਾ ਪੈਂਦਾ ਅਤੇ ਆਪਣੇ ਆਪ ਨੂੰ ਦੋਸ਼ ਨਹੀਂ ਦਿੰਦੇ ਕਿ ਸਾਡਾ ਕਸੂਰ ਹੈ, ਕਹਿੰਦੇ ਹਾਂ ਜੀ ਟਾਈਮ ਖਰਾਬ ਸੀ। ਇਹ ਸਾਡੀ ਪ੍ਰਵਿਰਤੀ ਵੀ ਹੈ ਕਿਉਂਕਿ ਅਸਾਂ ਦੋਸ਼ ਆਪਣਾ ਸਵੀਕਾਰ ਨਹੀਂ ਕਰਨਾ ਅੰਦਰ, ਹਉਮੈ ਜਿਹੜੀ ਉਹ ਕਿੱਥੇ ਆਪਣਾ ਕਸੂਰ ਮੰਨਣ ਦਿੰਦੀ। ਭਾਈ ਗੁਰਦਾਸ ਸਾਹਿਬ ਨੇ ਇਸ ਜਿਹੜਾ ਬ੍ਰਾਹਮਣੀਕਲ ਥਿੰਕਿੰਗ ਸੀ ਉਹਨੂੰ ਕਿਵੇਂ ਤੋੜਿਆ? ਉਹ ਕਹਿੰਦੇ ਸਤਯੁਗ ਦਾ ਅਨਿਆਏ ਸੁਣ। ਕਿੱਥੇ ਸਤਯੁਗ? ਨਿਆਂਕਾਰੀ ਯੁੱਗ। ਉਹ ਕਹਿੰਦੇ ਅਨਿਆਏ ਸੁਣ। ਆਹ ਪੰਡਿਤ ਸੁਣ, ਧਿਆਨ ਨਾਲ ਸੁਣ ਲੈ, ਸਤਯੁਗ ਦਾ ਅਨਿਆਏ ਸੁਣ। ਇੱਕ ਫੇੜੇ ਸਭ ਜਗਤ ਮਰਾਵੇ, ਇੱਕ ਬੰਦਾ ਪਾਪ ਕਰਦਾ ਸਾਰਾ ਜਹਾਨ ਮਾਰਿਆ ਜਾਂਦਾ। ਤ੍ਰੇਤੇ ਨਗਰੀ ਪੀੜੀ ਹੈ, ਤ੍ਰੇਤਾ ਆ ਗਿਆ, ਥੋੜ੍ਹਾ ਜਿਹਾ ਸੁਧਾਰ ਹੋ ਗਿਆ, ਖਰਾਬੀ ਨਹੀਂ ਆਈ। ਹੁਣ ਕਹਿੰਦੇ ਇੱਕ ਬੰਦਾ ਪਾਪ ਕਰਦਾ ਅਤੇ ਇੱਕ ਸ਼ਹਿਰ ਜਿਹੜਾ ਉਹ ਨਸ਼ਟ ਹੁੰਦਾ। ਦੁਆਪਰ ਵੰਸ਼ ਕੰਸ ਕੁਵੰਸ਼ ਕਹਾਵਾ ਹੈ, ਦੁਆਪਰ ਆ ਗਿਆ। ਜਿਹੜਾ ਬੰਦਾ ਪਾਪ ਕਰਦਾ ਉਹਦੀ ਕੁੱਲ ਤੱਕ ਹੀ ਰਹਿੰਦਾ ਸੀਮਤ, ਉਹਦੀ ਕੁੱਲ ਨੂੰ ਸਜ਼ਾ ਮਿਲਦੀ ਹੈ, ਪਰੰਤੂ ਨਾ ਜਗਤ ਨੂੰ ਸਜ਼ਾ ਨਾ ਸ਼ਹਿਰ ਨੂੰ ਸਜ਼ਾ। ਕਹਿੰਦੇ ਹੋ ਇਹ ਟਾਈਮ ਥੋੜ੍ਹਾ ਹੋਰ ਚੰਗਾ ਆ ਗਿਆ। ਫਿਰ ਕਹਿੰਦੇ ਕਲਯੁਗ ਹੋਰ ਚੰਗਾ ਆ ਗਿਆ। ਕਲਯੁਗ ਜੋ ਫੇੜੇ ਸੋ ਪਾਵੈ, ਕਲਯੁਗ ਜਿਹੜਾ ਪਾਪ ਕਰੇਗਾ ਉਹਨੂੰ ਫਲ ਭੁਗਤਣਾ ਪਵੇਗਾ। ਇਹ ਕ੍ਰਾਂਤੀ ਹੈ ਹਿੰਦੁਸਤਾਨ ਦੇ ਵਿੱਚ, ਇੱਥੋਂ ਦੀ ਆਈਡੀਆਲੋਜੀ ਨੂੰ ਨੇਸਤੋ ਨਾਬੂਦ ਕਰਕੇ ਇੱਕ ਨਵਾਂ ਮਨੁੱਖ ਸਿਰਜਣ ਵਾਸਤੇ ਇੱਕ ਨਵੀਂ ਉਸਾਰੂ ਆਈਡੀਆਲੋਜੀ ਅਗਾਹਾਂ ਪੁੱਤਰਾਂ ਵਾਲੀ। ਪਿੱਛਾ ਫੇਰ ਨਾ ਮੋਟੜਾ, ਅੱਗੇ ਵੇਖ, ਤੂੰ ਪਿੱਛੇ ਹੀ ਵੇਖੀ ਜਾਂਦਾ, ਤੂੰ ਆਪ ਕਮਜ਼ੋਰ ਹੋ ਗਿਆ, ਆਪਣੇ ਉੱਚੇ ਉੱਠਣ ਦਾ ਯਤਨ ਨਹੀਂ ਕਰ ਰਿਹਾ, ਤੇ ਪੁਰਾਣੇ ਪੁਰਾਣੇ ਪੁਰਸ਼ਾਂ ਦੀ ਤੂੰ ਤਾਰੀਫ ਕਰੀ ਜਾ ਰਿਹਾ। ਤੋ ਇਹ ਅਨਮੋਲ ਚੀਜ਼ਾਂ ਕਿੱਥੋਂ ਮਿਲਣਗੀਆਂ? ਤੋ ਮੈਂ ਇਹ ਜ਼ਿਕਰ ਕਰ ਰਿਹਾ ਸੀ ਭਾਈ ਗੁਰਦਾਸ ਸਾਹਿਬ ਦੀ ਦੂਜੀ ਵਾਰ। ਦੂਜੀ ਵਾਰ 'ਤੇ ਪਹੁੰਚੀ ਹੈ ਸਾਰੀ ਅਦਵੈਤ। ਇਹ ਇੱਕ ਬੜਾ ਵੱਡਾ ਮਸਲਾ ਹੈ, ਦਵੈਤ ਅਦਵੈਤ ਦਾ ਆਮ ਸਾਨੂੰ ਸਮਝ ਨਹੀਂ ਆਏਗਾ। ਸਿੱਧੀ ਸਿੱਧੀ ਗੱਲ ਸਿੱਧੇ ਸ਼ਬਦਾਂ ਨੂੰ ਸਮਝਾ ਦੇਵਾਂ। ਡੁਅਲਿਜ਼ਮ, ਦੋ ਜਾਂ ਇੱਕ ਤੋਂ ਵੱਧ ਹੋਂਦ, ਜਿਵੇਂ ਇਸਲਾਮ ਵਿੱਚ ਹੈ, ਅਸਲਾ ਭਿੰਨ ਭਿੰਨ ਹੈ, ਹੋਂਦ ਵੱਖਰੀ ਵੱਖਰੀ ਹੈ। ਇਸ ਕਰਕੇ ਉੱਥੇ ਸ਼ੈਤਾਨ ਬਣਾਉਣਾ ਪਿਆ ਰੱਬ ਦੇ ਪੈਰੇ ਨਾਲ। ਨੇਕੀ ਅਤੇ ਬਦੀ ਇੱਕ ਸਮਾਨ ਨਹੀਂ ਹਨ, ਇੱਕੋ ਓਰੀਜਨ ਨਹੀਂ ਹੈ ਉਹਨਾਂ ਦਾ, ਇੱਕ ਵਿੱਚ ਜਾਣਗੀਆਂ ਨਹੀਂ। ਇਸ ਕਰਕੇ ਫਿਰ ਦੋ ਸੱਤਾ, ਦੋ ਪਾਵਰਸ ਬਣਾਉਣੀਆਂ ਪਈਆਂ, ਇੱਕ ਅੱਲਾ ਇੱਕ ਸ਼ੈਤਾਨ, ਇਹ ਦੋ ਬਣਾਉਣੇ ਪੈ ਗਏ। ਦੂਜਾ ਹੈ ਨੌਨ ਡੁਅਲਿਜ਼ਮ, ਜਿਸ ਨੂੰ ਕਹਿੰਦੇ ਹਾਂ ਅਦਵੈਤ, ਦੋ ਨਹੀਂ ਕੇਵਲ ਇੱਕ, ਜਿਹੜਾ ਸੀ ਇੱਕ ਓਅੰਕਾਰ, ਕੇਵਲ ਇੱਕ ਹੋਂਦ, ਦੂਜੀ ਹੋਂਦ ਨਹੀਂ ਹੈ। ਤੋ ਸਿੱਖੀ ਅਦਵੈਤਵਾਦੀ ਪੰਥ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਨੇ ਸਿੱਖੀ ਸਿਧਾਂਤ ਦੀ ਵਿਆਖਿਆ ਦੇ ਆਰੰਭ ਵਿੱਚ ਦੂਜੀ ਵਾਰ ਸਾਰੀ ਦੀ ਸਾਰੀ ਅਦਵੈਤ ਦੀ ਵਾਰ ਲਿਖ ਦਿੱਤੀ। ਉਹਨਾਂ ਕਿਹਾ ਜਿਵੇਂ ਸੋਨਾ ਹੈ, ਇੱਕੋ ਸੋਨੇ ਦੇ ਮੁਰਕੀਆਂ ਬਣਾਈਆਂ ਜਾਂਦੀਆਂ ਨੇ, ਚੂੜੇ ਬਣਾਏ ਜਾਂਦੇ ਨੇ, ਵਾਲੀਆਂ ਬਣਾਈਆਂ ਜਾਂਦੀਆਂ ਨੇ, ਨੱਥ ਬਣਾਈ ਜਾਂਦੀ ਹੈ, ਹਾਰ ਬਣਾਇਆ ਜਾਂਦਾ, ਹੋਰ ਕਿਤਨੇ ਗਹਿਣੇ ਬਣਾਏ ਜਾਂਦੇ ਨੇ, ਠੀਕ ਇਸੇ ਤਰ੍ਹਾਂ ਸਾਰੇ ਇੱਕੋ ਅਸਲੇ ਤੋਂ ਬਣੇ ਹੋਏ ਪਰਮੇਸ਼ਰ ਦੇ ਨਾਨਾ ਰੂਪ ਨੇ। ਇਹ ਪਰਮੇਸ਼ਰ ਦੇ ਰੂਪ ਨੇ, ਇਹਨੂੰ ਤੂੰ ਇਹ ਸਮਝੇ ਕਿ ਇਹ ਕੋਈ ਬੇਗਾਨਾ ਹੈ, ਕੋਈ ਪਰਾਇਆ ਹੈ, ਤੇ ਇਹ ਤੇਰੀ ਦ੍ਰਿਸ਼ਟੀ ਵਿੱਚ ਦੋਸ਼ ਹੈ। ਸਭ ਇੱਕ ਸਮਾਨ ਹੈ, ਕੇਵਲ ਤੇ ਕੇਵਲ ਇੱਕ ਬ੍ਰਹਮ ਹੈ। ਇਹ ਭਾਈ ਗੁਰਦਾਸ ਸਾਹਿਬ ਦੀ ਦੂਜੀ ਵਾਰ ਵਿੱਚ ਹੈ।
ਹੁਣ ਜੇ ਇਹ ਛੱਡ ਜਾਈਏ ਸਾਡਾ ਮਸਲਾ ਦਵੈਤ ਅਦਵੈਤ ਦਾ ਹੀ ਨਹੀਂ ਨਿਬੜਿਆ ਜਾ ਸਕਦਾ, ਕਿਵੇਂ ਨਿਪਟਾਂਗੇ? ਸਾਡੇ ਲੋਕਾਂ ਨੇ, ਸਾਡੇ ਬਜ਼ੁਰਗਾਂ ਨੇ ਕਿਸ ਦ੍ਰਿਸ਼ਟੀ ਤੋਂ ਸਿੱਖ ਪੰਥ ਨੂੰ ਵੇਖਿਆ ਹੈ? ਮੈਂ ਕਹਾਂ ਭਾਈ ਗੁਰਦਾਸ ਸਾਹਿਬ, ਅੱਜ ਵੀ ਬੜੇ ਸਿੱਖ ਜਿਹੜੇ ਨੇ ਬਿਨਾਂ ਭਾਈ ਗੁਰਦਾਸ ਨੂੰ ਪੜ੍ਹੇ ਜਿਨ੍ਹਾਂ ਨੇ ਲਿਖਿਆ ਹੈ, ਉਹ ਸਾਰੇ ਲਿਖ ਕੇ ਕਿ ਮਹਾਤਮਾ ਬੁੱਧ ਦਾ ਧਰਮ ਜਿਹੜਾ ਸੀ ਉਹ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰਚਾਰ ਕੀਤਾ। ਇਹ ਸਰਦਾਰ ਕਪੂਰ ਸਿੰਘ ICS ਲਿਖ ਕੇ, ਇਹ ਚੀਜ਼ ਡਾਕਟਰ ਸ਼ੇਰ ਸਿੰਘ ਲਿਖ ਕੇ, ਜਿਹੜੇ ਗੁਰਮਤਿ ਫਿਲਾਸਫੀ ਜਿਹਨਾਂ ਦੀ ਸ਼੍ਰੋਮਣੀ ਕਮੇਟੀ ਦੁਆਰਾ ਛਪੀ ਹੋਈ ਹੈ। ਮੈਂ ਜਦੋਂ ਇਹ ਵਿਚਾਰ ਪੜ੍ਹੇ ਮੈਨੂੰ ਬੜਾ ਦੁੱਖ ਹੋਇਆ, ਇਹ ਹੋ ਨਹੀਂ ਸਕਦਾ। ਇੱਕ ਜਿਹੜਾ ਰੱਬ ਦੀ ਹੋਂਦ ਵਿੱਚ ਵਿਸ਼ਵਾਸ ਹੀ ਨਹੀਂ ਰੱਖਦਾ, ਅਤੇ ਇੱਕ ਜਿਹੜੇ ਪੰਥ ਜਿਹਦੀ ਗੱਲ ਹੀ ਇੱਕ ਓਂਕਾਰ ਤੋਂ ਸ਼ੁਰੂ ਹੁੰਦੀ ਹੈ, ਦੋਵੇਂ ਇੱਕ ਸਮਾਨ ਕਿਵੇਂ ਹੋ ਸਕਦੇ ਨੇ? ਮੈਂ ਭਾਈ ਗੁਰਦਾਸ ਸਾਹਿਬ ਦੇ ਦਰਸ਼ਨ ਕੀਤੇ, ਉਹ ਕਹਿੰਦੇ ਮਹਾਤਮਾ ਬੁੱਧ, ਕਲਯੁਗ ਬੋਧ ਅਵਤਾਰ ਹੋਏ ਬੋਧ ਬੋਧ ਨਾਲ ਦ੍ਰਿਸ਼ਟੀ ਆਵੇ। ਕਹਿੰਦੇ ਜਿਸ ਬੁੱਧ ਨੂੰ ਤੁਸੀਂ ਕਹਿੰਦੇ ਹੋ ਗਿਆਨ ਦੇਣ ਵਾਲਾ, ਇਹਦੇ ਆਉਣ ਨਾਲ ਤੇ ਗਿਆਨ ਅਗਿਆਨ ਦਾ ਫਰਕ ਹੀ ਪਤਾ ਨਹੀਂ ਚੱਲ ਰਿਹਾ, ਇਹ ਨਹੀਂ ਪਤਾ ਚੱਲ ਰਿਹਾ ਗਿਆਨ ਦੀ ਗੱਲ ਕਿਹੜੀ ਹੈ ਤੇ ਗਿਆਨ ਦੀ ਕਿਹੜੀ, ਬੋਧ ਅਬੋਧ ਨਾਲ ਦ੍ਰਿਸ਼ਟੀ ਆਵੇ। ਉਹ ਕਹਿੰਦੇ ਇੱਥੋਂ ਦੀ ਸੁਸਾਇਟੀ ਦੇ ਪਤਨ ਦਾ ਵੱਡਾ ਕਾਰਨ ਮਹਾਤਮਾ ਬੁੱਧ ਹੈ, ਕਿਉਂਕਿ ਸੋਸਾਇਟੀ ਵਿੱਚ ਜੰਤਰ ਮੰਤਰ ਤੰਤਰ ਫੈਲਾ ਕੇ, ਪਖੰਡ ਫੈਲਾ ਕੇ ਸੋਸਾਇਟੀ ਨੂੰ ਖੇਰੂ ਖੇਰੂ ਕਰ ਦਿੱਤਾ, ਜਿਸ ਨੇ 1000 ਸਾਲ ਦੀ ਗੁਲਾਮੀ ਹਿੰਦੁਸਤਾਨ ਨੂੰ ਦਿੱਤੀ। ਇਹ ਭਾਈ ਗੁਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਰਸਾਏ ਹੋਏ ਸਿੱਖ ਕਹਿ ਰਹੇ ਨੇ, ਇਹ ਧਿਆਨ ਦੇਣ ਦੀ ਲੋੜ ਹੈ। ਤੋ ਇਤਨਾ ਵੱਡਾ ਦਾਰਸ਼ਨਿਕ ਵਿਅਕਤੀ, ਹਿੰਦੁਸਤਾਨ ਦੇ ਜਿਹੜੇ 6 ਦਰਸ਼ਨ, ਨਿਆਂ, ਵੈਸ਼ੇਸ਼ਿਕ, ਸਾਂਖ, ਯੋਗ, ਵਿਦਾਂਤ, ਮੀਮਾਂਸਾ, 6 ਦਰਸ਼ਨ ਨੇ, ਐਡੇ ਐਡੇ ਗ੍ਰੰਥ ਲਿਖੇ, ਇਹਨਾਂ ਦੀ ਵਿਆਖਿਆ ਲਿਖਣੀ ਕਿੰਨੇ ਕਿੰਨੇ ਟਾਈਮ ਚਾਹੀਦਾ, ਕਿੰਨੀ ਵਿਜਡਮ ਚਾਹੀਦੀ ਹੈ, ਅਤੇ ਕਿਤਨਾ ਉਸਦਾ ਵੱਡਾ ਗ੍ਰੰਥ ਬਣੇਗਾ। ਪਰੰਤੂ ਇੱਕ ਪੌੜੀ ਵਿੱਚ ਉਹਦਾ ਸਾਰ ਸਮੇਟ ਦਿੱਤਾ ਹੈ। ਧਿਆਨ ਨਾਲ ਪੜ੍ਹ ਲਓ, ਮੈਂ ਨਿਆਂ ਆਦਿ ਸ਼ਾਸਤਰ ਪੜ੍ਹੇ ਹੋਏ ਨੇ ਥੋੜ੍ਹੇ ਬਹੁਤ, ਅਤੇ ਮੈਂ ਵੇਖਿਆ ਸਮਰੀ 5-6 ਪੰਕਤੀਆਂ ਵਿੱਚ ਕੋਈ ਕਰ ਸਕਦਾ ਇਹਨਾਂ ਦਰਸ਼ਨਾਂ ਦੀ? 5-6 ਪੰਕਤੀਆਂ ਵਿੱਚ ਸਮਰੀ ਕਰਕੇ ਰੱਖ ਦਿਓ। ਉਸ ਵਿਦਵਾਨ ਨੂੰ ਅਸੀਂ ਕਹਿੰਦੇ ਹਾਂ ਮੀਨਿਆਂ ਦਾ ਏਜੰਟ ਹੈ। ਪਹਿਲਾਂ ਅਸੀਂ ਮਾਰ ਕੁੱਟ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੇ ਘਰੋਂ ਕੱਢਿਆ ਅਤੇ ਗੁਆਂਢੀਆਂ ਨੇ ਕਬਜ਼ਾ ਕਰ ਲਿਆ। ਹੁਣ ਭਾਈ ਗੁਰਦਾਸ ਨੂੰ, ਕਵੀ ਸੰਤੋਖ ਸਿੰਘ ਨੂੰ, ਅੱਜ ਸਿੱਖ ਕਹਿੰਦੇ ਨੇ ਕਵੀ ਸੰਤੋਖ ਸਿੰਘ ਸਿੱਖ ਨਹੀਂ, ਸਾਰਾ ਹਿੰਦੁਸਤਾਨ ਕਹੇਗਾ ਉਹ ਹਿੰਦੂ ਕਵੀ ਸੀ, ਮਾਣ ਨਾਲ ਕਹੇਗਾ, ਕਿਉਂਕਿ ਇਤਨਾ ਵੱਡਾ ਕਵੀ ਪੈਦਾ ਕਰਨਾ ਅਤੇ ਲੱਭਣਾ ਕੋਈ ਆਸਾਨ ਕੰਮ ਹੈ। ਉਹ ਕਹਿਣਗੇ ਹਿੰਦੂ ਕਵੀ। ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਬੰਦਾ ਸਿੰਘ ਬਹਾਦਰ ਦੀ ਲਾਈਫ ਲਿਖਦਿਆਂ ਗਲਤੀ ਕੀਤੀ, ਉਹਨਾਂ ਲਿਖ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਅੰਮ੍ਰਿਤ ਨਹੀਂ ਸੀ ਛਕਿਆ। ਅਤੇ ਅਗਲੇ ਥੋੜ੍ਹੇ ਟਾਈਮ ਦੇ ਵਿੱਚ ਭਾਈ ਪਰਮਾਨੰਦ ਨੇ ਕਿਤਾਬ ਲਿਖਤੀ ਕਿ ਬਾਬਾ ਬੰਦਾ ਸਿੰਘ ਬੰਦਾ ਬੈਰਾਗੀ ਹਿੰਦੂ ਥਾ, ਉਸਨੇ ਕਿਤਾਬ ਲਿਖ ਮਾਰੀ। ਹੁਣ ਕਰਮ ਸਿੰਘ ਹਿਸਟੋਰੀਅਨ ਰੋਣ ਲੱਗੇ, ਫਿਰ ਦੁਬਾਰਾ ਇੱਕ ਕਿਤਾਬ ਲਿਖੀ ਕਿ ਬੰਦਾ ਸਿੰਘ ਸਿੱਖ ਥਾ। ਤੋ ਜੇ ਪਹਿਲਾਂ ਹੀ ਨਾ ਗਲਤੀ ਕਰਦੇ ਤਾਂ ਫਿਰ ਕਿਉਂ ਕਰਨੀ ਪੈਂਦੀ? ਭਾਈ ਗੁਰਦਾਸ ਸਾਹਿਬ ਇਹ ਜਿਹੜੇ ਗੁਰਬਿਲਾਸ ਦੇ ਕਰਤਾ ਨੇ, ਇਹ ਸਾਰੇ ਗ੍ਰੰਥਾਂ ਨੂੰ ਕਹਾਂਗੇ ਸਿੱਖ ਨਹੀਂ ਹਨ, ਅਤੇ ਸਾਡੇ ਦੇ ਜਿਹੜੇ ਵਿਰੋਧੀ ਨੇ ਉਹ ਤਾਂ ਬੜੇ ਖੁਸ਼ ਹੋਣਗੇ, ਇਹ ਹਿੰਦੂ ਥੇ, ਇਤਨੇ ਬੜੇ ਬੁੱਧੀਮਾਨ ਥੇ, ਉਹ ਕਹਿਣਗੇ ਕਵੀ ਸੰਤੋਖ ਸਿੰਘ ਹਿੰਦੂ ਥੇ। ਤੋ ਇਹ ਸਾਡੇ ਵਾਸਤੇ ਕਿਹੜੀ ਗੌਰਵ ਵਾਲੀ ਗੱਲ ਹੋਵੇਗੀ? ਆਪਣਾ ਇਤਿਹਾਸ ਗਵਾਇਆ, ਸਿੱਖ ਦੀ ਲਿਵਿੰਗ ਜਿਹੜੀ ਸੀ ਉਹਦੇ ਵਿੱਚ ਗੁਰੂ ਦਾ ਅਮਲ ਜਿਹੜਾ ਸੀ ਸਾਰਾ, ਉਹਨੂੰ ਤਿਲਾਂਜਲੀ ਦਿੱਤੀ, ਸਾਰਾ ਕੁਝ ਛੱਡਿਆ, ਇਤਿਹਾਸ ਗਿਆ, ਸਿਧਾਂਤ ਗਿਆ, ਗੁਰੂ ਦੀ ਲਿਵਿੰਗ, ਸਿੱਖ ਦੀ ਲਿਵਿੰਗ, ਕਿਤਨਾ ਉੱਚਾ ਸਿੱਖ ਪੈਦਾ ਕਰ ਦਿੱਤਾ ਸੀ। ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਪੜ੍ਹੀਏ,
ਕਿ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜਿਸ ਤਰ੍ਹਾਂ ਦਾ ਮਨੁੱਖ ਚਾਹੁੰਦੇ ਸਨ ਉਹ ਪੰਚਮ ਪਾਤਸ਼ਾਹ ਦੇ ਸਮੇਂ ਵਿੱਚ ਅਨੇਕਾਂ ਸਿੱਖ ਉਸ ਲੈਵਲ ਦੇ ਉਸ ਪੱਧਰ ਦੇ ਗੁਰੂ ਜੀ ਨੇ ਕ੍ਰੀਏਟ ਕਰ ਦਿੱਤੇ ਸਨ ਕਿ ਭਾਈ ਗੁਰਦਾਸ ਨਹੀਂ ਹੋਵੇ ਤਾਂ ਕਿੱਥੋਂ ਪਤਾ ਚੱਲੇਗਾ। ਇਸ ਕਰਕੇ ਮੇਰਾ ਇਹ ਨਿਵੇਦਨ ਹੈ ਕਿ ਸਾਨੂੰ ਬਹੁਤ ਸਾਵਧਾਨੀ ਨਾਲ, ਹਾਂ ਇਹ ਠੀਕ ਹੈ ਪ੍ਰੋਬਲਮ ਕਿੱਥੇ ਹੁੰਦੀ ਹੈ, ਵਿਆਖਿਆਕਾਰੀ 'ਚ ਪ੍ਰੋਬਲਮ ਹੁੰਦੀ ਹੈ, ਟਾਈਮ ਚੇਂਜ ਹੋ ਜਾਂਦਾ, ਪੁਰਾਣੇ ਤਰੀਕੇ ਬਦਲ ਜਾਂਦੇ ਨੇ। ਕਿਸੇ ਟਾਈਮ 'ਤੇ ਪੁਰਾਣੇ ਟਾਈਮ 'ਚ ਸਾਨੂੰ ਪ੍ਰੋਬਲਮ ਨਹੀਂ ਸੀ, ਅਗਰ ਕੋਈ ਕਹਿ ਦਿੰਦਾ ਹਿੰਦੂ ਭਰਾ ਹੈ, ਅਗਰ ਹਿੰਦੂ ਸਾਨੂੰ ਕਹਿੰਦਾ ਸੀ ਸਾਡਾ ਭਰਾ ਹੋ ਤੁਸੀਂ ਤਾਂ ਸਾਨੂੰ ਲੱਗਦਾ ਸੀ ਅੱਛਾ ਹੈ ਨਾ, ਸਾਡਾ ਹਮਦਰਦ ਹੈ। ਅੱਜ ਕੋਈ ਹਿੰਦੂ ਕਹੇ ਤੁਸੀਂ ਸਾਡੇ ਭਰਾ ਹੋ ਤਾਂ ਸਾਨੂੰ ਥੋੜ੍ਹਾ ਜਿਹਾ ਔਖਾ ਲੱਗਦਾ, ਸਾਨੂੰ ਉਹਦੀ ਨੀਯਤ 'ਤੇ ਸ਼ੱਕ ਹੁੰਦਾ ਹੈ, ਉਹਦੇ ਕਾਰਨ ਨੇ ਨੀਯਤ 'ਤੇ ਸ਼ੱਕ ਕਰਨ ਦੇ। ਅੱਜ ਉਹ ਇਸ ਏਮ ਨਾਲ ਸਾਨੂੰ ਜ਼ਰੂਰ ਮਹਿਸੂਸ ਹੁੰਦਾ, ਹੋ ਸਕਦਾ ਸਾਰਿਆਂ ਦੇ ਮਨ ਵਿੱਚ ਨਹੀਂ ਐਸਾ ਹੁੰਦਾ, ਪਰੰਤੂ ਜਦੋਂ ਕੋਈ ਕਹਿੰਦਾ ਸਿੱਖ ਹਿੰਦੂ ਹੀ ਨੇ ਅਤੇ ਸਾਨੂੰ ਆਹ ਦੇਖੋ ਮਸਲਾ ਜਿਹੜਾ ਅਸੀਂ ਸਰਦਾਰ ਗੁਰਤੇਜ ਸਿੰਘ ਤੁਹਾਡੇ ਸਾਹਮਣੇ ਲਿਆ ਹੀ ਰਹੇ ਨੇ, ਅਤੇ ਉਸ ਵੇਲੇ ਅਗਰ ਜਦੋਂ ਸੰਘਰਸ਼ ਵਿੱਚ ਸੀ ਅਸੀਂ, ਉਸ ਵੇਲੇ ਹਿੰਦੂ ਸਾਡੇ ਬੜੇ ਹਮਦਰਦ ਸਨ, ਉਹਨਾਂ ਨੂੰ ਇਹ ਸੀ ਕਿ ਖਾਲਸਾ ਸਾਡੀ ਲੜਾਈ ਲੜ ਰਿਹਾ, ਇਸ ਕਰਕੇ ਉਹ ਖਾਲਸੇ ਦੀ ਯਥਾ ਯੋਗ ਮਦਦ ਕਰਦੇ ਸਨ ਅਤੇ ਆਪਣੇ ਬੱਚਿਆਂ ਨੂੰ ਪ੍ਰੇਰਨਾ ਦਿੰਦੇ ਸਨ ਕਿ ਘੱਟੋ ਘੱਟ ਪਰਿਵਾਰ 'ਚੋਂ ਇੱਕ ਜਣਾ ਸਿੱਖ ਬਣ ਜਾਓ। ਉਸ ਵੇਲੇ ਦੀ ਵਿਆਖਿਆ ਅਤੇ ਅੱਜ ਦੀ ਵਿਆਖਿਆ ਵਿੱਚ ਅੰਤਰ ਹੈ, ਅੰਤਰ ਰਹੇਗਾ, ਪਰ ਉਸ ਵੇਲੇ ਦੀ ਵਿਆਖਿਆ ਨੂੰ ਉਸ ਖਜ਼ਾਨੇ ਨੂੰ ਕਹੀਏ ਵੀ ਇਹਨੂੰ ਦੁਰਕਾਰ ਦਿਓ, ਘਰੋਂ ਕਰ ਦਿਓ, ਇਹਨੂੰ ਸਾਰ ਦਿਓ, ਇਹ ਮੈਂ ਸਮਝਦਾ ਕਿ ਉਚਿਤ ਨਹੀਂ ਹੈ। ਔਰ ਇਹ ਕਿੱਥੋਂ ਨਿਕਲ ਰਿਹਾ ਹੈ, ਇਹ ਉਹਨਾਂ ਸਥਾਨਾਂ ਤੋਂ ਨਿਕਲ ਰਿਹਾ ਜਿਨ੍ਹਾਂ ਦਾ ਸਿਸਟਮ ਸਾਡੀ ਵਿਆਖਿਆਕਾਰੀ ਨਾਲ ਸਾਡੇ ਇਤਿਹਾਸ ਨਾਲ ਮੈਚ ਨਹੀਂ ਕਰਦਾ। ਸਾਡੇ ਇਤਿਹਾਸ ਵਿੱਚ ਗੁਰੂ ਨਾਨਕ ਸਾਹਿਬ ਪੂਰਨਮਾਸੀ ਨੂੰ ਹੋਏ ਕਿ ਵਿਸਾਖੀ ਨੂੰ ਹੋਏ, ਇਹ ਕੋਈ ਇਸ਼ੂ ਹੀ ਨਹੀਂ ਹੈ, ਕੋਈ ਇਸ਼ੂ ਨਹੀਂ ਹੈ। ਸਾਡੇ ਵਾਸਤੇ ਕੇਵਲ ਅਤੇ ਕੇਵਲ ਇਸ਼ੂ ਇਹ ਵੇ ਕਿ ਗੁਰੂ ਨਾਨਕ ਸਾਹਿਬ ਕਿਤਨੇ ਵੱਡੇ ਸਨ, ਉਹਨਾਂ ਦੇ ਉਪਦੇਸ਼ ਕਿਤਨੇ ਉੱਚੇ ਸਨ, ਅਤੇ ਉਹਨਾਂ ਨੇ ਕਿਤਨਾ ਵੱਡਾ ਮਨੁੱਖ ਜਿਹੜਾ ਸੀ ਉਹਦੀ ਪਰਿਕਲਪਨਾ ਕੀਤੀ ਸੀ, ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ, ਸਚਿਆਰ ਪੁਰਖ ਕਿਵੇਂ ਸਿੱਧਿਆ ਜਾਏ। ਦੇਖੋ ਕਮਾਲ ਦੀ ਗੱਲ ਤਾਂ ਇਹ ਵੇ, ਉਹਨਾਂ ਇਹ ਨਹੀਂ ਕਿਹਾ ਸਿੱਖ ਚੰਗਾ ਕਿਵੇਂ ਬਣਾਉਣਾ ਹੈ, ਨਾ, ਬੰਦਾ ਸੱਚ ਦਾ ਧਾਰਨੀ ਕਿਵੇਂ ਹੋਵੇ, ਇਹ ਪ੍ਰੋਬਲਮ ਗੁਰੂ ਨਾਨਕ ਸਾਹਿਬ ਦੀ ਹੈ, ਅਤੇ ਸਚਿਆਰ ਪੁਰਖ ਜਿਹੋ ਜਿਹਾ ਸਿਰਜਿਆ ਸੀ ਉਹਦੀ ਵਿਆਖਿਆ ਸਾਡੇ ਇਹਨਾਂ ਗ੍ਰੰਥਾਂ ਵਿੱਚ ਆਉਂਦੀ ਹੈ। ਇਹ ਸਾਡੇ ਧਰਮ ਸ਼ਾਸਤਰ ਦਾ ਇੱਕ ਅਭਿੰਨ ਅੰਗ ਨੇ, ਇਹਨਾਂ ਨਹੀਂ ਛੱਡ ਸਕਦੇ। ਹਾਂ, ਵਿਆਖਿਆ ਕਰਨ ਲੱਗਿਆਂ ਅੱਜ ਦੇ ਸਮੇਂ ਅਨੁਕੂਲ ਜਿਹੜੀ ਗੱਲ ਨਹੀਂ ਲੱਗਦੀ, ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਕਵੀ ਦੇ ਵਿਚਾਰ ਨੇ, ਕਵੀ ਦੇ ਵਿਚਾਰ। ਹੁਣ ਜੋ ਕੁਝ ਮੈਂ ਬੋਲਾਂਗਾ ਇਹ ਜ਼ਰੂਰੀ ਥੋੜ੍ਹਾ ਕਿ ਸਾਰਾ ਕੁਛ ਇਹ ਬਿਲਕੁਲ ਸਾਰਿਆਂ ਦੀਆਂ ਤੁਹਾਡੀਆਂ ਭਾਵਨਾ ਦੇ ਅਨੁਕੂਲ ਹੋਵੇ, ਨਹੀਂ ਹੋ ਸਕਦਾ। ਕਿਸੇ ਨੂੰ ਇਹ ਲੱਗ ਸਕਦਾ ਠੀਕ ਹੈ, ਕਿਸੇ ਨੂੰ ਲੱਗ ਸਕਦਾ ਵੀ ਨਹੀਂ ਇਸ ਗੱਲ ਇਸ ਤਰ੍ਹਾਂ ਕਹਿਣੀ ਚਾਹੀਦੀ ਸੀ। ਸੋ ਇਸ ਕਰਕੇ ਮਨੁੱਖ ਦੀਆਂ ਆਪਣੀਆਂ ਲਿਮੀਟੇਸ਼ਨਸ ਹਨ, ਅਤੇ ਸਮੇਂ ਅਨੁਕੂਲ ਜਿਹੜੀ ਚੀਜ਼ ਅੱਜ ਰੈਲੀਵੈਂਟ ਲੱਗਦੀ ਹੈ ਉਹ ਕੱਲ੍ਹ ਨੂੰ ਇਨਰੈਲੀਵੈਂਟ ਹੋ ਸਕ ਲੱਗਣ ਲੱਗ ਜਾਂਦੀ ਹੈ, ਪਰੰਤੂ ਜੇ ਉਹ ਲੱਗਣ ਲੱਗੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਹੁਣ ਉਹਦੇ ਵਿੱਚ ਜੋ ਕੁਝ ਚੰਗਿਆਈ ਪਈ ਹੈ ਸਾਰਾ ਕੁਝ ਹੀ ਰਿਜੈਕਟ ਕਰਦੀ ਹੈ। ਸੋ ਮੇਰਾ ਇਹੋ ਨਿਵੇਦਨ ਹੈ ਕਿ ਇਹ ਜਿਹੜਾ ਉਪਰਾਲਾ ਇਹਨਾਂ ਨੇ ਕੀਤਾ ਹੈ, ਮੈਂ ਗੱਲ ਕਰ ਰਿਹਾ ਸੀ ਵਿੱਚ ਮੇਰੀ ਗੱਲ ਰਹਿ ਗਈ, ਮੈਂ ਉਹ ਗੱਲ ਜ਼ਰੂਰ ਕਰਨੀ ਚਾਹੁੰਦਾ ਹਾਂ। ਭਾਈ ਗੁਰਦਾਸ ਸਾਹਿਬ ਵਾਹਵਾ ਵਾਸਦੇਵ, ਅਤੇ ਫਿਰ ਉਹਨਾਂ ਕਿਹਾ ਕਿ ਹਾ ਹਾ ਹਰੀ ਰਾਰਾ ਰਾਮ ਗੱਗਾ ਗੋਬਿੰਦ, ਕਿਉਂ ਆਖਿਆ? ਵਾਹਿਗੁਰੂ ਨੂੰ ਕੋਈ ਹਿੰਦੂ ਰੱਬ ਬਣਾਉਣਾ ਸੀ,
ਪਹਿਲੀ ਗੱਲ ਤਾਂ ਹਿੰਦੂਆਂ ਦਾ ਰੱਬ ਅਤੇ ਮੇਰਾ ਰੱਬ ਵੱਖਰਾ ਵੱਖਰਾ ਹੋ ਸਕਦਾ, ਗੁਰੂ ਜੀ ਦੀ ਦ੍ਰਿਸ਼ਟੀ 'ਚ ਨਹੀਂ ਹੋ ਸਕਦਾ, ਮੇਰੀ ਦ੍ਰਿਸ਼ਟੀ 'ਚ ਹੋ ਸਕਦਾ। ਅਸੀਂ ਮਨੁੱਖ ਅਸਾਂ ਨੇ ਰੱਬ ਹੀ ਆਪਣੇ ਆਪਣੇ ਬਣਾ ਰੱਖੇ, ਇਹ ਮੰਨ ਕੇ ਚੱਲੋ। ਰੱਬ ਤਾਂ ਹੀ ਸਾਨੂੰ ਨਜ਼ਰ ਨਹੀਂ ਆਉਂਦਾ ਕਿਉਂਕਿ ਮੇਰਾ ਆਪਣਾ ਵਾਹਿਗੁਰੂ ਹੈ, ਮੁਸਲਮਾਨ ਦਾ ਆਪਣਾ ਅੱਲਾ ਹੈ। ਇਹ ਛੋਟੇ ਛੋਟੇ ਗੌਡ ਬਣਾ ਰੱਖੇ ਨੇ ਅਸੀਂ, ਛੋਟੇ ਅਤੇ ਤੁੱਛ, ਛੋਟੇ ਅਤੇ ਤੁੱਛ ਰੱਬ ਹਨ। ਗੁਰੂ ਜੀ ਨੇ ਇੱਕ ਪਰਿਪੂਰਨ ਪਰਮੇਸ਼ਰ ਦਿੱਤਾ ਸੀ ਜਿਹੜਾ ਮੰਤਰ 'ਚ ਪਾਇਆ ਸਭਨਾ ਜੀਆਂ ਦਾ ਇੱਕ ਦਾਤਾ। ਰੱਬ ਹੋ ਸਕਦਾ ਜਿਹੜਾ ਸਾਰਿਆਂ ਦਾ ਮਾਲਕ ਹੋਵੇ, ਜਿਹੜਾ ਕੁਝ ਦਾ ਮਾਲਕ ਹੈ ਅਤੇ ਕੁਝ ਦਾ ਨਹੀਂ, ਉਹ ਰੱਬ ਨਹੀਂ ਹੋ ਸਕਦਾ। ਗੁਰੂ ਜੀ ਨੇ ਇਹ ਦ੍ਰਿਸ਼ਟੀ ਦਿੱਤੀ ਸੀ। ਭਾਈ ਗੁਰਦਾਸ ਸਾਹਿਬ ਨੇ ਕੀ ਕੀਤਾ, ਉਹਨਾਂ ਕਿਹਾ ਵਾਹਿਗੁਰੂ ਪਦ ਵਿੱਚ ਸਾਰੇ ਨਾਮ ਬੜ ਗਏ ਰੱਬ ਦੇ। ਇੱਕ ਬਚਨ ਹੈ ਨਾ ਮਹਾਰਾਜ ਗੁਰੂ ਨਾਨਕ ਸਾਹਿਬ ਦਾ, ਬਲਿਹਾਰੀ ਜਾਓ ਜਿਹਦੇ ਤੇਰੇ ਨਾਮ ਹੈ, ਮੈਂ ਤਾਂ ਕੁਰਬਾਨ ਜਾਣਾ ਤੇਰੇ ਜਿੰਨੇ ਨਾਮ ਨੇ। ਕੋਈ ਰਾਮ ਕਹੇ ਤੇ ਮਨ ਖੇੜੇ 'ਚ ਆ ਜਾਂਦਾ, ਕੋਈ ਗੋਬਿੰਦ ਕਹੇ ਤੇ ਖੇੜੇ 'ਚ, ਕੋਈ ਕਰੀਮ ਕਹੇ ਤੇ ਖੇੜੇ 'ਚ, ਕੋਈ ਰਹੀਮ ਕਹੇ ਤੇ ਖੇੜੇ 'ਚ ਮਨ ਆਨੰਦ ਆ ਜਾਂਦਾ। ਰੱਬ ਦਾ ਕੋਈ ਵੀ ਨਾਮ ਕੋਈ ਲਵੇ, ਬਲਿਹਾਰੀ ਜਾਓ ਜਿਹਦੇ ਤੇਰੇ ਨਾਮ ਹੈ, ਜਿੰਨੇ ਵੀ ਤੇਰੇ ਨਾਮ ਨੇ ਸਾਰਿਆਂ ਦੇ ਮੈਂ ਤਾਂ ਕੁਰਬਾਨ ਜਾਂਦਾ ਹਾਂ, ਇਹ ਗੁਰੂ ਨਾਨਕ ਸਾਹਿਬ ਕਹਿ ਗਏ। ਇੱਥੇ ਤਿੰਨ ਚਾਰ ਨਾਮ ਸੁਣ ਕੇ ਹੀ ਪਰੇਸ਼ਾਨੀ ਪੈਦਾ ਹੁੰਦੀ ਹੈ, ਇਹ ਰੱਬ ਸੰਬੰਧੀ ਇਹ ਸੰਕੀਰਤ। ਰੱਬ ਵਿੱਚੋਂ ਹੀ ਰਾਮ ਨਿਕਲਦਾ ਹੈ, ਰੱਬ 'ਚੋਂ ਹੀ ਅੱਲਾ, ਰੱਬ ਵਿੱਚੋਂ ਹੀ ਖੁਦਾ, ਰੱਬ ਵਿੱਚੋਂ ਹੀ ਗੌਡ, ਕੋਈ ਚੀਜ਼ ਉਸ ਤੋਂ ਵੱਖਰੀ ਹੋ ਸਕਦੀ। ਵਾਹਿਗੁਰੂ ਵਿੱਚ ਭਾਈ ਗੁਰਦਾਸ ਨੇ ਕਿਹਾ ਹਿੰਦੂ ਨੂੰ, ਉਹ ਤੇਰੇ ਸਾਰੇ ਦੇਵੀ ਦੇਵਤੇ ਵਰ ਗਏ ਨੇ, ਕਿੱਥੇ ਇੱਕ ਇੱਕ ਦੀ ਆਰਾਧਨਾ ਕਰਦੇ ਰਹੇ, ਵਾਹਿਗੁਰੂ ਕਹਿ। ਵਿੱਚੇ ਵਾਸਦੇਵ ਆ ਜਾਏਗਾ, ਵਿੱਚੇ ਹਰੀ ਆ ਜਾਏਗਾ, ਵਿੱਚੇ ਰਾਮ ਆ ਜਾਏਗਾ, ਵਿੱਚੇ ਗੋਬਿੰਦ ਆ ਜਾਏਗਾ। ਇਤਨੇ ਉੱਚੇ ਲਕਸ਼ ਨੂੰ ਇਤਨਾ ਛੋਟੇ ਦਰਜੇ 'ਤੇ ਪਹੁੰਚਾ ਦੇਣਾ ਕਿ ਹਿੰਦੂ ਦੇਵੀ ਦੇਵਤਿਆਂ ਦੇ ਨਾਮ ਆ ਗਏ ਨੇ, ਕਿ ਹਿੰਦੂਆਂ ਦੇ ਭਗਵਾਨ ਆ ਗਏ ਨੇ। ਹਿੰਦੂਆਂ ਦਾ ਤਾਂ ਸਾਡਾ ਭਗਵਾਨ ਵੱਖਰਾ ਨਹੀਂ ਹੈ, ਈਸਾਈਆਂ ਦਾ ਵੀ ਵੱਖਰਾ ਨਹੀਂ, ਮੁਸਲਮਾਨਾਂ ਦਾ ਵੀ ਨਹੀਂ। ਸਾਨੂੰ ਘੱਟੋ ਘੱਟ, ਘੱਟੋ ਘੱਟ ਸਾਨੂੰ ਸਾਡੇ ਗੁਰੂ ਨੇ, ਸਾਡੇ ਪਿਓ ਨੇ ਇੱਕੋ ਹੀ ਸਬਕ ਪੜ੍ਹਾਇਆ ਹੈ। ਪਰਮਾਤਮਾ ਉਹ ਹੈ ਜਿਹੜਾ ਸਾਰਿਆਂ ਦਾ ਹੈ, ਸਾਰੇ ਮਨੁੱਖਾਂ ਦਾ ਨਹੀਂ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਭ ਜੀਆਂ ਦਾ ਦਾਤਾ ਰਹੇ, ਇਕੱਲਾ ਜੀਆਂ ਦਾ, ਸਾਰਿਆਂ ਜੀਆਂ ਦਾ ਦਾਤਾ ਵੀ ਕਰੋੜਾਂ ਬ੍ਰਹਿਮੰਡਾਂ ਦਾ ਸਵਾਮੀ ਮਾਲਕ। ਹੁਣ ਕਰੋੜਾਂ ਬ੍ਰਹਿਮੰਡਾਂ ਦੇ ਵਿੱਚੋਂ ਕਿਹਨੂੰ ਕਿਹਨੂੰ ਕੱਢਾਂਗੇ ਅਸੀਂ? ਰੱਬ ਦੇ ਸੰਬੰਧ ਵਿੱਚ ਸਾਡਾ ਦ੍ਰਿਸ਼ਟੀਕੋਣ ਸੰਕੀਰਣ ਨਹੀਂ ਹੋਣਾ ਚਾਹੀਦਾ, ਵਿਸ਼ਾਲ ਹੋਣਾ ਚਾਹੀਦਾ। ਗੁਰੂ ਨੇ ਵਿਸ਼ਾਲ ਪਰਮੇਸ਼ਰ ਸਾਨੂੰ ਦਿੱਤਾ, ਛੋਟਾ ਨਹੀਂ ਦਿੱਤਾ। ਧਰਮਾਂ ਨੇ ਛੋਟੇ ਛੋਟੇ ਰੱਬ ਦਿੱਤੇ, ਕੋਈ ਅਯੋਧਿਆ ਦੀ ਨਗਰੀ ਵਿੱਚ ਵਸਣ ਵਾਲਾ ਅਤੇ ਕੋਈ ਮਥੁਰਾ 'ਚ ਰਹਿਣ ਵਾਲਾ ਅਤੇ ਕੋਈ, ਛੋਟੇ ਛੋਟੇ ਰੱਬ ਦਿੱਤੇ। ਗੁਰੂ ਜੀ ਨੇ ਕਿਰਪਾ ਕੀਤੀ, ਸਾਰੇ ਰੱਬ ਇਕੱਠੇ ਕਰ ਦਿੱਤੇ ਵਾਹਿਗੁਰੂ 'ਚ। ਔਰ ਤੁਸੀਂ ਹੈਰਾਨ ਹੋਵੋਗੇ, ਵਾਹਿਗੁਰੂ ਕੋਈ ਨਾਮ ਨਹੀਂ ਹੈ, ਵਾਹਿਗੁਰੂ ਨਾਮ ਨਹੀਂ ਹੈ, ਵਾਹਿਗੁਰੂ ਇੱਕ ਅਨਾਮ ਵਿਸਮਾਤ ਹੈ। ਜਿਹੜਾ ਅਸੀਂ ਪੜ੍ਹਦੇ ਹਾਂ ਨਾ, ਨਾਮ ਵੀ ਪੜ੍ਹਦੇ ਹਾਂ ਅਤੇ ਅਨਾਮੇ ਪੜ੍ਹਦੇ ਹਾਂ। ਜਾਪ ਸਾਹਿਬ ਵਿੱਚ ਅਨਾਮੇ ਹੋ ਜਾਂਦਾ, ਉਹ ਜਿਹੜਾ ਨਾਮ ਵਾਲਾ ਪਰਮੇਸ਼ਰ ਹੈ, ਜਾਪ ਸਾਹਿਬ ਵਿੱਚ ਅਨਾਮ ਹੋ ਜਾਂਦਾ। ਕਿੰਨੀ ਵਾਰ ਅਨਾਮ ਸ਼ਬਦ ਆਇਆ, ਉਹ ਅਨਾਮ ਕਿਹੜਾ ਰੱਬ ਹੈ? ਉਹ ਹੈ ਵਾਹਿਗੁਰੂ, ਇਹ ਨਾਮ ਨਹੀਂ ਹੈ। ਇਹਦੇ 'ਚ ਤਾਂ ਗੁਰੂ ਹੈ ਅਤੇ ਵਾਹ ਹੈ, ਵਾਹ ਹੇ ਅਤੇ ਗੁਰੂ, ਤਿੰਨ ਪਦ ਵੇਲੇ ਨੇ। ਇਹ ਹਾਹੇ ਹੁਸ਼ਿਆਰੀ ਤਾਂ ਲੱਗੀ ਹੋਈ ਹੈ, ਵਾਹ ਅਤੇ ਗੁਰੂ ਨਹੀਂ ਹੈ ਸਿੱਧਾ ਸਿੱਧਾ, ਇਹ ਵਾਹ ਹੇ ਗੁਰੂ, ਹੇ ਗੁਰੂ ਤੂੰ ਧੰਨ ਹੈ। ਇਹ ਤਾਂ ਕੋਈ ਨਾਮ ਨਾ ਨਾ ਹੋਇਆ, ਇਹ ਨਾਮ ਹੈ? ਨਹੀਂ, ਇਹ ਨਾਮ ਨਹੀਂ ਹੈ। ਰਾਮ ਨਾਮ ਹੈ, ਕ੍ਰਿਸ਼ਨ ਨਾਮ ਹੈ, ਗੋਪਾਲ ਨਾਮ ਹੈ, ਇੱਕ ਇੱਕ ਹੁਣ ਦੇ ਛੋਟੇ ਛੋਟੇ ਨਾਮ ਨੇ।
ਗੋਬਿੰਦ ਇੱਕ ਗੁਣ ਹੈ ਪਰਮਾਤਮਾ ਦਾ। ਗੋਪਾਲ ਧਰਤੀ ਨੂੰ ਪਾਲਣ ਵਾਲਾ ਇੱਕੋ ਹੀ ਕੰਮ, ਛੋਟਾ ਜਿਹਾ ਨਾਮ ਹੈ। ਜਦੋਂ ਇਹ ਛੋਟੇ ਛੋਟੇ ਸਾਰੇ ਨਾਮ ਵਾਹਿਗੁਰੂ 'ਚ ਮਿਲਾ ਦਿੱਤੇ ਅਤੇ ਇਹ ਸਾਰੇ ਨਾਵਾਂ ਦਾ ਵਿਸਮਾਦ ਬਣ ਗਿਆ, ਨਾਮ ਨਹੀਂ ਬਣਿਆ। ਇਹ ਨਾਮ ਦਾ ਵਿਸਮਾਦ ਹੈ ਜਿੱਥੇ ਸਿੱਖ ਨੂੰ ਪਰਮੇਸ਼ਰ ਦੇ ਵਿਸ਼ਾਲ ਦਿਦਾਰੇ ਉਹਦੇ 'ਚ ਸਾਰੇ ਨਾਮ ਜਾ ਕੇ ਮਿਲਦੇ ਸਮਾਉਂਦੇ, ਉਹਦਾ ਅਹਿਸਾਸ ਹੋ ਜਾਂਦਾ ਉੱਥੇ ਵਾਹਿਗੁਰੂ ਬਣਦਾ ਹੈ। ਅਸੀਂ ਤਾਂ ਸ਼ਾਇਦ ਐਵੇਂ ਰੱਖਦੇ ਰਹਿੰਦੇ ਹਾਂ ਨਾ, ਇਹ ਤਾਂ ਵਿਸਮਾਦ ਹੈ ਨਾਮ ਦਾ, ਇਹ ਨਾਮ ਦਾ ਵਿਸਮਾਦ ਹੈ, ਇਹ ਨਾਮ ਨਹੀਂ, ਇਹ ਅਨਾਮ ਹੈ ਜਿਹਦੇ ਵਿੱਚ ਸਾਰੇ ਨਾਮ ਮਿਲ ਗਏ ਨੇ। ਜਿਹੜਾ ਬੰਦਾ ਇਸ ਗੱਲ ਨੂੰ ਜਾਣਦਾ ਨਹੀਂ ਉਹਦੇ ਵਾਸਤੇ ਤਾਂ ਇਹ ਹਿੰਦੂ ਪਰਮੇਸ਼ਰ ਜਿਹੜਾ ਬਣਾ ਦਿੱਤਾ ਭਾਈ ਗੁਰਦਾਸ ਸਾਹਿਬ ਨੇ, ਭਾਈ ਗੁਰਦਾਸ ਸਾਹਿਬ ਜਿਹੜਾ ਸਿੱਖ ਉਹਦੀ ਕਰਨੀ ਉੱਥੋਂ ਤੱਕ ਨਹੀਂ ਪਹੁੰਚ ਸਕਦੀ। ਇਕੱਲਾ ਵਿਦਵਾਨ ਨਹੀਂ, ਅਸੀਂ ਕੁਛ ਵੀ ਨਹੀਂ ਹਾਂ, ਸਾਡੇ ਕਰਮ ਖੋਟੇ ਨੇ, ਇੱਥੋਂ ਬਾਹਰ ਨਿਕਲਾਂਗੇ ਹੋਰ ਕਰਮ ਇੱਥੇ ਅੰਦਰ ਹੋਰ। ਸਾਡਾ ਭਾਈ ਗੁਰਦਾਸ ਸਾਹਿਬ ਆਪਣੇ ਆਪ ਨੂੰ ਅਕਿਰਤ ਕਰਨ, ਨੀਚ ਮੰਦਾ ਜੋ ਕੁਝ ਕਹਿ ਸਕਦੇ ਨੇ, ਇੱਕ ਤਾਂ ਅਸੀਂ ਕਹਿ ਸਕਦੇ ਹਾਂ, ਨਾ ਸੁਣ ਸਕਦੇ ਨਾ ਕਹਿ ਸਕਦੇ ਹਾਂ, ਇਹ ਉਸ ਦਾ ਆਚਰਣ ਇਤਨਾ ਉੱਚਾ ਸੀ ਕਿ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਸੰਬੋਧਨ ਕਰ ਸਕਦੇ। ਬਹੁਤ ਬਹੁਤ ਧੰਨਵਾਦ, ਭੁੱਲਾਂ ਚੁੱਕਾਂ ਲਈ ਖਿਮਾ। ਫਿਰ ਬੇਨਤੀ ਇਹ ਕਰਾਂਗਾ, ਆਪਣੇ ਗ੍ਰੰਥ ਪੜ੍ਹਨੇ ਪੜ੍ਹਾਉਣੇ, ਉਹਨਾਂ ਦਾ ਸਤਿਕਾਰ ਕਰਨਾ। ਕਿਵੇਂ ਲੋਕ ਸ਼ਰਧਾ ਨਾਲ ਸੂਰਜ ਪ੍ਰਕਾਸ਼ ਨੂੰ ਲਪੇਟ ਲਪੇਟ ਕੇ ਰੁਮਾਲਾਂ 'ਚ ਰੱਖਦੇ ਸਨ, ਉਸਨੂੰ ਥੱਲੇ ਧਰਤੀ 'ਤੇ ਇਸ ਨੂੰ ਪੈਣ ਦਿੰਦੇ, ਸਿਰਫ ਸਤਿਕਾਰ ਕਰਨਾ ਔਰ ਆਪਣੀ ਪਰੰਪਰਾ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਮਝਣ ਦਾ ਯਤਨ ਕਰਨਾ, ਇਹ ਸਾਡਾ ਆਚਾਰ ਬਣ ਜਾਵੇ ਤਾਂ ਗੁਰੂ ਦੀ ਕਿਰਪਾ ਸਾਡੇ 'ਤੇ ਹੋਵੇਗੀ। ਬਹੁਤ ਬਹੁਤ ਤੁਹਾਡਾ ਫਿਰ ਧੰਨਵਾਦ ਕਰਾਂ। ਸਰਦਾਰ ਗੁਰਤੇਜ ਸਿੰਘ ਜੀ, ਇਹਨਾਂ ਦੇ ਸਹਿਯੋਗੀ ਸਰਦਾਰ ਰਵਿੰਦਰ ਸਿੰਘ ਹਨ, ਭਾਈ ਕੁਲਵੰਤ ਸਿੰਘ ਜੀ ਆਏ ਨੇ, ਭਾਈ ਸੁੱਖਾ ਸਿੰਘ ਜੀ, ਮੈਂ ਤੁਹਾਡੇ ਸਾਰਿਆਂ ਦੇ ਨਾਮ ਨਹੀਂ ਜਾਣਦਾ ਹਾਂ, ਅਤੇ ਸਾਰੇ ਜਿਹੜੇ ਗੁਰਸਿੱਖ ਹੋ ਤੁਹਾਡੇ ਦੀਦਾਰ ਕਰਕੇ ਬਹੁਤ ਖੁਸ਼ੀ ਹੋਈ ਹੈ, ਅਤੇ ਤੁਹਾਡਾ ਮੈਂ ਬਹੁਤ ਦਿਲੋਂ ਧੰਨਵਾਦੀ ਹਾਂ, ਕਿਉਂਕਿ ਤੁਸੀਂ ਮੇਰੇ ਟੁੱਟੇ ਫੁੱਟੇ ਛੋਟੇ ਮੋਟੇ ਵਿਚਾਰ ਜਿਹੜੇ ਨੇ ਇਤਨੀ ਪੇਸ਼ੈਂਸ ਨਾਲ ਸ਼੍ਰਵਣ ਕੀਤੇ ਨੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰਨ ਦਾ ਇਹ ਸੁਭਾਗ ਬਖਸ਼ਿਆ ਹੈ। ਇਹ ਜਿਹੜਾ ਮਨ ਮੇਲੀ ਕਰ ਮੇਲ ਮਿਲਣ ਦੇ ਸਿੱਖ ਤੇ ਇਹੀ ਹੈ ਨਾ, ਆਹ ਜਿਹੜਾ ਮੇਲ ਮਿਲਣਾ ਹੈ ਇਹ ਹੀ ਸਿੱਖੀ ਹੈ, ਟੁੱਟਣਾ ਅਤੇ ਤੋੜਨਾ ਇਹ ਸਿੱਖੀ ਨਹੀਂ ਹੈ, ਇੱਕ ਦੂਜੇ ਨਾਲ ਨਫ਼ਰਤ ਕਰਨੀ, ਇੱਕ ਦੂਜੇ ਪ੍ਰਤੀ ਭੈੜੇ ਭਾਵ ਰੱਖਣੇ ਇਹ ਸਿੱਖੀ ਨਹੀਂ ਹੈ। ਬਹੁਤ ਬਹੁਤ ਧੰਨਵਾਦ, ਭਾਗਸ਼ਾਲੀ ਹਾਂ, ਗੁਰੂ ਦੀ ਕਿਰਪਾ ਹੈ, ਤੁਹਾਡਾ ਸੰਗ ਪ੍ਰਾਪਤ ਹੋਇਆ ਹੈ। ਗੁਰੂ ਕਿਰਪਾ ਕਰਨ ਫਿਰ ਕਦੇ ਨਦੀ ਨਾਵ ਸੰਯੋਗੀ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।